ਦੇ ਕਰ ਹੱਥ ਪਰਮ ਸਨਮਾਨ ਯੋਗ ਜੁਗੋ ਜੁਗ ਅਟਲ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਹਫ਼ਤਾਵਾਰੀ ਜੋ ਵਿਸ਼ੇਸ਼ ਗੁਰਮਤਿ ਦੀਵਾਨ ਸਜਦੇ ਨੇ ਇਸ ਵਿਸ਼ੇਸ਼ ਗੁਰਮਤਿ ਦੀਵਾਨ ਦੀ ਆਪ ਜੀ ਹਾਜ਼ਰੀ ਭਰ ਰਹੇ ਹੋ। ਸਤਿਗੁਰਾਂ ਜੀ ਦੇ ਅੰਮ੍ਰਿਤ ਬਚਨਾਂ ਦਾ ਕੀਰਤਨ ਸਨਮਾਨਯੋਗ ਭਾਈ ਸਾਹਿਬ ਜੀ ਸਰਵਣ ਕਰਾ ਰਹੇ ਸਨ ਔਰ ਕੀਰਤਨ ਦੀ ਸਮਾਪਤੀ ਉਹਨਾਂ ਨੇ ਉਸ ਹੀ ਅੰਮ੍ਰਿਤ ਬੋਲ ਨਾਲ ਕੀਤੀ ਹੈ ਜਿਸ ਦੀ ਵਿਚਾਰ ਕੱਲ ਸ਼ਾਮ ਦੇ ਦੀਵਾਨ ਤੋਂ ਆਪਾਂ ਪ੍ਰਾਰੰਭ ਕੀਤੀ ਹੈ। ਵੈਸਾਖ ਭਲਾ ਸ਼ਾਖਾ ਵੇਸ਼ ਕਰੇ ਤੁਖਾਰੀ ਰਾਗ ਚ ਹਜ਼ੂਰ ਗੁਰੂ ਨਾਨਕ ਸਾਹਿਬ ਦਾ ਉਚਾਰਨ ਕੀਤਾ ਬਾਰਾਂਮਾਂ ਔਰ ਉਸ ਬਾਰਾਂਮਾਂ ਦੇ ਅੰਦਰ ਵੈਸਾਖ ਔਰ ਵੈਸਾਖੀ ਦੇ ਮੁਤਲਕ ਹਜ਼ੂਰ ਨੇ ਜੋ ਬਚਨ ਕੀਤੇ ਨੇ ਇਸ ਦੀ ਵਿਚਾਰ ਆਪਾਂ ਕਰ ਰਹੇ ਹਾਂ। ਆਓ ਨਿਰਧਾਰਿਤ ਕੀਤੇ ਹੋਏ ਸਮੇਂ ਅੰਦਰ ਰਹਿ ਕੇ ਇਸ ਪਵਿੱਤਰ ਸ਼ਬਦ ਨੂੰ ਜੋ ਕੱਲ੍ਹ ਸ਼ਾਮ ਤੋਂ ਆਪਾਂ ਵਿਚਾਰ ਆਰੰਭ ਕੀਤੀ ਹੈ ਔਰ ਖਾਸ ਕਰਕੇ ਗੁਰੂ ਨਾਨਕ ਸਾਹਿਬ ਜੀ ਦੇ ਅੰਮ੍ਰਿਤ ਬੋਲ ਵੈਸਾਖ ਦੇ ਮਹੀਨੇ ਵਿੱਚ ਇੱਕ ਜੀਵ ਇਸਤਰੀ ਉਹਦੇ ਅੰਦਰ ਦੀ ਜਗਿਆਸਾ ਇੱਕ ਬਿਰਹਣੀ ਦੇ ਅੰਦਰ ਦਾ ਜੋ ਬਿਰਖਾ ਹੈ ਉਸ ਨੂੰ ਗੁਰਦੇਵ ਨੇ ਕਿਵੇਂ ਬਿਆਨ ਕੀਤਾ ਹੈ ਆਪਾਂ ਵਿਚਾਰ ਸਕੀਏ। ਗੁਰੂ ਬਖਸ਼ੀ ਫਤਿਹ ਸਵੀਕਾਰ ਕਰੋ। ਕੋਈ ਵੀ ਰਸਨਾ ਹਜ਼ੂਰ ਦੇ ਬਖਸ਼ੇ ਨਾਮ ਤੋਂ ਫਤਿਹ ਤੋਂ ਵਿਰਵੀ ਨਾ ਰਹੇ। ਪਿਆਰ ਅਦਬ ਨਾਲ ਉਚਾਰਨ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸ਼ਾਮ ਦੇ ਦੀਵਾਨ ਵਿੱਚ ਰਾਤ ਆਪਾਂ ਵਿਚਾਰਿਆ ਸੀ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਅੰਮ੍ਰਿਤ ਗੁਰਬਾਣੀ ਜਿੱਥੇ ਰਾਗਾਂ ਦੇ ਵਿੱਚ ਨਿਰਧਾਰਿਤ ਹੈ ਜਾਂ ਨਿਰਧਾਰਿਤ ਰਾਗਾਂ ਵਿੱਚ ਬਾਣੀ ਹੈ ਉੱਥੇ ਹਜ਼ੂਰ ਨੇ ਸਮੇਂ ਦੇ ਸਰਲੇਖ ਥੱਲੇ ਵੀ ਬਾਣੀ ਨੂੰ ਦਰਜ ਕੀਤਾ ਹੈ ਵੀ ਸਿਰਫ ਰਾਤ ਨਾਲ ਲੜੀ ਜੋੜਨ ਲਈ ਦੁਹਰਾਓ ਹੈ
ਜਿਵੇਂ ਅਸੀਂ ਗੁਰੂ ਗ੍ਰੰਥ ਸਾਹਿਬ ਦੇ 31 ਰਾਗ ਤਤਕਰੇ ਦੇ ਪੜ੍ਹਦੇ ਹਾਂ, ਸ੍ਰੀ ਰਾਗ ਤੋਂ ਆਰੰਭ ਕਰਕੇ ਰਾਗ ਜੈ ਜਾਵੰਤੀ ਤੱਕ ਹਜ਼ੂਰ ਨੇ 31 ਰਾਗਾਂ ਦੇ ਵਿੱਚ ਬਾਣੀ ਨੂੰ ਉਚਾਰਨ ਕੀਤਾ ਔਰ ਇਹਨਾਂ 31 ਰਾਗਾਂ ਦੇ ਅੰਦਰ ਹੀ 6 ਗੁਰੂ ਸਾਹਿਬਾਨਾਂ ਦੀ ਬਾਣੀ, 15 ਭਗਤ ਸਾਹਿਬਾਨਾਂ ਦੀ ਬਾਣੀ ਅਤੇ ਹਜ਼ੂਰ ਦੇ 3 ਗੁਰਸਿੱਖਾਂ ਦੀ ਬਾਣੀ, ਰਾਮਕਲੀ ਕੀ ਵਾਰ ਔਰ ਰਾਮਕਲੀ ਸਾਧ, ਇਹ ਵੀ ਰਾਗ ਨਿਰਧਾਰਤ ਹੀ ਹੈ। ਉਸ ਤੋਂ ਇਲਾਵਾ ਰਾਤ ਅਰਜ਼ ਕੀਤੀ ਸੀ ਗੁਰਦੇਵ ਨੇ, ਸਮੇਂ ਦੇ ਸਰਲੇਖ ਥੱਲੇ ਬਾਣੀ ਉਚਾਰਨ ਕੀਤੀ। ਉਸ ਵਿੱਚ ਉਦਾਹਰਨ ਦੇ ਤੌਰ 'ਤੇ ਹਜ਼ੂਰ ਨੇ ਜੋ ਪਹਿਰ ਨੂੰ ਸਮੇਂ ਵਿੱਚ ਵੰਡਿਆ ਗਿਆ ਉਸ ਪਹਿਰ ਦੇ ਸਰਲੇਖ ਥੱਲੇ ਬਾਣੀ ਉਚਾਰ ਦਰਜ ਕੀਤੀ। ਮਹਾਰਾਜ ਜੀ ਨੇ ਦਿਨ ਅਤੇ ਰਾਤ ਦੇ ਨਾਮ ਥੱਲੇ ਬਾਣੀ ਉਚਾਰਨ ਕੀਤੀ। ਸਤਿਗੁਰਾਂ ਨੇ 7 ਵਾਰਾਂ ਦੇ ਸਰਲੇਖ ਥੱਲੇ ਬਾਣੀ ਉਚਾਰਨ ਕੀਤੀ। ਮਹਾਰਾਜ ਜੀ ਨੇ 15 ਥਿੱਤਾਂ ਦੇ ਸਰਲੇਖ ਥੱਲੇ ਬਾਣੀ ਉਚਾਰਨ ਕੀਤੀ ਔਰ 12 ਮਾਹ ਉਹਦੇ ਸਰਲੇਖ ਥੱਲੇ ਬਾਣੀ ਉਚਾਰਨ ਕੀਤੀ। ਅਤੇ ਦਾਸ ਨੇ ਪਿਛਲੇ ਦਿਨੀ ਅਰਜ਼ ਕੀਤੀ ਸੀ 12 ਮਾਹ ਮਾਝ ਉਸ ਦੇ ਅਕਸਰ ਪਾਠ ਵੀ ਕੀਤਾ ਜਾਂਦਾ, ਵਿਚਾਰ ਵੀ ਕੀਤੀ ਜਾਂਦੀ, ਪਰ 12 ਮਾਹ ਤੁਖਾਰੀ ਦਾ ਨਾਂ ਤਾਂ ਪਾਠ ਕੀਤਾ ਜਾਂਦਾ ਬਹੁ ਗਿਣਤੀ 'ਚ ਅਤੇ ਨਾ ਉਹਨਾਂ ਪਵਿੱਤਰ ਸ਼ਬਦਾਂ ਨੂੰ ਵਿਚਾਰਨ ਦਾ ਯਤਨ ਕੀਤਾ ਜਾਂਦਾ। ਇਸ ਵਰੇ ਵੈਸਾਖੀ ਦੇ ਦਿਵਸ 'ਤੇ ਇਸ ਅਸਥਾਨ 'ਤੇ ਕਥਾ ਵਿਚਾਰ ਦਾ ਸੁਭਾਗ ਪ੍ਰਾਪਤ ਹੋਇਆ ਅਤੇ ਚਿੱਤ ਸੀ ਖਾਲਸੇ ਜੀ ਦੀ ਸਿਰਜਣਾ ਦਿਸ ਦੇ ਨਾਲ ਨਾਲ, ਜਿਹੜੀ ਵੈਸਾਖ ਦੇ ਮਹੀਨੇ ਵਿੱਚ ਗੁਰੂ ਨਾਨਕ ਸਾਹਿਬ ਨੇ ਬਖਸ਼ਿਸ਼ ਕੀਤੀ ਉਸ ਤੁਖਾਰੀ ਰਾਗ ਦਾ ਵੈਸਾਖ ਜ਼ਰੂਰ ਵਿਚਾਰਿਆ ਜਾਏ। ਪਾਠ ਮੈਂ ਫਿਰ ਅੱਜ ਕਰ ਦਿੰਦਾ ਕਿਉਂਕਿ ਸੰਗਤ ਹੋ ਸਕਦਾ ਕੁਛ ਕੱਲ੍ਹ ਰਾਤ ਜਾਂ ਪਰਸੋਂ ਨਹੀਂ ਆਏ। ਹਜ਼ੂਰ ਨੇ ਤੁਖਾਰੀ ਰਾਗ ਵਿੱਚ ਵੈਸਾਖ ਬਾਰੇ ਇਹ ਅੰਮ੍ਰਿਤ ਬੋਲ ਦਰਜ ਕੀਤੇ ਨੇ। ਵੈਸਾਖ ਭਲਾ ਸ਼ਾਖਾ ਵੇਸ਼ ਕਰੇ, ਧਨ ਦੇਖੈ ਹਰ ਦੁਆਰ ਆਵੋ ਦਇਆ ਕਰੇ, ਘਰ ਆਓ ਪਿਆਰੇ ਦੁੱਤਰ ਤਾਰੇ, ਤੁਧ ਬਿਨ ਅੱਡ ਨਾ ਮੋਲੋ, ਕੀਮਤ ਕੌਣ ਕਰੇ ਤੁਧ ਭਾਵਾਂ, ਦੇਖ ਦਿਖਾਵੈ ਢੋਲੋ, ਦੂਰ ਨਾ ਜਾਨਾ ਅੰਤਰ ਮਾਨਾ, ਹਰ ਕਾ ਮਹਿਲ ਪਛਾਨਾ, ਨਾਨਕ ਵੈਸਾਖੀ ਪ੍ਰਭ ਪਾਵੈ ਸੁਰਤ ਸ਼ਬਦ ਮਨ ਮਾਨਾ। ਇਹ ਹਜ਼ੂਰ ਦੇ ਬਚਨ ਨੇ। ਵੈਸਾਖ ਦੇ ਮਕੀਨੇ ਬਾਰੇ ਕੱਲ ਅਰਜ਼ ਕੀਤੀ ਸੀ ਕਿ ਉਸ ਧਰਤੀ 'ਤੇ ਜਿੱਥੇ ਇਹ ਅੰਮ੍ਰਿਤ ਬੋਲ ਉਚਾਰਨ ਕੀਤੇ ਨੇ, ਇਹਨਾਂ ਦਿਨਾਂ ਦੇ ਅੰਦਰ ਬਨਸਪਤੀ ਦੇ ਉੱਤੇ ਜੰਗਲ ਰੁੱਖਾਂ ਦੇ ਉੱਤੇ ਨਵੇਂ ਨਵੇਂ ਪੱਤੇ ਜਿਹੜੇ ਨੇ ਉਹ ਟਾਹਣੀਆਂ ਸ਼ਾਖਾਵਾਂ ਤੋਂ ਬਾਹਰ ਨਿਕਲ ਰਹੇ ਨੇ। ਹੁਣੇ ਭਾਈ ਸਾਹਿਬ ਨੇ ਅਸਥਾਈ ਵਿੱਚ ਪੜ੍ਹਿਆ ਵੀ ਇਹ ਵੈਸਾਖ ਭਲਾ ਸ਼ਾਖਾ ਵੇਸ਼ ਕਰੇ, ਇਹਦਾ ਅਰਥ ਹੀ ਇਹ ਹੈ ਕਿ ਵੈਸਾਖ ਦਾ ਮਕੀਨਾ ਇਹ ਰੁੱਤ ਭਲੀ ਚੰਗੀ ਹੈ ਕਿ ਰੁੱਖਾਂ ਦੀਆਂ ਸ਼ਾਖਾਵਾਂ ਟਾਹਣੀਆਂ ਜਿਹੜੀਆਂ ਨੇ ਉਹ ਸ਼ਿੰਗਾਰ ਪਈਆਂ ਕਰਦੀਆਂ ਅਤੇ ਉਸ ਦਾ ਸ਼ਿੰਗਾਰ ਦੇ 3 ਗੁਣ ਨੇ। ਪਹਿਲੀ ਗੱਲ
ਵੈਸਾਖ ਦੇ ਮਹੀਨੇ ਵਿੱਚੋਂ ਟਾਹਣੀ ਵਿੱਚੋਂ ਸ਼ਾਖ ਵਿੱਚੋਂ ਜਿਹੜੇ ਪੱਤੇ ਨਿਕਲਦੇ ਨੇ ਉਹਨਾਂ ਵਿੱਚ ਕੋਮਲਤਾ ਹੀ ਹੈ। ਦੂਸਰਾ, ਉਹਨਾਂ ਪੱਤਿਆਂ ਦੇ ਵਿੱਚ ਚਮਕ ਹੈ, ਸੂਰਜ ਦੀਆਂ ਕਿਰਨਾਂ ਪੈਂਦੀਆਂ ਨੇ, ਕੋਮਲ ਪੱਤੇ ਚਮਕਦੇ ਨੇ। ਅਤੇ ਤੀਸਰਾ, ਜਦੋਂ ਹਵਾ ਰੂਮਕ ਦੀ ਹਵਾ ਚੱਲਦੀ ਹੈ ਅਤੇ ਇਹ ਸ਼ਾਖਾਵਾਂ ਅਤੇ ਟਾਹਣੀਆਂ ਜਿਹੜੀਆਂ ਨੇ ਹਵਾ ਦੇ ਵਿੱਚ ਝੂਮਦੀਆਂ ਨੇ, ਝੂਲਦੀਆਂ ਨੇ। ਅਤੇ ਰਾਤ ਅਸੀਂ ਇਹਦੇ ਅਰਥ ਲਏ ਸਨ, ਇੱਕ ਤਾਂ ਇਹ ਪੂਰਨ ਖੜਾਓ ਦਾ ਪ੍ਰਤੀਕ ਹੈ ਕਿ ਪਤ ਚਲ ਚੜੀ ਗਈ, ਹੁਣ ਖੇੜਾ ਆ ਗਿਆ। ਦੂਸਰਾ ਕਿ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਭਾਵੇਂ ਸ਼ਾਖ ਪੱਤੇ ਸ਼ਿੰਗਾਰ ਦਾ ਜ਼ਿਕਰ ਕੀਤਾ ਪਰ ਇਹ ਤਾਂ ਆਤਮਕ ਖੜਾਓ ਵਾਲਿਆਂ ਦਾ ਵਿਸਾਖ ਹੈ ਕਿ ਜਿਨ੍ਹਾਂ ਦੇ ਅੰਦਰ ਵਿਸਾਖ ਦੇ ਮਹੀਨੇ ਵਿੱਚ ਟਾਹਣੀਆਂ 'ਚੋਂ ਨਿਕਲਦੇ ਹੋਏ ਪੱਤਿਆਂ ਵਰਗੀ ਕੋਮਲਤਾ ਹੈ, ਜਿਨ੍ਹਾਂ ਦੇ ਅੰਦਰ ਅੰਦਰ ਦੀ ਨਿਰਮਲਤਾਈ ਦੀ ਲਿਸ਼ਕ ਚਮਕ ਹੈ। ਅਤੇ ਤੀਸਰੀ ਅਰਜ਼ ਕੀਤੀ ਸੀ, ਜਿਹੜੇ ਪਰਮਾਤਮਾ ਦੇ ਨਾਮ ਦੀ ਖੁਮਾਰੀ ਦੇ ਵਿੱਚ ਝੂਮਦੇ ਨੇ। ਅਰਜ਼ ਫਿਰ ਉੱਥੇ ਸ਼ੁਰੂ ਕਰਨ ਲੱਗਾ, ਯਾਦ ਰੱਖੋ ਖੇੜਾ ਲਫਜ਼, ਆਨੰਦ ਲਫਜ਼, ਚਾਓ ਲਫਜ਼, ਇਹਨਾਂ ਬਾਰੇ ਬਹੁਤ ਵਾਰੀ ਆਪਾਂ ਜ਼ਿਕਰ ਕਰਨੇ ਹਾਂ। ਖੇੜੇ ਦਾ ਇਹ ਬਾਣੀ ਵਿੱਚ ਇੱਕ ਲਫਜ਼ ਸਤਿਗੁਰਾਂ ਨੇ ਵਿਗਾਸ ਵਰਤਿਆ ਹੈ, ਜਿਹਨੂੰ ਪੂਰਨ ਖੜਾਓ ਆਪਾਂ ਕਹਿ ਸਕਦੇ। ਉਂਝ ਜੇ ਅਸੀਂ ਲਫਜ਼ਾਂ ਵਿੱਚ ਖੜਾਓ ਦੇ ਅਰਥ ਕਰਨੇ ਹੋਣ ਤਾਂ ਜਦੋਂ ਕਲੀ ਪੂਰੇ ਰਸ ਨਾਲ ਭਰ ਜਾਂਦੀ ਹੈ ਅਤੇ ਉਹ ਕਲੀ ਖਿੜਦੀ ਹੈ, ਉਹਦੇ ਵਿੱਚੋਂ ਫੁੱਲ ਦਾ ਜਨਮ ਹੁੰਦਾ ਹੈ। ਕਲੀ ਦਾ ਖੇੜਾ ਫੁੱਲ ਹੈ, ਜਦੋਂ ਫੁੱਲ ਖਿੜਦਾ ਹੈ ਅਤੇ ਉਹ ਨੇੜੇ ਲੰਘਣ ਵਾਲੇ ਲੋਕਾਂ ਨੂੰ ਆਪਣੀ ਸੁਗੰਧੀ, ਆਪਣੀ ਮਹਿਕ ਦਿੰਦਾ ਹੈ। ਭਾਵੇਂ ਉਹ ਫੁੱਲ ਦਾ ਖੇੜਾ ਬਾਹਰ ਬਨਸਪਤੀ ਦਾ ਇੱਕ ਅੰਗ ਸੂਚਕ ਹੈ, ਪਰ ਗੁਰੂ ਸਾਹਿਬ ਜੀ ਨੇ ਉਸ ਖੇੜੇ ਨੂੰ ਮਨੁੱਖ ਦੀ ਆਤਮਕ ਅਵਸਥਾ ਦੇ ਨਾਲ ਟੁਕਾਇਆ ਹੈ। ਫਿਰ ਬੇਨਤੀ ਸੁਣਿਓ, ਫੁੱਲ ਖਿੜਦਾ ਹੈ, ਸੱਚ ਇਹ ਵੇ ਕੋਈ ਸਮੇਂ ਬਾਅਦ ਉਹ ਮੁਰਝਾ ਜਾਂਦਾ ਹੈ। ਉਹਦਾ ਖੇੜਾ ਸਦੀਵ ਕਾਲ ਲਈ ਨਹੀਂ, ਹਾਲਾਂਕਿ ਉਸ ਖੇੜੇ ਨੂੰ ਗੁਰਬਾਣੀ ਨੇ ਨਾਸ਼ਵਾਨਤਾ ਦਾ ਸੂਚਕ ਦੇ ਰੂਪ ਵਿੱਚ ਲਿਆ। ਜਿਵੇਂ ਅਸੀਂ ਪਾਠ ਕਰਦੇ ਹਾਂ ਕਿ ਧਨ ਜੋਬਨ ਅਰ ਫੁੱਲੜਾ, ਮੈਂ ਅਰਜ਼ ਕੀਤੀ ਫੁੱਲ ਤਾਂ ਇੱਕ ਖੇੜਾ ਹੈ ਕਿ ਜਦੋਂ ਕਲੀ ਪੂਰਨ ਤੌਰ 'ਤੇ ਭਰ ਜਾਏ ਤਾਂ ਉਹ ਖਿੜ ਜਾਂਦੀ ਹੈ, ਪਰ ਗੁਰੂ ਗ੍ਰੰਥ ਸਾਹਿਬ ਨੇ ਉਸ ਖੇੜੇ ਨੂੰ ਵੀ ਨਾਸ਼ਵਾਨਤਾ ਨਾਲ ਲਿਆ ਕਿ ਜਿਹੜਾ ਅੱਜ ਖਿੜਿਆ ਹੈ ਇਹਨੇ ਕੁਝ ਸਮੇਂ ਬਾਅਦ ਮੁਰਝਾ ਜਾਣਾ ਹੈ। ਫੁੱਲ ਖਿੜਦਾ ਹੈ ਅਤੇ ਉਹ ਖਿੜਦਾ ਕੀ ਮੁਰਝਾਉਣ ਵਾਸਤੇ ਹੈ? ਇੱਕ ਵਿਦਵਾਨ ਪੁਰਸ਼ ਦੇ ਇਹ ਬੋਲ ਵੀ ਨੇ, ਕਹਿੰਦਾ ਫੁੱਲ ਖਿਲਤਾ ਹੈ ਮੁਰਝਾਨੇ ਕਾ ਤਖੈਲ ਲੇਕਰ, ਜਦੋਂ ਵੀ ਫੁੱਲ ਖਿੜੇਗਾ ਉਹਦੇ ਨਾਲ ਮੁਰਝਾਟ ਜ਼ਰੂਰ ਆਏਗੀ। ਫੁੱਲ ਖਿਲਤਾ ਹੈ ਮੁਰਝਾਨੇ ਕਾ ਤਖੈਲ ਲੇਕਰ, ਜਿਸੇ ਹੰਸਤਾ ਹੁਆ ਪਾਓਗੇ ਵਹੀ ਪਰੇਸ਼ਾਨ ਹੋਗਾ। ਜੇ ਫੁੱਲ ਖਿੜਦਾ ਉਹ ਇਸ ਕਰਕੇ ਖਿੜਿਆ ਉਹਨੇ ਮੁਰਝਾਉਣਾ ਜ਼ਰੂਰ ਹੈ, ਅਤੇ ਦੁਨਿਆਵੀ ਤੌਰ 'ਤੇ ਜਿਸ ਬੰਦੇ ਨੂੰ ਮੁਸਕਰਾਉਂਦਿਆਂ ਹੋਇਆ ਦੇਖੋਗੇ, ਹਕੀਕਤ ਇਹ ਵੇ ਉਹਦੀ ਮੁਸਕਰਾਹਟ ਦੇ ਥੱਲੇ ਵੀ ਕੋਈ ਨਾ ਕੋਈ ਪਰੇਸ਼ਾਨੀ ਲੁਕੀ ਹੋਵੇਗੀ। ਉਹ ਆਪਣੇ ਮੁਸਕਰਾਹਟ ਵਿੱਚੋਂ ਵੀ ਆਪਣੇ ਅੰਦਰ ਦੀ ਪਰੇਸ਼ਾਨੀ ਨੂੰ ਲੁਕਾਈ ਬੈਠਾ ਹੈ। ਪਰ ਮੈਂ ਇੱਥੇ ਫਿਰ, ਚਲੋ ਬਾਣੀ 'ਚੋਂ ਤਾਂ ਨਹੀਂ ਪਰ ਫੁੱਲ ਵਰਗਾ ਖੇੜਾ ਵੀ ਛੇਤੀ ਕਿਸੇ ਨੂੰ ਨਸੀਬ ਨਹੀਂ ਹੁੰਦਾ। ਇੱਕ ਵਿਦਵਾਨ ਪੁਰਸ਼ ਦੇ ਮੈਂ ਬੋਲ ਪੜ੍ਹੇ, ਉਹ ਕਹਿੰਦਾ ਇਹ ਗੁੰਚੇ ਤੇਰੀ ਕਿਸਮਤ ਪੇ ਦਿਲ ਖਿਲਤਾ ਹੈ। ਗੁੰਚਾ ਆਪਾਂ ਫੁੱਲ ਨੂੰ ਕਹਿੰਦੇ, ਉਹਨੇ ਫੁੱਲ ਨੂੰ ਦੇਖਿਆ, ਕਹਿੰਦਾ ਤੇਰੀ ਜ਼ਿੰਦਗੀ ਨੂੰ ਵੇਖ ਕੇ ਮੇਰਾ ਅੰਦਰ ਕੰਬ ਜਾਂਦਾ,
ਕਿਆ ਇੱਕ ਤਬਸਮ ਕੇ ਲੀਏ ਤੂੰ ਖਿਲਤਾ ਹੈ? ਤੂੰ ਖਿੜਨਾ ਜ਼ਰੂਰ ਹੈ ਪਰ ਥੋੜ੍ਹੇ ਜਿਹੇ ਸਮੇਂ ਲਈ, ਥੋੜ੍ਹੇ ਵਕਤ ਲਈ। ਇਹ ਗੁੰਚੇ ਤੇਰੀ ਕਿਸਮਤ ਪੇ ਦਿਲ ਖਿਲਤਾ ਹੈ, ਕਿਆ ਇੱਕ ਤਬਸਮ ਕੇ ਲੀਏ ਤੂੰ ਖਿਲਤਾ ਹੈ? ਗੁੰਚੇ ਨੇ ਕਿਹਾ ਇਸ ਚਮਨ ਮੇਂ ਐ ਬਾਬਾ ਇੱਕ ਤਬਸਮ ਵੀ ਕਿਸੇ ਮਿਲਤਾ ਹੈ। ਕਹਿੰਦਾ ਮੈਂ ਖਿੜਿਆ ਤਾਂ ਹਾਂ, ਭਾਵੇਂ ਥੋੜ੍ਹੇ ਸਮੇਂ ਵਾਸਤੇ ਮੇਰਾ ਖੇੜਾ ਆਇਆ, ਮੇਰੇ 'ਤੇ ਜੋਬਨ ਆਇਆ, ਪਰ ਸੱਚ ਇਵੇ ਮੈਂ ਥੋੜ੍ਹੇ ਸਮੇਂ ਲਈ ਖਿੜ ਕੇ ਵੀ ਚਲਾ ਜਾਣਾ ਹੈ, ਪਰ ਇੱਥੇ ਜਿਨ੍ਹਾਂ ਲੋਕਾਂ ਨੇ 100-100 ਸਾਲ ਬਾਅਦ ਜਾਣਾ, ਉਹਨਾਂ ਨੂੰ ਜ਼ਿੰਦਗੀ ਵਿੱਚ ਇੱਕ ਘੜੀ ਦਾ ਖੇੜਾ ਵੀ ਨਸੀਬ ਨਹੀਂ ਹੁੰਦਾ। ਮੈਂ ਘੜੀ ਜੀਆ ਵਾਂ ਪਰ ਖਿੜ ਕੇ ਜੀਆ ਹਾਂ, ਚਲੇ ਮੈਂ ਜਾਣਾ ਹੈ। ਪਰ ਜਿਹੜੇ ਇੰਨੇ ਸਾਲ ਤੱਕ ਜ਼ਿੰਦਗੀ ਜਿਉਂਦੇ ਨੇ, ਉਹਨਾਂ ਨੂੰ ਤਾਂ ਖੇੜਾ ਖੁਸ਼ੀ ਨਸੀਬ ਨਹੀਂ ਕੋਈ। ਫਿਰ ਬੇਨਤੀ ਸੁਣਿਓ ਕਿ ਸਤਿਗੁਰੂ ਕਹਿੰਦੇ ਨੇ ਵੈਸਾਖ ਦੇ ਮਹੀਨੇ ਵਿੱਚ ਜਿਵੇਂ ਸ਼ਾਖਾਵਾਂ ਸ਼ਿੰਗਾਰ ਕਰਦੀਆਂ ਨੇ, ਇਸੇ ਤਰ੍ਹਾਂ ਪਰਮਾਰਥ ਵੀ ਜੁੜੀਆਂ ਹੋਈਆਂ ਆਤਮਾਵਾਂ ਪਰਮਾਤਮਾ ਨਾਲ ਜੁੜੇ ਹੋਏ ਉਹਨਾਂ ਦੇ ਅੰਦਰ ਵੀ ਸ਼ਿੰਗਾਰ ਹੈ, ਉਹਨਾਂ ਅੰਦਰ ਖੇੜਾ ਹੈ। ਇਸੇ ਨੂੰ ਗੁਰੂ ਗ੍ਰੰਥ ਸਾਹਿਬ ਦੀ ਪਵਿੱਤਰ ਬਾਣੀ ਨੇ ਸੱਤ ਸੁਹਾਣ ਸਦਾ ਮਨ ਚਾਉ ਕੇ। ਫਿਰ ਬੇਨਤੀ ਸੁਣਿਓ, ਫੁੱਲ ਖਿੜਦਾ ਉਹ ਮੁਰਝਾਏਗਾ, ਸਰੀਰ ਖਿੜਦਾ ਇਹ ਇੱਕ ਦਿਨ ਖਤਮ ਹੋਵੇਗਾ, ਮਨ ਥੋੜ੍ਹੇ ਲਈ ਸਮੇਂ ਲਈ ਖਿੜਦਾ ਫਿਰ ਉਹ ਝੋਰੇ ਵੀ ਚਲਾ ਜਾਂਦਾ। ਪਰ ਸੱਚ ਇਹ ਵੇ ਕਿ ਜਦੋਂ ਨਾਮ ਨਾਲ ਕਿਸੇ ਦੇ ਅੰਦਰ ਨੂੰ ਖੇੜਾ ਆਉਂਦਾ, ਉਸ ਵਿਗਾਸ ਨੂੰ ਕਦੀ ਕੋਈ ਖਤਮ ਨਹੀਂ ਕਰ ਸਕਦਾ। ਸਰੀਰ ਦੇ ਬਿਨਸਨ ਤੋਂ ਬਾਅਦ ਵੀ ਉਹਦੇ ਅੰਦਰ ਦਾ ਖੇੜਾ ਕਦੀ ਮਰਦਾ ਨਹੀਂ। ਹਜ਼ੂਰ ਨੇ ਉਸ ਲਈ ਇੱਕ ਸ਼ਬਦ ਵਰਤਿਆ ਹੈ ਵਿਗਾਸ। ਮੈਂ ਅਰਜ਼ ਕੀਤੀ ਸੱਤ ਸੁਹਾਣ ਸਦਾ ਮਨ ਚਾਓ, ਗੁਰੂ ਨਾਨਕ ਸਾਹਿਬ ਨੇ ਸ਼ਬਦ ਵਰਤਿਆ ਨਾਨਕ ਭਗਤਾਂ ਸਦਾ ਸਦਾ ਵਿਗਾਸ ਕੇ ਹੈ, ਥੋੜ੍ਹ ਚਿਰਾ ਵਿਗਾਸ ਨਹੀਂ, ਉਹਨਾਂ ਦੇ ਅੰਦਰ ਦਾ ਖੇੜਾ ਵਿਗਾਸ ਸਦੀਵ ਕਾਲ ਲਈ। ਅਤੇ ਆਪ ਸਭ ਨੂੰ ਪਤਾ ਹੈ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਇਹਨਾਂ ਤੁਕਾਂ ਨੂੰ 4 ਵਾਰੀ ਗੁਰਦੇਵ ਨੇ ਦਰਜ ਕੀਤਾ ਕਿ ਭਗਤਾਂ ਦੇ ਮਨ ਵਿੱਚ ਸਦਾ ਖੇੜਾ ਰਹਿੰਦਾ, ਨਾਨਕ ਭਗਤਾਂ ਸਦਾ ਵਿਗਾਸ, ਸੁਣਿਆ ਦੁੱਖ ਪਾਪ ਕਾ ਨਾਸ਼। ਉਹ ਭਗਤ ਜਿਨ੍ਹਾਂ ਅੰਦਰ ਨਾਮ ਦਾ ਵਿਗਾਸ ਆਇਆ, ਨਾਮ ਦਾ ਖੇੜਾ ਆਇਆ ਹੈ, ਅੱਗੇ ਸਤਿਗੁਰੂ ਕਹਿੰਦੇ ਨੇ ਉਹਨਾਂ ਦੇ ਖੇੜੇ ਨੂੰ ਦੇਖ ਕੇ, ਉਹਨਾਂ ਦੇ ਜੀਵਨ ਨੂੰ ਦੇਖ ਕੇ, ਉਹਨਾਂ ਦੇ ਅੰਦਰ ਦੇ ਸੁੱਖ ਨੂੰ ਦੇਖ ਕੇ। ਅਗਲੀ ਤੋਕੇ ਜੀ, ਧਨ ਦੇਖੈ ਹਰ ਦੁਆਰ, ਇਹ ਸ਼ਬਦ ਥੋੜ੍ਹੇ ਧਿਆਨ ਨਾਲ ਸੁਣਿਓ, ਕਿਉਂਕਿ ਅਸੀਂ ਇੱਕ ਇੱਕ ਤੁੱਕ ਨੂੰ ਵਾਚਣ ਦਾ ਯਤਨ ਕਰਨਾ ਕਿ ਧਨ ਦਾ ਅਰਥ ਹੈ ਇਸਤਰੀ, ਜੀਵ ਆਤਮਾ, ਸਰੀਰ ਅਰਥ ਕਰ ਲਈ ਹੋਰ ਸੌਖੇ ਟੁੱਕਣਗੇ, ਜਗਿਆਸੂ ਅਰਥ ਕਰਾਂਗੇ। ਧਨ ਦੇਖੈ ਹਰ ਦੁਆਰ, ਦੁਆਰ ਦੇ ਰਾਹਰੇ ਨੂੰ ਸਿਹਾਰੀ ਲੱਗੀ ਇੱਥੇ, ਇਹਦਾ ਅਰਥ ਹੈ ਦੁਆਰ ਉੱਤੇ। ਧਨ ਦੇਖੈ ਹਰ ਦੁਆਰ, ਗੁਰੂ ਨਾਨਕ ਸਾਹਿਬ ਕਹਿੰਦੇ ਨੇ ਵੈਸਾਖ ਆ ਗਿਆ, ਜੀਵ ਇਸਤਰੀ ਆਪਣੇ ਦਰਵਾਜ਼ੇ 'ਤੇ ਖਲੋਤੀ ਹੋਈ ਉਡੀਕਦੀ ਪਈ ਹੈ। ਪਹਿਲਾਂ ਮੈਂ ਅਖਰੀ ਅਰਥ ਕਰਾਂਗਾ। ਧਨ ਦੇਖੈ ਹਰ ਦੁਆਰ, ਆਵੋ ਦਇਆ ਕਰੇ। ਮਹਾਰਾਜ ਕਹਿੰਦੇ ਨੇ ਦਰਵਾਜ਼ੇ 'ਤੇ ਖਲੋਤੀ ਜੀਵ ਇਸਤਰੀ ਉਡੀਕਦੀ ਹੈ ਅਤੇ ਨਾਲ ਬੇਨਤੀ ਕਰਦੀ ਪਈ, ਹੇ ਮੇਰੇ ਮਾਲਕ ਹਰੀ ਪਰਮਾਤਮਾ, ਧਨ ਦੇਖੈ ਹਰ ਦੁਆਰ, ਆਪਣੇ ਦਰਵਾਜ਼ੇ 'ਤੇ ਖਲੋਤੀ ਖਰੀ ਦਾ ਰਸਤਾ ਦੇਖ ਰਹੀ ਹੈ। ਹਰ ਦੁਆਰ ਪਾਠ ਵੱਖਰਾ ਵੱਖਰਾ ਹੈ, ਆਪਣੇ ਦਰਵਾਜ਼ੇ 'ਤੇ ਖਲੋਤੀ ਖਰੀ ਨੂੰ ਦੇਖਦੀ ਪਈ ਹੈ ਅਤੇ ਨਾਲ ਬੇਨਤੀ ਕਰਦੀ ਪਈ ਹੈ, ਆਵੋ ਦਇਆ ਕਰੇ ਪਰਮਾਤਮਾ ਜੀ, ਵੈਸਾਖ ਦੇ ਮਹੀਨੇ ਵਿੱਚ ਪੂਰਨ ਖੜਾਓ ਆ ਗਿਆ, ਤੁਸੀਂ ਦਇਆ ਕਰੋ, ਕਿਰਪਾ ਕਰੋ, ਮੈਂ ਦਰਵਾਜ਼ੇ 'ਤੇ ਖਲੋਤੀ ਉਡੀਕਦੀ ਹਾਂ, ਤੁਸੀਂ ਮੇਰੇ ਘਰ ਵਿੱਚ ਆਓ। ਬੇਨਤੀ ਹੈ, ਇਹ ਗੁਰੂ ਗ੍ਰੰਥ ਸਾਹਿਬ ਦੀ ਬਾਣੀ 'ਚ ਬੜੇ ਸ਼ਬਦ ਐਸੇ ਨੇ ਜਿਹਦੇ ਵਿੱਚ ਜਗਿਆਸੂ ਪਰਮਾਤਮਾ ਦੀ ਉਡੀਕ ਵਿੱਚ ਬੈਠਾ।
ਉਹਦੀ ਇੰਤਜ਼ਾਰ ਵਿੱਚ ਹੈ। ਥੋੜ੍ਹੇ ਜਿਹਾ ਆਓ ਅਸੀਂ ਇਹ ਬਾਣੀ 'ਚੋਂ ਬਚਨ ਲੈ ਲਈਏ। ਰਾਤ ਵੀ ਮੈਂ ਅਰਜ਼ ਕੀਤੀ ਸੀ ਕਿ ਜਿਨ੍ਹਾਂ ਅੰਦਰ ਪ੍ਰੇਮ ਦਾ ਵਿਛੋੜਾ ਪੈ ਜਾਏ ਉਹਨਾਂ ਨੂੰ ਇਹ ਸ਼ਬਦ ਦੀ ਸਮਝ ਵੀ ਨਹੀਂ ਪੈਣੀ। ਉਡੀਕ ਜਦੋਂ ਅੰਦਰ ਜਗਿਆਸਾ ਪੈਦਾ ਹੋ ਜਾਏ ਕਿਸੇ ਨੂੰ ਦੇਖ ਕੇ, ਕਿਸੇ ਦੇ ਜੀਵਨ ਨੂੰ ਦੇਖ ਕੇ ਆਪਣੇ ਅੰਦਰ ਚਾਹ ਪੈਦਾ ਹੋ ਜਾਏ, ਫਿਰ ਉਹ ਜਿਹੜੀਆਂ ਘੜੀਆਂ ਉਡੀਕਦੀਆਂ ਨੇ। ਭਾਵੇਂ ਉਹ ਘੜੀਆਂ ਇੱਕ ਪਲ ਪਲ ਕਰਕੇ ਸਮਾਂ ਨਿਕਲਦਾ ਨਹੀਂ, ਪਰ ਉਸ ਉਡੀਕ ਦੇ ਵਿੱਚ ਵੀ ਇੱਕ ਪਰਮ ਸੁੱਖ ਹੈ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਇਸ ਉਡੀਕ ਦਾ ਜ਼ਿਕਰ ਬਾਬਾ ਕਬੀਰ ਸਾਹਿਬ ਜੀ ਨੇ ਕੀਤਾ, ਬਾਬਾ ਫਰੀਦ ਸਾਹਿਬ ਜੀ ਦੀ ਰਚਨਾ ਵਿੱਚ ਮਿਲੇਗਾ। ਗੁਰਮੁਖੋ, ਗੁਰੂ ਗ੍ਰੰਥ ਸਾਹਿਬ ਦੀ ਪਵਿੱਤਰ ਬਾਣੀ 'ਚ ਇਸ ਉਡੀਕ ਬਾਰੇ ਗੁਰੂ ਨਾਨਕ ਸਾਹਿਬ ਦੇ ਅੰਮ੍ਰਿਤ ਬੋਲ ਮਿਲਣਗੇ, ਗੁਰੂ ਅਰਜਨ ਦੇਵ ਦੇ ਪਵਿੱਤਰ ਬੋਲ ਮਿਲਣਗੇ। ਇਉਂ ਕਹਿ ਲਾ ਜਿਤਨੇ ਬਾਣੀਕਾਰ ਨੇ ਉਹਨਾਂ ਦੇ ਜੀਵਨ ਵਿੱਚ ਇਹ ਘਟਨਾ ਵਾਪਰੀ ਹੈ ਅਤੇ ਇਸ ਉਡੀਕ ਦਾ ਜ਼ਿਕਰ ਉਹ ਕਰਦੇ ਨੇ। ਅਸੀਂ ਸਭ ਤੋਂ ਪਹਿਲਾਂ ਭਗਤ ਕਬੀਰ ਸਾਹਿਬ ਦਾ ਸ਼ਬਦ ਕਿ ਤਨ ਦੇਖੈ ਹਰ ਦੁਆਰ ਆਵੋ ਦਇਆ ਕਰੇ, ਪ੍ਰਭੂ ਮੈਂ ਦਰਵਾਜ਼ੇ 'ਤੇ ਖਲੋਤਾ ਇੰਤਜ਼ਾਰ ਕਰ ਰਿਹਾ, ਤੁਸੀਂ ਕਿਰਪਾ ਕਰਕੇ ਘਰ ਵਿੱਚ ਆ ਜਾਓ। ਅਤੇ ਇਹ ਵੀ ਇੱਕ ਸਵਾਲ ਹੈ, ਕੀ ਪਰਮਾਤਮਾ ਸਾਡੇ ਘਰ 'ਚ ਨਹੀਂ? ਕੀ ਪਰਮਾਤਮਾ ਸਰੀਰ 'ਚ ਨਹੀਂ? ਜੇ ਸਰੀਰ 'ਚ ਹੈ ਫਿਰ ਬੇਨਤੀਆਂ ਕਿਹਨੂੰ ਪੈ ਕਰਨੇ ਕਿ ਘਰ ਆਓ ਪਿਆਰੇ। ਅਸੀਂ ਸ਼ਬਦ ਪੜ੍ਹਨਾ ਅੱਗੇ, ਘਰ ਆਓ ਪਿਆਰੇ ਦੁੱਤਰ ਤਾਰੇ। ਕੀ ਪਰਮਾਤਮਾ ਘਰ ਵਿੱਚ ਨਹੀਂ? ਬਸ ਇਸ ਦਾ ਜ਼ਿਕਰ ਇੱਕ ਗੁਰਮੁਖ ਵਿਦਵਾਨ ਨੇ ਕੀਤਾ ਭਾਈ ਕਿ ਪਰਮਾਤਮਾ ਤਾਂ ਘਰ ਵਿੱਚ ਹੀ ਹੈ। ਇੱਕ ਪਾਸੇ ਅਸੀਂ ਕਰਦੇ ਹਾਂ ਘਰ ਹੀ ਮੈਂ ਅੰਮ੍ਰਿਤ ਭਰਪੂਰ ਹੈ, ਉਹਦੀ ਖੂੰਦ ਘਰ 'ਚ ਹੈ। ਜਾਂ ਅਸੀਂ ਬਾਣੀ 'ਚ ਪੜ੍ਹਦੇ ਹਾਂ ਕਾਇਓ ਦੇਵਾ ਕਾਇਓ ਦੇਵਲ ਕਾਇਓ ਜੰਗਮ ਜਾਤੀ, ਘਰ 'ਚ ਹੈ। ਬਾਣੀ 'ਚ ਤਾਂ ਕਿਤੇ ਨਹੀਂ ਕਿਹਾ ਵੀ ਸਰੀਰ 'ਚ ਨਹੀਂ। ਜਿਵੇਂ ਬਾਬਾ ਜੀ ਨੇ ਕਿਹਾ ਵਸੀ ਰੱਬ ਖਿਆਲੀਏ ਜੰਗਲ ਕਿਆ ਢੂੰਡੇ, ਖਿਆਲੀਏ ਤੇਰੇ ਹਿਰਦੇ 'ਚ ਵੱਸਦਾ। ਕਬੀਰ ਸਾਹਿਬ ਨੇ ਕਿਹਾ ਦਿਲ ਮੈਂ ਖੋਜ ਦਿਲ ਹੈ ਦਿਲ ਖੋਜੋ ਇਹ ਹੀ ਠੌਰ ਮੁਕਾਮਾਂ, ਅਸਲੀ ਮੁਕਾਮ ਅਸਲੀ ਠੌਰ ਜਿਹੜਾ ਤੇਰੇ ਦਿਲ 'ਚ ਹੈ। ਪਰ ਬਾਣੀ 'ਚ ਬੜੀਆਂ ਛਾਵਾਂ 'ਤੇ ਜਿਹੜੇ ਹੁਣ ਮੈਂ ਪ੍ਰਮਾਣ ਦੇਣ ਲੱਗਾ, ਤੂੰ ਘਰ ਵਿੱਚ ਆ ਜਾ, ਜੇ ਘਰ ਵਿੱਚ ਹੈ ਬਾਹਰ ਕਿੱਥੇ ਚਲਾ ਗਿਆ। ਇਸ ਬਾਰੇ ਇੱਕ ਗੁਰਮੁਖ ਪਿਆਰੇ ਕਹਿੰਦੇ ਆ ਕਿ ਅਸਲ ਵਿੱਚ ਇਹ ਸੁਰਤ ਦੀ ਪਕਿਆਈ ਵਾਸਤੇ ਹੈ। ਉਹ ਘਰ ਵਿੱਚ ਤਾਂ ਹੈ ਪਰ ਸਾਡੀ ਸੁਰਤ ਦੀ ਪਕੜ ਵਿੱਚ ਨਹੀਂ ਆਉਂਦਾ ਪਿਆ। ਫਿਰ ਬੇਨਤੀ ਸੁਣਿਓ, ਘਰ ਆਵੋ ਪਿਆਰੇ, ਸਾਡੀ ਸੁਰਤ ਖਿੰਡੀ ਹੋਈ ਹੈ, ਸਾਡੀ ਸੁਰਤ ਦੀ ਪਕੜ ਵਿੱਚ ਵੀ ਨਹੀਂ ਆ ਸਕਦਾ। ਜੇ ਆਪਣਾ ਯਤਨ ਕਰੀਏ ਤਾਂ ਉਹ ਪਕੜ ਵਿੱਚ ਆਏਗਾ ਵੀ ਨਹੀਂ। ਇੱਕ ਅਰਦਾਸ ਹੈ ਮੇਰੇ ਮਾਲਕ ਜੀ, ਤੇਰੀ ਮੌਜੂਦਗੀ ਤਾਂ ਮੇਰੇ ਅੰਦਰ ਹੈ ਪਰ ਮੇਰੀ ਸੁਰਤ ਹੀ ਗੈਰ ਹਾਜ਼ਰ ਹੋਈ ਬੈਠੀ ਹੈ, ਖਿੰਡੀ ਹੋਈ ਹੈ। ਇੱਕ ਕਿਰਪਾ ਕਰੋ ਕਿ ਮੇਰੇ ਸੁਰਤ ਦੇ ਘਰ ਵਿੱਚ ਤੁਹਾਡਾ ਨਿਵਾਸ ਹੋ ਜਾਏ, ਤੁਸੀਂ ਆ ਜਾਓ, ਮੇਰੀ ਸੁਰਤੀ ਵਿੱਚ ਤੁਹਾਡਾ ਚਿੰਤਨ ਆ ਜਾਏ। ਹਜ਼ੂਰ ਨੇ ਇਸ ਬਿਰਹਾ ਦੇ ਸ਼ਬਦ ਨੂੰ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਇਸ ਤਰ੍ਹਾਂ ਨਿਰੂਪਣ ਕੀਤਾ, ਤਨ ਦੇਖੈ ਹਰ ਦੁਆਰ ਆਵੋ ਦਇਆ ਕਰੇ। ਸਤਿਗੁਰੂ ਦਾ ਬਚਨ ਹੈ ਪੰਥ ਨਿਹਾਰੈ ਕਾਮਨੀ, ਇਹ ਅਵਸਥਾ ਹੈ ਪਿਆਰਿਓ ਉਸ ਨੂੰ ਪੁਕਾਰਨ ਦੀ। ਅਤੇ ਦੇਖੋ ਮੈਂ ਰਾਤ ਵੀ ਕਿਹਾ ਸੀ ਗੁਰੂ ਗ੍ਰੰਥ ਸਾਹਿਬ 'ਚ ਜਿੰਨੇ ਵੀ ਸ਼ਬਦ ਪੜ੍ਹਦੇ ਹਾਂ ਇਹ ਸਾਰੇ ਦਰਜਾ ਬਦਰਜਾ ਆਤਮਕ ਜੀਵਨ ਦੇ ਹੀ ਵਿਆਖਿਆ ਕਰਦੇ ਪੈਣ। ਹੁਣ ਕਈ ਸ਼ਬਦ ਈਵਨ ਦੇਖੋ ਅਸੀਂ ਲਾਵਾਂ ਦੀ ਗੱਲ ਕਰਨੀ, ਮੈਂ ਵਿੱਚੋਂ ਥੋੜ੍ਹਾ ਜਿਹਾ ਨਿਕਲ ਕੇ ਬੇਨਤੀ ਕਰਾਂ, ਲਾਵਾਂ ਦਾ ਸੰਬੰਧ ਜੇ ਅੰਤਰੀਵ ਅਰਥ ਦੇਖੋ ਤਾਂ ਆਤਮਾ ਅਤੇ ਪਰਮਾਤਮਾ ਦਾ ਸੰਯੋਗ ਹੈ। ਹਾਲਾਂ ਅਸੀਂ ਲਾਵਾਂ ਬਾਹਰ ਮੁਖੀ ਕਰਨੇ, ਪਾਠ ਕੀਤਾ ਜਾਂਦਾ, ਪਰ ਜੇਕਰ ਉਸ ਨਾਲ ਲਾਵਾਂ ਦੀ ਗਹਿਰਾਈ ਵਿੱਚ ਜਾਓ, ਲਾਵਾਂ ਤਾਂ ਸਹਿਜ ਆਨੰਦ ਦੀ ਪ੍ਰਾਪਤੀ ਨੇ,
ਬਾਰਾਂ ਮਾਹ ਵੀ ਸਹਿਜ ਆਨੰਦ ਦੀ ਪ੍ਰਾਪਤੀ, ਜਿਵੇਂ ਉਦਾਹਰਣ ਦੇ ਤੌਰ 'ਤੇ ਹਰ ਪਹਿਲੜੀ ਲਾਮ ਪ੍ਰਵਿਰਤੀ ਕਰਮ ਦ੍ਰਿੜਾਇਆ ਬਲਰਾਮ ਜੀਓ, ਬਾਣੀ ਬ੍ਰਹਮਾ ਵੇਦ ਧਰਮ ਦ੍ਰਿੜੋ ਪਾਪ ਤਜਾਇਆ ਬਲਰਾਮ ਜੀਓ, ਧਰਮ ਦ੍ਰਿੜੋ ਹਰ ਨਾਮ ਧਿਆਓ ਸਿਮਰਤ ਨਾਮ ਦ੍ਰਿੜਾਇਆ, ਸਤਿਗੁਰ ਗੁਰ ਪੂਰਾ ਆਰਾਧੋ ਸਭ ਕਿਲਵਿਕ ਪਾਪ ਗਵਾਇਆ। ਉੱਥੇ ਹੈ ਸਹਿਜ ਆਨੰਦ ਖੋਵਾ ਵੱਡ ਭਾਗੀ, ਮਨ ਹਰ ਹਰ ਮੀਠਾ ਲਾਇਆ, ਜਨ ਕਹਿ ਨਾਨਕ ਲਾਭ ਪਹਿਲੀ ਆਰੰਭ ਕਾਜ ਰਚਾਇਆ। ਖੇਦ ਇਸ ਦੀ ਗੱਲ ਦਾ ਹੈ ਕਿ ਅਸੀਂ ਹਰ ਚੀਜ਼ ਨੂੰ ਸਮਝਣਾ ਚਾਹੁੰਦੇ। ਵੇਖੋ ਬਾਹਰਮੁਖੀ ਕੋਈ ਚੀਜ਼ ਖਰੀਦੀਏ, ਕੋਈ ਗੱਲ ਕਰੀਏ, ਅਸੀਂ ਕਿੰਨੀ ਚੀਰ ਫਾੜ ਕਰਨੇ, ਪਰ ਇੰਨੇ ਆਨੰਦ ਕਾਰਜ ਗੁਰੂ ਘਰਾਂ 'ਚ ਹੁੰਦੇ ਨੇ। ਮੈਂ ਨੈਗੇਟਿਵ ਨਹੀਂ ਕਹਿ ਰਿਹਾ, 100 ਵਿੱਚੋਂ ਕੋਈ 5-7 ਹੋਣਗੇ ਜਿਹੜੇ ਲਾਵਾਂ ਲੈਣ ਵਾਲਿਆਂ ਨੂੰ ਲਾਵਾਂ ਦਾ ਪਤਾ, ਉਹਨਾਂ ਨੂੰ ਸਿਰਫ ਇੰਨਾ ਹੀ ਪਤਾ ਹੀ ਸੀ ਸਿੱਖਾਂ ਘਰ ਜੰਮੇ ਹਾਂ, ਸਿੱਖਾਂ ਦਾ ਵਿਆਹ ਗੁਰੂ ਗ੍ਰੰਥ ਸਾਹਿਬ ਦੇ ਚਾਰ 'ਚ ਫੇਰੇ ਘੁੰਮ ਕੇ ਹੁੰਦਾ ਹੈ। ਉਹਨਾਂ ਨੂੰ ਕੋਈ ਪਤਾ ਨਹੀਂ ਭਾਈ ਸਾਹਿਬ ਕੀ ਪੜ੍ਹ ਰਹੇ, ਉਹਨਾਂ ਨੂੰ ਕੋਈ ਪਤਾ ਨਹੀਂ ਕੀਰਤਨ 'ਚ ਕੀ ਹੋ ਰਿਹਾ। ਉਸ ਵਕਤ ਇੰਨਾ ਦੁੱਖ ਲੱਗਦਾ, ਵੇਖੋ ਇੰਨਾ ਗਿਆਨ ਹੋਣ ਦੇ ਬਾਵਜੂਦ ਇੱਕ ਵਿਆਹ ਦੀ ਰਸਮ ਲਈ, ਵਿਆਹ ਲਈ ਅਸੀਂ ਕਿੰਨੇ ਦਿਨ ਕੱਢਣੇ। ਹੁਣ ਤਾਂ ਚਲੋ ਤੁਹਾਡੇ 'ਤੇ ਤਾਂ ਸਿਸਟਮ ਕੀ ਹੈ ਮੈਨੂੰ ਕੋਈ ਪਤਾ ਨਹੀਂ, ਭਾਰਤ ਵਿੱਚ ਤਾਂ ਰੁਪਈਆ ਜਿੰਨਾ ਕੁੱਲ ਕਹੇ, ਇੰਡੀਆ ਵਿੱਚ ਤਾਂ ਇੱਕ ਵਿਆਹ ਦੇ 5-5 ਵਿਆਹ ਬਣੇ ਪਏ। ਅੱਜ ਮਹਿੰਦੀ ਏ, ਅੱਜ ਚੁੰਨੀ ਚਾੜਨੀ ਏ, ਅੱਜ ਅੰਗੂਠੀ ਏ, ਅੱਜ ਆਏ 5-5। ਜਿਨ੍ਹਾਂ ਨੇ ਆਪਣੇ ਵਿਆਹ ਲਈ 5-5 10-10 ਦਿਨ ਰਾਤ ਦੇ ਦਿੱਤੇ, ਪਰ ਪਿਆਰਿਓ ਜਿਸ ਵਿੱਚੋਂ ਗੁਰੂ ਦੀ ਕਿਰਪਾ ਮਿਲਣੀ ਸੀ, 4 ਲਾਵਾਂ ਦੀ ਅਸੀਂ 4 ਘੰਟੇ ਵੀ ਦੇਣ ਵਾਸਤੇ ਤਿਆਰ ਨੇ। 4 ਘੰਟੇ ਤਾਂ ਦੂਰ ਦੀ ਗੱਲ, ਮੇਰਾ ਖਿਆਲ 1 ਘੰਟੇ ਹੀ ਕਿਤੇ ਲਾਵਾਂ ਦੀ ਸਮਝ ਵਾਸਤੇ ਦੇ ਲਈ, ਕਿਉਂਕਿ ਗੁਰਬਾਣੀ ਸਾਰੀ ਰੂਹਾਨੀਅਤ ਹੈ, ਗੁਰਬਾਣੀ ਸਾਰੀ ਆਤਮਿਕ ਜੀਵਨ ਲਈ। ਹਾਲਾਂਕਿ ਆਤਮਿਕ ਜੀਵਨ ਦੀ ਗੱਲ ਕਰਦਿਆਂ ਬਾਹਰਮੁਖੀ ਫਰਜ਼ਾਂ ਤੋਂ ਗੁਰਬਾਣੀ ਨੇ ਸਾਨੂੰ ਦੂਰ ਨਹੀਂ ਖੋਣ ਦਿੱਤਾ, ਪਰ ਫਿਰ ਵੀ ਬੇਨਤੀ ਕਰਾਂ, ਹੁਣ ਲਾਵਾਂ ਨੇ, ਲਾਵਾਂ ਤਾਂ ਸਹਿਜ ਆਨੰਦ ਖੋਵਾ ਵੱਡ ਭਾਗੀ ਹੈ। ਤੁਸੀਂ ਦੂਜੀ ਲਾਮ ਪੜ੍ਹੋਗੇ, ਹਰ ਦੂਜੜੀ ਲਾਮ ਸਤਿਗੁਰੂ ਪੁਰਖ ਮਿਲਾਇਆ ਬਲਰਾਮ ਜੀਓ, ਨਿਰਪਿਓ ਪੈ ਮਨ ਖੋਏ ਖੋਮੈ ਮਹਿਲ ਗਵਾਇਆ ਬਲਰਾਮ ਜੀਓ, ਨਿਰਮਲ ਪਉ ਪਾਇਆ ਹਰ ਗੁਣ ਗਾਇਆ, ਹਰ ਵੇਖੈ ਰਾਮ ਅਧੂਰੇ, ਹਰ ਆਤਮ ਰਾਮ ਪਸਾਰਿਆ ਸਵਾਮੀ ਸਰਬ ਰਿਹਾ ਭਰਪੂਰੇ, ਅੰਤਰ ਬਾਹਰ ਹਰ ਪ੍ਰਭ ਏਕੋ ਮਿਲ ਹਰ ਜਨ ਮੰਗਲ ਗਾਏ, ਜਨ ਨਾਨਕ ਦੂਜੀ ਲਾਭ ਚਲਾਈ ਅਨਹਦ ਸ਼ਬਦ ਵਜਾਏ। ਇਹ ਬਾਹਰ ਦੀ ਵਸਤਾ ਹੈ। ਫਿਰ ਬੇਨਤੀ ਹੈ, ਕਦੀ ਮੌਕਾ ਮਿਲੇ ਜ਼ਰੂਰ ਇਸ ਵੱਲ ਪਲੀਜ਼ ਧਿਆਨ ਦਿਓ, ਕਿਉਂਕਿ ਅਸੀਂ ਗੁਰਬਾਣੀ ਤੋਂ ਟੁੱਟ ਗਏ। ਬਾਹਰ ਨਾਰੇ ਲਾਈ ਜਾਓ, ਜ਼ਿੰਦਾਬਾਦ ਮੁਰਦਾਬਾਦ ਕਰੀ ਜਾਓ, ਜਕਾਰੇ 'ਤੇ ਜਕਾਰਾ ਛੱਡੀ ਜਾਓ। ਮੈਂ ਬੇਨਤੀ ਕਰਾਂਗਾ, ਜਿਸ ਬੰਦੇ ਦੀ ਸੁਰਤ ਸ਼ਬਦ ਨਾਲ ਨਹੀਂ ਜੁੜੀ, ਉਹ ਬਾਹਰ ਇਮੋਸ਼ਨਲ ਜਿੰਨਾ ਮਰਜ਼ੀ ਬੋਲੀ ਜਾਵੇ, ਉਹਦਾ ਰੰਚਕ ਮਾਤਰ ਵੀ ਕੋਈ ਫਾਇਦਾ ਨਹੀਂ। ਕਈਆਂ ਨੂੰ ਹੋ ਸਕਦਾ ਮੇਰੀ ਗੱਲ ਬਿਲਕੁਲ ਚੰਗੀ ਨਹੀਂ ਲੱਗਣੀ। ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਸਿਰਫ ਵਰਤਨੇ ਹਾਂ ਪ੍ਰਕਾਸ਼ ਕਰਕੇ, ਚਲੋ ਤੇਰਾ ਪ੍ਰਕਾਸ਼ ਹੋਇਆ, ਇਸੇ ਬਹਾਨੇ ਲੋਕ ਆਏ ਨੇ ਆਪਣੀਆਂ ਗੱਲਾਂ ਸੁਣਾ ਲਾਂਗੇ, ਇਸ ਤਰ੍ਹਾਂ ਹੀ ਕਰਨੇ ਪ੍ਰਕਾਸ਼ ਗੁਰੂ ਗ੍ਰੰਥ ਸਾਹਿਬ ਦਾ, ਗੱਲਾਂ ਆਪਣੀਆਂ ਸੁਣਾ ਰਹੇ, ਅਤੇ ਗੁਰੂ ਗ੍ਰੰਥ ਸਾਹਿਬ ਦੇਖਦੇ ਨੇ, ਮੁਸਕਰਾਉਂਦੇ ਨੇ, ਕਹਿੰਦੇ ਨੇ ਕਿੱਡਾ ਬੇਈਮਾਨ ਨੇ, ਮੇਰੀ ਮੌਜੂਦਗੀ ਵਿੱਚ ਮੇਰੀ ਗੱਲ ਕਰਨ ਵਾਸਤੇ ਤਿਆਰ ਨੇ। ਮੈਂ ਇਸ ਕਰਕੇ ਕਹਿੰਦਾ, ਹੁਣ ਦੂਜੜੀ ਲਾਮ ਅਨੰਦ ਸ਼ਬਦ, ਅਤੇ ਅਨੰਦ ਸ਼ਬਦ ਉਦੋਂ ਸ਼ੁਰੂ ਹੁੰਦਾ ਜਦੋਂ 9 ਦਰਵਾਜ਼ਿਆਂ ਦੇ ਰਸ ਮੁੱਕ ਜਾਂਦੇ ਨੇ। 9 ਦਰ ਠਾਕੇ ਵਰਜਰ ਹਾਏ, 10ਵੇਂ ਨਿਜ ਕਰ ਵਾਸਾਂ ਪਾਏ, ਉੱਥੇ ਅਨੰਦ ਸ਼ਬਦ ਵਜੇ, ਦਿਨ ਰਾਤੀ ਗੁਰਮਤੀ ਸ਼ਬਦ ਸੁਣਾ ਬਣੇ। ਉਹ ਵਿਚਾਰੇ 4 ਚੁਫੇਰੇ ਮਾਰੇ ਦੇ ਘੁੰਮੀ ਜਾਂਦੇ, ਉਹਨਾਂ ਨੂੰ ਪਤਾ ਹੀ ਕੋਈ ਨਹੀਂ ਅਨੰਦ ਸ਼ਬਦ ਕੀ ਹੈ। ਮੇਰੀ ਬੇਨਤੀ ਹੈ, ਪਹਿਲੀ ਲਾਮ ਹੈ ਸਹਿਜ ਆਨੰਦ ਖੋਵਾ ਵੱਡ ਭਾਗੀ, ਮਨ ਹਰ ਹਰ ਮੀਠਾ ਲਾਇਆ, ਖਰੀ ਮੀਠਾ ਲੱਗੇ। ਦੂਜਾ ਹੈ
ਕਿ ਹਰ ਦੂਜੜੀ ਲਾਮ ਸਤਿਗੁਰ ਪੁਰਖ ਦਾ ਮਿਲਾਪ, ਅਤੇ ਮੈਂ ਬੇਨਤੀ ਕੀਤੀ ਅਨੰਦ ਸ਼ਬਦ ਵਜਾਏ, ਹਰ ਤੀਜੜੀ ਲਾਭ ਮਨ ਚਾਓ ਭਇਆ, ਬੈਰਾਗੀਆਂ ਬਲਰਾਮ ਜੀਓ। ਦੋ ਚੀਜ਼ਾਂ ਇਕੱਠੀਆਂ ਨੇ, ਚਾਹ ਅਤੇ ਬੈਰਾਗ, ਇਹ ਇਕੱਠੇ ਕਿਵੇਂ ਹਨ? ਸੱਚੀ ਗੱਲ, ਪਰਮਾਰਥ ਵਿੱਚ ਜਿੰਨੇ ਵੀ ਸਾਈਂ ਤੱਕ ਮਿਲਣਾ, ਜਿਹਨੂੰ ਸਾਈਂ ਨੇ ਆਪਣੇ ਨਾਲ ਮਿਲਾਉਣਾ, ਉਹਦੇ ਕੋਲ ਬੈਰਾਗ ਵੀ ਆਉਣਾ ਅਤੇ ਚਾਹ ਵੀ ਆਉਣਾ। ਇਹਨਾਂ ਦੋਨਾਂ ਦਾ ਸੰਬੰਧ ਵਿਆਹ ਵਿੱਚ ਵੀ, ਦੋਵੇਂ ਚੀਜ਼ਾਂ ਚਾਹ ਅਤੇ ਬੈਰਾਗ ਇਕੱਠੇ ਨੇ। ਆਪ ਬੱਚੀ ਲਈ ਵਰ ਲੱਭਣੇ ਆ, ਘਰ ਲੱਭਣੇ, ਕਿੰਨੇ ਚਾਹ ਨਾਲ ਕਾਰਜ ਕਰਨੇ ਸਾਡੇ। ਚਲੋ ਮੈਂ ਉਹ ਪੁਰਾਣੀ ਪਿਛੋਕੜ ਦੀ ਗੱਲ ਕਰ ਰਿਹਾ, ਅੱਜ ਦੀ ਨਹੀਂ। ਵਾਹਿਗੁਰੂ ਜੀ, ਅੱਜ ਕਿਹੜਾ ਮਾਪਿਆਂ ਨੂੰ ਪੁੱਛਦਾ ਜੀ ਵਿਚਾਰਿਆਂ ਨੂੰ ਜੀ? ਉਹ ਤਾਂ ਵਿਚਾਰੇ ਦਰਸ਼ਕ ਬਣ ਕੇ ਜਾਂਦੇ ਆ ਕਈ ਵਿਆਹਾਂ 'ਤੇ ਮਾਪੇ, ਅਸਲੀਅਤ ਇਹ ਵੇ ਉਹ ਤਾਂ ਮਜਬੂਰੀ ਦੇ ਖਲੋਤੇ ਹੁੰਦੇ ਆ, ਚੱਲ ਮਣਾ ਜੰਮਿਆ ਆਪਣਾ ਫਰਜ਼ ਅਦਾ ਕਰ ਜਾ, ਉਹ ਜਿਉਂਦੇ ਨਹੀਂ ਹੁੰਦੇ ਅਸਲ 'ਚ ਵਿਚਾਰੇ। ਪਰ ਜਿਹੜਾ ਆਹ ਤੀਜੜੀ ਲਾਮ ਸੀ, ਮਨ ਚਾਓ ਭਇਆ, ਬੈਰਾਗੀਆਂ ਚਾਹ 'ਤੇ ਬੈਰਾਗ ਸੀ, ਚਾਹ ਇਸ ਕਰਕੇ ਸੀ ਬੱਚੀ ਨੂੰ ਵੀ ਵਰ ਘਰ ਲੱਭਿਆ ਹੈ, ਮਾਪਿਆਂ ਨੂੰ ਚਾਹ ਸੀ ਕਿ ਧੀ ਦਾ ਬੱਚੇ ਦਾ ਵਿਆਹ ਕਰਨਾ, ਅਤੇ ਜਿਸ ਬੱਚੀ ਨੂੰ ਚਾਹ ਨਾਲ ਸਵੇਰੇ ਬਰਾਤ ਨੂੰ ਜੀ ਆਇਆ ਕਿਹਾ, ਜਦੋਂ ਡੋਲੀ ਤੁਰ ਲੱਗੀ ਉਸ ਘਰ ਵਿੱਚ ਬੈਰਾਗ ਆ ਗਿਆ, ਸਭ ਦੀਆਂ ਅੱਖਾਂ ਨਮ ਹੋ ਗਈਆਂ। ਹਜ਼ੂਰ ਨੇ ਕਿਹਾ ਬੈਰਾਗ ਅਤੇ ਚਾਹ ਹੈ, ਜਦੋਂ ਇਸ ਪਾਸੇ ਉਹ ਟੁੱਟੋਗੇ, ਬੈਰਾਗ ਤੋਂ ਬਿਨਾਂ ਟੁੱਟਿਆ ਨਹੀਂ ਜਾਣਾ। ਅਤੇ ਚੇਤੇ ਰੱਖਿਓ, ਸਾਈਂ ਦੀ ਸੇਜ ਚਾਹ ਤੋਂ ਬਿਨਾਂ ਮਾਣੀ ਨਹੀਂ ਜਾਣੀ, ਉਹਦੇ ਲਈ ਚਾਹ ਹੋਣਾ ਜ਼ਰੂਰੀ ਹੈ। ਹੁਣ ਇਹ ਤੀਜੀ ਲਾਮ ਹੈ ਜੀ, ਹਰ ਤੀਜੜੀ ਲਾਮ ਮਨ ਚਾਓ ਪਾਇਆ, ਬੈਰਾਗੀਆਂ ਬ ਰਾਮ ਜੀਓ, ਸੰਤ ਜਨਾ ਹਰ ਮੇਲ ਕਰ ਪਾਇਆ, ਵਡਭਾਗੀਆਂ ਬ ਰਾਮ ਜੀਓ। ਅਸੀਂ ਇਹ ਸਾਰੇ ਬਚਨ ਪੜ੍ਹਨੇ ਹਜ਼ੂਰ ਦੀ ਬਾਣੀ 'ਚ। ਚੌਥੜੀ ਲਾਮ ਪਰਮ ਅਵਸਥਾ ਸਹਿਜ ਕੇ, ਜਿਹਨੂੰ ਵੈਸਾਖ ਭਲਾ ਸਾਖਾ ਵੇਸ਼ ਕਰੇ, ਹਰ ਚੌਥੜੀ ਲਾਮ ਮਨ ਸਹਿਜ ਪਾਇਆ, ਹਰ ਪਾਇਆ ਬ ਰਾਮ ਜੀਓ। ਗੁਰਮੁਖ ਮਿਲਿਆ ਸੁਭਾਏ, ਹਰ ਮੰਤਨ ਮਿੱਠਾ ਲਾਇਆ ਬ ਰਾਮ ਜੀਓ, ਹਰ ਮਿੱਠਾ ਲਾਇਆ ਮੇਰੇ ਪ੍ਰਪਾਇਆ, ਅੰਧਨ ਖਰ ਲਾਈ ਮਨ ਚੰਦਿਆ ਫਲ ਪਾਇਆ, ਸਵਾਮੀ ਹਰ ਨਾਮ ਵੱਜੀ ਵਾਧਾਈ, ਹਰ ਪ੍ਰਭ ਠਾਕੁਰ ਕਾਂਜ ਰਤਾਇਆ, ਧਨ ਖਿਰਦੈ ਨਾਮ ਵਿਗਾਸੀ ਦਰਤ ਖੇੜਾ ਹੈ। ਮੈਂ ਤਾਂ ਇਹ ਪੂਰੀਆਂ ਲਾਵਾਂ ਪੜ੍ਹ ਦਿੱਤੀਆਂ ਕਿਉਂਕਿ ਸਿੱਖ ਤਾਂ ਹੈ ਹੀ ਖੇੜਾ। ਜਿਸ ਦਿਨ ਗੁਰੂ ਗੋਬਿੰਦ ਸਿੰਘ ਜੀ ਨੇ ਆਉਣ ਵਾਲੇ ਦਿਨਾਂ 'ਚ ਵਾਚਾਂਗੇ, ਸੀਸ ਮੰਗੇ ਕਿਸ ਧਰਤੀ 'ਤੇ ਖਲੋ ਕੇ ਮੰਗੇ, ਕੇਸਗੜ੍ਹ ਦੀ ਪਹਾੜੀ 'ਤੇ ਮੰਗੇ, ਸ਼ਹਿਰ ਅਨੰਦਪੁਰ ਸੀ, ਅਤੇ ਅੰਮ੍ਰਿਤ ਦੇਣ ਤੋਂ ਬਾਅਦ ਕਿਹਾ ਕਿ ਬੰਦਾ ਰੋਂਦੇ ਹੀ ਦੁਨੀਆਂ ਤੋਂ ਆਇਆ ਅਤੇ ਕਲਪਦੇ ਹੀ ਚਲਾ ਗਿਆ, ਮੈਂ ਤੇਰਾ ਸੀਸ ਲੈ ਕੇ ਅੰਮ੍ਰਿਤ ਦਿੱਤਾ, ਅੱਜ ਤੋਂ ਬਾਅਦ ਮੈਂ ਤੈਨੂੰ ਅਨੰਦਪੁਰ ਦਾ ਵਾਸੀ ਬਣਾ ਦਿੱਤਾ। ਅਨੰਦਪੁਰ ਕੇਵਲ ਪੰਜਾਬ ਦਾ ਇੱਕ ਖਿੱਤਾ ਨਹੀਂ ਸੀ ਪਿਆਰਿਓ, ਅਨੰਦਪੁਰ ਦੇ ਵੀ ਰੁਖਾਨੀਅਤ ਦੇ ਅਸਰ ਨੇ, ਅਰਥ ਨੇ। ਅਨੰਦਪੁਰ ਕਦੀ ਉੱਜੜਦਾ ਨਹੀਂ, ਅਨੰਦਪੁਰ ਬਖਸ਼ਾਂ ਵਰਤਾਉਂਦਾ। ਗੁਰੂ ਨੇ ਜਿਹਨੂੰ ਖੇੜਾ ਕਿਹਾ, ਵਿਗਾਸ ਕਿਹਾ, ਬੇਗਮਪੁਰਾ ਕਿਹਾ, ਉਹਨੂੰ ਦਸਵੇਂ ਵਜਾਮੇ ਵਿੱਚ ਗੁਰੂ ਨੇ ਅਨੰਦਪੁਰ ਸਾਹਿਬ ਕਰ ਦਿੱਤਾ। ਕਿਸੇ ਵੀ ਕੌਮ ਦੇ ਘਰ ਦਾ ਨਾਮ ਖੇੜਾ ਨਹੀਂ, ਅਨੰਦਪੁਰ ਕੇਵਲ ਖਾਲਸੇ ਦੀ ਝੋਲੀ ਵਿੱਚ ਦਾਤੇ ਨੇ ਦਾਤ ਪਾਈ। ਖੈਰ ਮੈਂ ਆਪਣੇ ਪ੍ਰਕਰਨ ਤੋਂ ਦੂਰ ਨਾ ਜਾਵਾਂ ਕਿ ਸਾਖਾਂ ਵੇਸ਼ ਕਰੇ, ਤਨ ਦੇਖਿਆ ਹਰ ਦੁਆਰ, ਆਵੋ ਦਇਆ ਕਰੇ। ਕਹਿੰਦੇ ਨੇ ਜੀਵ ਇਸਤਰੀ ਖਲੋਤੀ ਏ ਸੁਰਤ ਮੈਲੀ ਏ, ਸਾਈਂ ਪਕੜ ਵਿੱਚ ਨਹੀਂ ਹੈ ਸਰੀਰ 'ਚ ਹੀ। ਪਰ ਵੇਖੋ ਇਹ ਸਾਡੇ ਸਰੀਰ ਦੀ ਕੈਸੀ ਬਣਤਰੇ ਸੀ ਜਿੰਨੇ ਬੈਠੇ ਹਾਂ, ਸੱਚੀ ਮੁੱਚੀ ਬੜਾ ਕੀਮਤੀ ਖਜ਼ਾਨਾ, ਇਹ ਭੋਗਾਂ ਵਾਸਤੇ ਨਹੀਂ ਮਿਲਿਆ, ਇੰਨਾ ਕੀਮਤੀ ਖਜ਼ਾਨਾ ਇਹਦੇ ਵਿੱਚ ਹੀ ਰੱਬ ਏ, ਇਹਦੇ ਵਿੱਚ ਹੀ ਗੁਰੂ ਨਾਨਕ ਸਾਹਿਬ ਨੇ, ਇਹਦੇ ਵਿੱਚ ਹੀ ਗੁਰਦੁਆਰਾ। ਚਲੋ ਮੈਂ ਗੁਰਦੁਆਰੇ ਦੀ ਕਿਉਂ ਕਿਸੇ ਪੰਜਵੀਂ ਵਰ੍ਹੇ ਗੰਢ ਆਪਾਂ ਮਨਾਉਂਦੇ ਪਏ ਹਾਂ, ਮੈਂ ਉਸ ਸੰਬੰਧੀ ਵੀ ਅੱਜ ਅਰਜ਼ ਜ਼ਰੂਰ ਕਰਨੀ ਚਾਹੁੰਦਾ। ਪਰ ਦੇਖੋ ਜਿਹਦੇ ਅੰਦਰ ਜਿਹੜੀ ਸੁਰਤ ਮੰਗਦੀ ਹੈ ਸਾਈਂ ਮਿਲੇ,
ਪਰ ਵਾਰ ਵਾਰ ਵਾਸ਼ਨਾ ਤੰਗ ਕਰਦੀ, ਵਾਰ ਵਾਰ ਉਹਦੀ ਸੁਰਤ ਖਿੰਡਦੀ ਏ। ਫਿਰ ਉਹ ਜੋਦਨੀਆਂ ਕਰਕੇ ਕਹਿੰਦਾ, ਮਾਲਕਾ ਹੈ ਤਾਂ ਤੂੰ ਘਰ ਵਿੱਚ, ਮੇਰੀ ਸੁਰਤ ਦੇ ਘਰ ਵਿੱਚ ਆ ਜਾ, ਮੇਰੀ ਸੁਰਤ ਦੀ ਪਕੜ ਵਿੱਚ ਰੱਖੀ। ਇਹਨੂੰ ਕਬੀਰ ਸਾਹਿਬ ਨੇ ਕਿਹਾ, ਫਿਰ ਉਹ ਬਿਰਹਾ ਵਿੱਚ ਪੁਕਾਰਦਾ, ਉਡੀਕਦਾ, ਸੱਚਮੁੱਚ ਗੁਰੂ ਬਾਰਮੁਖੀ ਤੌਰ 'ਤੇ ਵੀ ਜਿਹੜਾ ਉਡੀਕਦਾ ਉਹਦੇ ਘਰ ਵੀ ਜਾਂਦੇ ਆ। ਉਡੀਕ ਹੀ ਕੁਛ ਨਹੀਂ, ਕਬੀਰ ਸਾਹਿਬ ਦੀ ਉਡੀਕ ਕੇ ਮੈਂ ਸ਼ਬਦ ਪੜ੍ਹ ਦਿੰਦਾ ਕਿ ਪੰਥ ਨਿਖਾਰ ਹੈ ਕਾਮਨੀ, ਧਨ ਦੇਖੈ ਹਰ ਦੁਆਰ। ਕਾਮਨੀ ਦਾ ਅਰਥ ਹੈ ਇਸਤਰੀ, ਪੰਥ ਦਾ ਅਰਥ ਹੈ ਰਸਤਾ, ਕਿ ਜੀਵ ਇਸਤਰੀ ਖਲੋਤੀ ਪੰਥ ਨਿਹਾਰਦੀ, ਰਸਤਾ ਵੇਂਦੀ ਪਈ। ਹੁਣ ਇਹ ਵੀ ਅਰਥ ਇੱਥੇ ਨਹੀਂ ਹੋਣਗੇ, ਹੁਣ ਤਾਂ ਫੋਨ ਹੀ ਦੱਸ ਦਿੰਦਾ ਕਿੱਥੇ ਕਰਕੇ ਆਪਾਂ ਪਹੁੰਚ ਗਏ। ਨਾਮ ਹੀ ਹੋਵੇ ਫੋਨ, ਤਾਂ ਲੋਕ ਫੋਨ ਟਰੇਸ ਕਰਕੇ ਪਤਾ ਕਰ ਲੈਂਦੇ ਕਿਹੜੇ ਇਲਾਕੇ 'ਚ ਗਏ। ਪਰ ਜਿਹੜਾ ਉਹ ਵੇਲਾ ਸੀ ਨਾ, ਮੈਨੂੰ ਯਾਦ ਹੈ ਜਦੋਂ ਮਾਂ ਬਾਪ ਕਿਤੇ ਪ੍ਰਦੇਸ਼ ਵਿੱਚ ਹੋਣੇ ਅਤੇ ਨਿੱਕੇ ਨਿੱਕੇ ਨਿਆਣੇ ਸ਼ਾਮ ਨੂੰ ਕੋਠੇ ਉੱਤੇ ਖਲੋ ਜਾਂਦੇ ਸਨ, ਅੱਜ ਬਾਪੂ ਅਤੇ ਬੇਬੇ ਆਉਣੇ ਨੇ ਰਾਹ ਵੇਹਨੇ ਪਏ, ਸੱਚ ਇਵੇਂ ਰਸਤਾ ਵੇਖਿਆ ਜਾਂਦਾ ਸੀ। ਕਬੀਰ ਸਾਹਿਬ ਉਸ ਘਟਨਾ ਦਾ ਜ਼ਿਕਰ ਕਰ ਰਹੇ, ਪਰ ਉਹ ਰਸਤਾ ਵੇਖਣ ਵਾਲਾ ਥੱਕਦਾ ਨਹੀਂ ਸੀ। ਮੈਨੂੰ ਯਾਦ ਹੈ ਕਦੀ ਝੋਲਾ ਪਾਉਣਾ ਕਿ ਮਾਂ ਨੇ ਆਉਣਾ, ਹਰ ਸਰੀਰ ਆਉਣ ਵਾਲਾ ਮਾਂ ਅਤੇ ਬਾਪ ਦਿਸਣਾ ਵੀ ਮਾਂ ਬਾਪ ਆ ਰਹੇ ਨੇ। ਉਹ ਨਾ ਥੱਕਦਾ ਸੀ ਨਾ ਭੁੱਖ ਲੱਗਦੀ ਸੀ, ਇੱਕੋ ਚਾਹ ਸੀ ਕਿ ਮੇਰੇ ਪਿਆਰੇ ਨੇ ਘਰ ਆਉਣਾ ਹੈ। ਮਹਾਰਾਜ ਕਹਿੰਦੇ ਨੇ ਇੱਕ ਚਾਹ ਹੈ ਵੈਸਾਖ ਵਿੱਚ, ਜੀਵ ਇਸਤਰੀ ਦਰਵਾਜ਼ੇ 'ਤੇ ਖਲੋਤੀ ਬੇਨਤੀ ਕਰਦੀ ਹੈ, ਪੰਥ ਨਿਖਾਰ ਹੈ ਕਾਮਨੀ, ਲੋਚਨ ਭਰੀ ਲੇ, ਉਹਦੀਆਂ ਅੱਖਾਂ ਭਿੱਜੀਆਂ ਨੇ ਰਾਹ ਵੇਖਣ ਵਾਲੀ ਦੀਆਂ। ਉਹ ਸਾਸਾਂ ਜਦੋਂ ਵੇਖਦੀ ਅੱਜ ਵੀ ਨਹੀਂ ਆਇਆ, ਠੰਡੇ ਖੋਕੇ ਲੈਂਦੀ ਆ। ਲੋਚਨ ਭਰੀ ਲੇ ਉਹ ਸਾਸਾ, ਉਰਨਾ ਭਿੱਜੈ ਪੱਗ ਨਾ ਖਿੱਸੇ, ਉਹਦਾ ਅੰਦਰ ਤ੍ਰਿਪਤ ਨਹੀਂ ਹੁੰਦਾ ਪਿਆ, ਪੱਗ ਨਾ ਖਿੱਸੇ। ਕਮਾਲ ਦੀ ਗੱਲ, ਕਿੰਨਾ ਚਿਰ ਹੋ ਗਿਆ ਖਲੋਤੀ ਨੂੰ, ਉਹਦੇ ਪੈਰ ਵੀ ਥਿੜਕਦੇ ਨੇ, ਥੱਕਦੀ ਨਹੀਂ। ਉਰਨਾ ਭਿੱਜੈ ਪੱਗ ਨਾ ਖਿੱਸੇ, ਹਰ ਦਰਸ਼ਨ ਕੀ ਆਸਾ, ਪੰਥ ਨਿਹਾਰ ਹੈ ਕਾਮਨੀ, ਧਨ ਦੇਖਿਆ ਹਰ ਦੁਆਰ। ਯਾਦ ਰੱਖਿਓ ਅਸੀਂ ਤੁਕ ਤੋਂ ਦੂਰ ਨਹੀਂ ਜਾਣਾ ਜੋ ਵਿਚਾਰ ਰਹੇ। ਕਹਿੰਦੀ ਹੈ ਉਡੋ ਨਾ ਕਾਗਾ ਕਾਰੇ, ਕਾਲੇ ਕਾਂ ਤੂੰ ਉੱਠ। ਅਤੇ ਸਾਡੇ ਇੱਕ ਮਨੌਤ ਸੀ, ਇਹਨੂੰ ਭਰਮ 'ਚ ਨਹੀਂ ਲਿਜਾਣਾ, ਕਿ ਜਦੋਂ ਕਿਸੇ ਦੇ ਬਨੇਰੇ ਉੱਤੇ ਕਾਂ ਸਵੇਰੇ ਸਵੇਰੇ ਲਾਉਂਦਾ ਸੀ, ਬੋਲਦਾ ਸੀ, ਉਸ ਘਰ ਦੇ ਜੀ ਕਹਿੰਦੇ ਸਨ ਅੱਜ ਕਾਂ ਬਨੇਰੇ 'ਤੇ ਲਾਉਂਦਾ ਪਿਆ, ਕੋਈ ਘਰ ਵਿੱਚ ਪ੍ਰਾਹੁਣਾ ਜ਼ਰੂਰ ਆਵੇਗਾ। ਇਹ ਸੂਚਕ ਮੰਨਿਆ ਜਾਂਦਾ ਸੀ ਪ੍ਰਾਹੁਣੇ ਆਉਣ ਦਾ। ਮਹਾਰਾਜ ਕਹਿੰਦੇ ਨੇ ਇੱਥੇ ਅੰਤਰੀਵ ਅਰਥ ਕੀ ਨੇ, ਕਿ ਮੈਂ ਛੱਤ 'ਤੇ ਖਲੋਤੀ ਤੇਰਾ ਰਾਹ ਦੇਖ ਰਹੀ ਹਾਂ, ਮੇਰਾ ਅੰਦਰ ਭਿੱਜਿਆ ਨਹੀਂ, ਅੱਖਾਂ ਭਿੱਜ ਗਈਆਂ ਨੇ। ਕਾਂ ਦਾ ਸੁਭਾਅ ਇੱਕ ਥਾਂ ਟੇਕ ਕੇ ਨਹੀਂ ਬਹਿੰਦਾ, ਤੁਹਾਨੂੰ ਪਤਾ ਹੈ, ਹਰਕਤ ਬੜੀ ਕਰਦਾ ਹੈ। ਹਜ਼ੂਰ ਨੇ ਇੱਥੇ ਕਿਹਾ, ਉਹ ਕਾਲੇ ਕਾਵਾਂ ਉਹ ਮਣਾ, ਜੇ ਤੈਨੂੰ ਉੱਡਣ ਦੀ ਚਾਹੇ ਤੂੰ ਇੰਨੀ ਉਡਾਰੀ ਦੂਰ ਦੀ ਮਾਰਨਾ, ਮੇਰੇ ਪ੍ਰੀਤਮ ਦੇ ਦੇਸ਼ ਵਾਲੇ ਪਾਸੇ ਉਡਾਰੀ ਮਾਰ ਹੋਏ, ਮੈਨੂੰ ਸੁਨੇਹਾ ਲਿਆ ਕੇ ਦੇਖ ਕੇ ਪਿਆਰਾ ਕਦੋਂ ਕੁ ਆਉਣ ਵਾਲਾ ਹੈ। ਉਡੋ ਨਾ ਕਾਗਾ ਕਾਰੇ, ਬੇਗ ਮਲੀਜੈ, ਤੂੰ ਆਪ ਜਾ ਕੇ ਸਾਹਮਣੇ ਮਿਲ, ਬੇਗ ਮਲੀਜੈ ਆਪਣੇ ਰਾਮ ਪਿਆਰੇ। ਪਿਆਰੋ ਇਹ ਅਵਸਥਾ, ਇਸ ਨੂੰ ਗੁਰੂ ਅਰਜਨ ਦੇਵ ਜੀ ਨੇ ਕਿਹਾ, ਉਮਕੇ ਉਹੀ ਓ ਧਨ ਦੇਖੈ ਹਰ ਦੁਆਰ, ਉਮਕੇ ਉਹੀ ਓ ਮਿਲਣ ਪ੍ਰਭ ਤਾਈ, ਖੋਜਤ ਚਰਿਓ ਦੇਖੋ ਪ੍ਰਹਿ ਜਾਈ, ਧਨ ਦੇਖੈ ਹਰ ਦੁਆਰ। ਪਰ ਮੈਂ ਬੇਨਤੀ ਕਰਾਂ, ਇਹਦੇ 'ਚ ਵੀ ਬੜਾ ਸਵਾਦ ਜੀ, ਨਾ ਆਇਆ ਤਾਂ ਕੀ ਏ, ਪਰ ਆਪਣੀ ਯਾਦ ਤਾਂ ਘੱਲੀ ਜਾਂਦਾ ਹੈ ਨਾ। ਮੈਂ ਇੱਕ ਵਾਰ ਅਰਜ਼ ਕੀਤੀ ਸੀ, ਭਾਈ ਭਗੀਰਥ ਦੀ ਸੰਗਤ ਕੀਤੀ ਸੀ ਭਾਈ ਮਨਸੁਖ ਜੀ ਨੇ, ਆਪ ਜੀ ਨੂੰ ਪਤਾ ਉਹਨਾਂ ਗੁਰੂ ਨਾਨਕ ਸਾਹਿਬ ਦੇ
ਬਾਣੀ ਨੂੰ ਲਿਖਣ ਵਾਲਾ ਪਹਿਲਾ ਲਿਖਾਰੀ ਭਾਈ ਮਨਸੁਖ ਜੀ ਦੇ ਲਾਹੌਰ ਦੇ ਵਸਨੀਕ ਸਨ। ਵਪਾਰੀ ਬੜਾ ਵੱਡਾ ਸੀ, ਆਪਣੇ ਜਹਾਜ਼ ਚੱਲਦੇ ਸਨ ਇਹਦੇ। ਉਹਦਾ ਜੀਵਨ ਕੀ ਪ੍ਰਚਾਰ ਸੀ, ਭਾਈ ਭਗੀਰਥ ਦੀ ਸੰਗਤ ਕੀਤੀ ਭਾਈ ਮਨਸੁਖ ਨੇ। ਮੈਂ ਬੜੀ ਸੰਖੇਪ ਜੀ, ਇਹ ਨਹੀਂ ਕਿ ਸਾਖੀ ਲਮਕਾਵਾਂਗਾ, ਭਾਈ ਮਨਸੁਖ ਪ੍ਰਭਾਵਿਤ ਹੋ ਕੇ ਲਾਹੌਰ ਤੋਂ ਸੁਲਤਾਨਪੁਰ ਆਇਆ ਗੁਰੂ ਨਾਨਕ ਸਾਹਿਬ ਦੇ ਦਰਸ਼ਨ ਕਰਨ ਲਈ। ਰਾਹ 'ਚ ਗਿੱਟੀਆਂ ਗਿਣੀ ਜਾ ਫੁਰਨੇ ਉੱਠਣ ਕਿ ਚੱਲਾਂ ਵਾਂ, ਪਖੰਡੀ ਵੀ ਬੜੇ ਨੇ, ਪਤਾ ਨਹੀਂ ਇਹ ਕਿੱਥੇ ਲੈ ਚੱਲਿਆ। ਮਨ ਕਹੇ ਫਿਰ ਕਹਿਦਾ ਜੀਵਨ ਵੀ ਬੜਾ ਚੰਗਾ ਹੈ, ਕੋਲ ਬੈਠਿਆ ਠੰਡ ਪੈਂਦੀ ਹੈ, ਆਪਣੇ ਹੀ ਫੁਰਨਾ ਬਣਾ ਲਿਆ। ਕਹਿੰਦਾ ਮੈਂ ਤਾਂ ਮੰਨਾਂਗਾ ਜਾਂ ਮੇਰਾ ਨਾਂ ਲੈ ਕੇ ਆਵਾਜ਼ ਮਾਰੇਗਾ। ਅੱਜ ਵੀ ਸਾਡੀ ਜਿਹੜੀ ਅਧਿਆਤਮਿਕਤਾ ਦੀ ਅਪਰੋਚ ਹੈ ਨਾ, ਉਹ ਨਿੱਕੀਆਂ ਨਿੱਕੀਆਂ ਸ਼ੋਦਰ ਜਿਹੀਆਂ ਗੱਲਾਂ ਨੇ। ਆਹ ਗੱਲ ਬਣ ਗਈ ਤਾਂ ਅਸੀਂ ਮੰਨਦੇ ਹਾਂ, ਤਾਂ ਅਸੀਂ ਮੰਨਦੇ ਹਾਂ, ਇਹਦਾ ਮਤਲਬ ਅਸੀਂ ਮੰਨਦੇ ਤਾਂ ਵਾਂ ਜੇ ਸਾਡੀ ਮੰਗ ਪੂਰੀ ਹੁੰਦੀ ਹੈ। ਤਾਂ ਉਹਨੇ ਹੀ ਫੁਰਨਾ ਬਣਾਇਆ ਕਿ ਮੈਂ ਤਾਂ ਮੰਨਾਂ ਜੇ ਕਿਤੇ ਮੇਰਾ ਨਾਂ ਲੈ ਕੇ ਆਵਾਜ਼ ਮਾਰ। ਹਜ਼ੂਰ ਦੇ ਘਰ ਸੁਲਤਾਨਪੁਰ ਭਾਈ ਭਗੀਰਥ ਸਾਹਿਬ ਪਹਿਲਾਂ ਗਏ। ਭਾਈ ਸਾਹਿਬ ਮਲਸੀਆਂ ਦੇ ਸਨ, ਸੁਲਤਾਨਪੁਰ ਦੇ ਨੇੜੇ ਦੇ ਭਗੀਰਥ ਜੀ। ਭਾਈ ਮਨਸੁਖ ਬਾਅਦ 'ਚ ਗਿਆ, ਜਦੋਂ ਮੱਥਾ ਟੇਕਣ ਲੱਗਾ ਤਾਂ ਮੇਰੇ ਸਤਿਗੁਰੂ ਨੇ ਨਾਲ ਹੀ ਕਹਿ ਦਿੱਤਾ, ਮਾਪਿਆਂ ਨੇ ਨਾਮ ਤਾਂ ਮਨਸੁਖ ਰੱਖਿਆ, ਕਦੀ ਮਨ ਦਾ ਸੁੱਖ ਵੇਖਿਆ ਵੀ ਹੁੰਦਾ ਕੀ? ਨਾਮ ਦਾ ਮਨਸੁਖ ਹੈ, ਮਨਸੁਖ ਹੈ ਕਿ ਪੀਸ ਔਫ ਮਾਇੰਡ ਕੀ? ਤੇਰੇ ਅੰਦਰ ਨੂੰ ਸ਼ਾਂਤੀ ਹੈ ਕਿ ਨਹੀਂ? ਤੂੰ ਮਨਸੁਖ ਹੈ, ਤਨ ਦੇ ਸੁੱਖਾਂ ਵਿੱਚ ਪ੍ਰਵਿਰਤ ਹੈ ਤੂੰ? ਬਸ ਪਿਆਰਿਓ, ਇੰਨੇ ਹੀ ਲਫ਼ਜ਼ ਕਹਿਣ ਦੀ ਦੇਰ ਸੀ, ਚਰਨ ਪਕੜ ਕੇ ਕਹਿੰਦਾ, ਦਾਤਾ ਸੱਚੀ ਗੁਲ ਤਨ ਦੇ ਸੁੱਖ ਰੱਬ ਨੇ ਸਾਰੇ ਦਿੱਤੇ ਨੇ, ਮੈਂ ਤੇਰੇ ਦਰ ਤੋਂ ਮਨ ਦਾ ਸੁੱਖ ਲੈਣ ਵਾਸਤੇ ਆਇਆ। ਮਹਾਰਾਜ ਜੀ ਨੇ ਕਿਹਾ ਭਟਕਣਾ ਛੱਡ, ਟਿਕ ਜਾ, ਟਿਕਣ ਵਿੱਚ ਹੀ ਸੁੱਖ। ਮੈਂ ਬੇਨਤੀ ਕਰਾਂ, ਭਾਈ ਮਨਸੁਖ ਨੇ ਸ਼ਬਦ ਲਿਖ ਲਏ ਜੀ, ਉਹ ਮਹਾਰਾਜ ਜੀ ਦੇ ਸ਼ਬਦ ਲਿਖ ਕੇ ਜ਼ਬਾਨੀ ਚੇਤੇ ਕੀਤੇ। ਲਾਹੌਰ ਚਲਾ ਗਿਆ, ਧਨ ਦੇਖਿਆ ਹਰਿਦੁਆਰ ਲਈ। ਸਿਰਫ ਦੋ ਕੁ ਉਦਾਹਰਨਾਂ ਮੈਂ ਇਤਿਹਾਸ ਤੋਂ ਦੇਣੀਆਂ ਨੇ, ਕਿਉਂਕਿ ਉਸ ਵਕਤ ਵੀ ਸਿੱਖਾਂ ਦੀ ਐਸੀ ਅਵਸਥਾ। ਚਲਾ ਗਿਆ ਹਜ਼ੂਰ ਦੀ ਇੰਤਜ਼ਾਰ 'ਚ ਕਿ ਮਹਾਰਾਜ ਜੀ ਨੇ ਕਿਹਾ ਮੈਂ ਆਵਾਂਗਾ ਤੇਰੇ ਕੋਲ। ਪਰ ਚੇਤੇ ਰੱਖੀ, ਸ਼ਬਦ ਦਾ ਮਿਲਾਪ ਹੀ ਅਸਲੀ ਮਿਲਾਪ ਹੈ। ਦਿਆਂ ਹੈਨ ਅੱਜ ਖੈਨ, ਕੱਲ੍ਹ ਵਿਛੜ ਜਾਏਗੀ, ਸ਼ਬਦ ਨਾਲ ਮਿਲਿਆ ਕਦੀ ਨਹੀਂ ਵਿਛੜਦਾ। ਗੁਰਮੁਖੋ ਜਦੋਂ ਆਵੇਗਾ ਨਾ ਸੁਰਤ ਸ਼ਬਦ ਮਨ ਮਾਨਾ, ਅਸੀਂ ਦੇਹ ਕਰਕੇ ਸਭ ਨੇ ਵਿਛੜਨਾ, ਪਰ ਇਸ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੂੰ ਕੇਵਲ 35 ਅੱਖਰ ਅਤੇ ਸੰਸਾਰ ਦੀ ਬੋਲੀ ਦਾ ਗਿਆਨ ਮਤ ਸਮਝੋ। ਸਾਡੇ ਮਰਨ ਤੋਂ ਬਾਅਦ ਵੀ ਸਾਡਾ ਸਰੀਰ ਅੱਗ ਵਿੱਚ ਸੜਦਾ ਹੋਵੇਗਾ, ਪਰ ਸਾਡੀ ਆਤਮਾ ਜਿਹੜੀ ਉਹ ਸ਼ਬਦ ਦੀ ਝੋਲੀ ਵਿੱਚ ਬੈਠੀ ਹੋਵੇਗੀ। ਇਹ ਸ਼ਬਦ ਇਕੱਲਾ ਇਸ ਲੋਕ ਤੱਕ ਨਹੀਂ, ਜੇ ਲੋਕ ਤੱਕ ਸ਼ਬਦ ਰਿਹਾ ਤਾਂ ਗੁਰੂ ਦੀ ਵਿਆਖਿਆ ਮੁਕੰਮਲ ਨੇ। ਉਹ ਗੁਰੀ ਕਾਹਦਾ ਜਿਹੜਾ ਇੱਕ ਪਾਸੇ ਬਾਂਹ ਪਕੜੇ, ਇਹ ਤਾਂ ਦੋਵੇਂ ਥਾਂ ਰੱਖੇ ਗੁਰ ਸੂਰੇ, ਦੋਵਾਂ ਥਾਵਾਂ ਦਾ। ਇਹ ਇਸ ਕਰਕੇ ਬਾਬਾ ਜੀ ਨੇ ਕਿਹਾ ਬਾਣੀ 'ਚ, ਸਤਿਗੁਰ ਸਿੱਖਾ ਹਲਤ ਪਲਤ ਸਵਾਰੈ, ਨਾਨਕ ਸਤਿਗੁਰ ਸਿੱਖ ਕੋ ਜੀ ਨਵਾ ਸਮਾਰੈ। ਵੇਖੋ ਇਆਂ ਉਆਂ ਰਖਵਾਲਾ, ਇਕੱਲਾ ਇੱਥੇ ਨਹੀਂ ਉੱਥੇ ਵੀ। ਇਸ ਭਾਵਨਾ ਨੂੰ ਨਾਲ ਬਾਣੀ ਪੜੋਗੇ ਤਾਂ ਬੜਾ ਸਵਾਦ ਆਏਗਾ। ਜਦੋਂ ਇਸ ਫੁਰਨੇ ਨੂੰ ਬਣਾ ਕੇ ਕਿ ਸਤਿਗੁਰੂ ਜਿਸ ਸਰੀਰ ਨਾਲ ਮੈਂ ਬਾਣੀ ਪੜ ਰਿਹਾ, ਜਿੱਦਣ ਇਹ ਸਰੀਰ ਖਤਮ ਹੋਵੇਗਾ ਤੇਰੀ ਪੜ੍ਹੀ ਕੋਈ ਬਾਣੀ ਉਦੋਂ ਬਾਅਦ ਵੀ ਮੇਰੇ ਨਾਲ ਰਹੇਗੀ, ਕਿੱਡੀ ਵੱਡੀ ਪੂੰਜੀ ਹੈ। ਭਾਈ ਮਨਸੁਖ ਜੀ ਚਲੇ ਗਏ। ਹੁਣ ਜਿਉਂ ਜਿਉਂ ਸ਼ਬਦ ਪੜ੍ਹਨ ਤਿਉਂ ਤਿਉਂ ਬੈਰਾਗ ਆਉਣ ਲੱਗ ਪਿਆ। ਇਹ ਵੀ ਸਤਿਗੁਰੂ ਕਿਰਪਾ ਕਰੇ ਪਿਆਰਿਓ, ਇਹ ਕੇਵਲ
ਸ਼ਬਦ ਕਹਿਣ ਮਾਤਰ ਨਹੀਂ, ਉਹਨੂੰ ਪੁਕਾਰੋ ਜ਼ਰੂਰ। ਸੱਚੀ ਗੱਲ, ਜਿੰਨੀ ਮੈਲ ਉਤਰੇਗੀ ਓਨਾ ਵੈਰਾਗ ਪੈਦਾ ਹੋਵੇਗਾ। ਉਹ ਰੋਜ਼ ਚੇਤੇ ਕਰਨੇ, ਇੱਕ ਦਿਨ ਮਨ 'ਚ ਆਇਆ ਮਨਾ, ਗੁਰੂ ਸਾਹਿਬ ਕਹਿੰਦੇ ਸਨ ਮੈਂ ਆਵਾਂਗਾ, ਚੱਲ ਉੱਠ ਰਾਵੀ ਦੇ ਘਾਟ, ਕਿਉਂਕਿ ਰਾਵੀ ਨੇੜਿਓਂ ਨਿਕਲਦੀ ਸੀ ਲਾਹੌਰ ਦਿਓ। ਪਤਾ ਨਹੀਂ ਸਤਿਗੁਰੂ ਅੱਜ ਕਿਸੇ ਪੂਰ ਵਿੱਚ ਆ ਹੀ ਜਾਣ, ਪੂਰ ਦਰਤ ਬੇੜੀ 'ਚ ਬੈਠ ਕੇ ਗਿਆ। ਪੁਕਾਰੀ ਜਾਂਦਾ ਜਦੋਂ ਪੂਰ ਉਤਰਦਾ, ਇੱਕ ਇੱਕ ਸਰੀਰ ਨੂੰ ਦੇਖਦਾ, ਦੇਖਣ ਤੋਂ ਬਾਅਦ ਫਿਰ ਘਾਟ ਦੇ ਕਿਨਾਰੇ ਆ ਕੇ ਬਹਿੰਦਾ, ਨਹੀਂ ਇਸ ਪੂਰ 'ਚ ਨਹੀਂ ਆਏ, ਦੂਜਾ ਪੂਰ ਦੇਖ, ਤੀਜਾ ਦੇਖ। ਕਈ ਦਿਨ ਦੇਖਦੇ ਨੇ ਪਰ ਜਿਹਨੂੰ ਉਡੀਕਦੇ ਨੇ ਉਹ ਆਇਆ ਨਹੀਂ। ਇੱਕ ਦਿਨ ਮਲਾਹਾਂ ਨੇ ਕਹਿ ਦਿੱਤਾ, ਇੰਨਾ ਸਿਆਣਾ ਵਪਾਰੀ, ਇੰਨਾ ਤੇਰਾ ਕਾਰੋਬਾਰ, ਕੀ ਖੱਟਣਾ, ਸਵੇਰੇ ਆ ਕੇ ਬਹਿਣਾ, ਸ਼ਾਮ ਨੂੰ ਤੁਰ ਜਾਂਦਾ, ਅੱਖਾਂ ਭਰ ਕੇ ਆਉਂਦਾ, ਅੱਖਾਂ ਭਿੱਜੀਆਂ ਲੈ ਕੇ ਜਾਂਦਾ, ਹਰ ਪੂਰ ਨੂੰ ਦੇਖਣਾ, ਉਹ ਆਇਆ ਨਹੀਂ, ਕੀ ਖੱਟਿਆ। ਉਹਦੇ ਸ਼ਬਦ ਸੁਣਨ ਵਾਲੇ ਨੇ ਕਹਿੰਦੇ, ਨਹੀਂ ਮੇਰਾ ਪਿਆਰਾ ਨਹੀਂ ਆਇਆ, ਪਰ ਉਡੀਕ ਵਿੱਚ ਜਿਹੜੀ ਉਹਦੀ ਯਾਦ ਆਈ, ਇਹਦੇ ਵਰਗਾ ਸਵਾਦ ਕਦੇ ਨਹੀਂ ਆਇਆ। ਉਡੀਕ ਇੱਕ ਬੜਾ ਵੱਡਾ ਰਸ ਹੈ ਸੱਚਮੁੱਚ, ਜਿਹੜਾ ਇਹ ਧਨ ਬੇਨਤੀ ਕਰਦੀ ਹੈ, ਧਨ ਦੇਖਾ ਹਰ ਦੁਆਰ, ਇਹ ਰਸ ਹੈ। ਇਹ ਉਡੀਕ ਭਟਕਣਾ ਵਾਲੀ ਨਹੀਂ, ਇਹ ਉਡੀਕ ਵਿਚਰਤ ਕਰਨ ਵਾਲੀ ਨਹੀਂ। ਇਸ ਉਡੀਕ ਨੂੰ ਕਦੀ ਥਕਾਵਟ ਨਾ ਸਮਝਿਓ, ਇਸ ਉਡੀਕ ਦੇ ਵਿੱਚ ਵੀ ਇੱਕ ਪਰਮ ਸ਼ਾਂਤੀ ਹੈ। ਮਹਾਰਾਜ ਸ਼ਬਦ ਵਰਤਦੇ ਨੇ, ਉਮਕਿਓ ਖੀਓ ਮਿਲਣ ਪ੍ਰਭ ਤਾਈਂ, ਇਹ ਵੀ ਉਡੀਕ ਹੈ। ਉਮਕਿਓ ਖੀਓ ਮਿਲਣ ਪ੍ਰਭ ਤਾਈਂ, ਖੋਜਤ ਚਰਿਓ ਦੇਖੋ ਪ੍ਰਹਿ ਜਾਈ, ਸੁਣਤ ਸੰਦੇਸ਼ਰੋ ਪ੍ਰਹਿ ਗ੍ਰਹਿ ਸੇਜ ਵਿਛਾਈ। ਇਹ ਇਸ ਤੁਕ ਦੇ ਇੱਕ ਵਾਰ ਅਪਾਰਥ ਕੀਤੇ ਸਨ, ਪਿਆਰੇ ਦਾ ਸੁਨੇਹਾ ਸੁਣਿਆ ਅਤੇ ਸੇਜ ਵਿਛਾ ਦਿੱਤੀ। ਸੁਣਿਆ ਕੀ ਹੋਇਆ, ਇਹ ਕੋਈ ਕਵਿਤਾ ਤਾਂ ਹੈ ਨਹੀਂ, ਇਹਦਾ ਮਤਲਬ ਸੁਨੇਹੇ ਦਾ ਕੋਈ ਸੰਬੰਧ ਅੰਦਰ ਨਾਲ ਹੈ। ਸੁਣਤ ਸੰਦੇਸ਼ਰੋ ਪ੍ਰਹਿ ਗ੍ਰਹਿ ਸੇਜ ਵਿਛਾਈ, ਸੁਣਿਆ ਆਇਆ ਵੀ ਆ ਰਿਹਾ, ਪ੍ਰਹਿ ਪਤੀ ਆ ਰਿਹਾ, ਗ੍ਰਹਿ ਸੇਜ ਵਿਛਾਈ, ਸੁਣਤ ਸੰਦੇਸ਼ਰੋ ਪ੍ਰਹਿ। ਇੱਥੇ ਜੇ ਵਿਸ਼ਰਾਮ ਲਾਵਾਂਗੇ ਅਰਥ ਬੜੇ ਟੁੱਕਣਗੇ। ਉਹਦਾ ਸੁਣਿਆ ਸੁਣਿਆ ਸੇਜ ਵਿਛਾ ਲਈ, ਕੀ ਸੁਣਿਆ ਹੈ। ਗੁਰਮੁਖੋ ਜਿਹੜਾ ਇਸ ਰਸਤੇ ਦਾ ਪਾਂਧੀ ਹੈ, ਉਹਦੇ 'ਤੇ ਕਈ ਵਾਰੀ ਇਹ ਅਵਸਥਾ ਆਉਂਦੀ, ਜਿਸ ਦਿਨ ਬਾਣੀ ਪੜ੍ਹਦਿਆਂ ਪੜ੍ਹਦਿਆਂ ਅੰਦਰ ਟਿਕ ਜਾਏ, ਸੁਪਨੇ ਵਿੱਚ ਕਿਤੇ ਝਲਕ ਮਿਲ ਜਾਏ, ਸ਼ਬਦ ਪੜ੍ਹਦਿਆਂ ਪੜ੍ਹਦਿਆਂ ਅੰਦਰ ਰਸ ਆ ਜਾਏ, ਜਿਸ ਦਿਨ ਗੁਰੂ ਘਰ ਆਇਆ ਪੂਰਨ ਟਿਕਾ ਬਣ ਜਾਏ, ਇੱਕ ਚਾਂ ਜਿਹਾ ਬਣਿਆ ਰਹੇ ਸਾਰਾ ਦਿਨ, ਯਾਦ ਰੱਖਿਓ ਉਹ ਦਿਨ ਪਿਆਰੇ ਪ੍ਰੀਤਮ ਦੇ ਆਉਣ ਦਾ ਸੁਨੇਹਾ ਆਇਆ ਹੋਇਆ ਹੈ। ਸੁਨੇਹੇ ਤੋਂ ਬਿਨਾਂ ਅੱਖਾਂ 'ਚ ਪਾਣੀ ਨਹੀਂ ਹੁੰਦਾ, ਕਪਟ ਵਾਲੀ ਗੱਲ ਨਹੀਂ ਮੈਂ ਕਰਾਂਗਾ। ਸੁਣਤ ਸੰਦੇਸ਼ਰੋ ਪ੍ਰਹਿ ਗ੍ਰਹਿ ਸੇਜ ਵਿਛਾਈ, ਭਰਮ ਭਰਮ ਆਇਓ ਤੋਂ ਨਦਰ ਨਾ ਪਾਈ, ਕਿਨ ਵੀ ਦੇਖੀਅਰੋ ਧੀਰੇ ਨਹੀਂ ਮਾਨੋ। ਸੱਜਣ ਜੀ ਤੇਰਾ ਸੁਨੇਹਾ ਆਇਆ, ਮੈਂ ਸੇਜ ਵਿਛਾਈ ਪਰ ਮੇਰੀ ਸੁਰਤ ਫਿਰ ਮੈਲੀ ਹੋ ਗਈ, ਪਕੜ 'ਚੋਂ ਨਿਕਲ ਗਿਆ, ਤੂੰ ਕਿਰਪਾ ਕਰ ਮੇਰੀ ਸੁਰਤ ਵਿੱਚ ਆਪਣਾ ਨਿਵਾਸ ਕਰ ਦੇ, ਬਖਸ਼ਿਸ਼ ਕਰ ਤੂੰ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ, ਕਿਵੇਂ ਮੇਰੇ ਅੰਦਰ ਨੂੰ ਧੀਰਜ ਮਿਲੇ, ਕਿਨ ਵੀ ਦਿਖੀਰੋ ਧੀਰੇ ਨਹੀਂ ਮਾਨੋ। ਮਿਲ ਸਾਜਨ ਕੋ ਤੁਝ ਕੁਰਬਾਨੋ, ਏਕਾ ਸੇਜ ਵਿਸ਼ੀ ਧਨ ਕੰਤਾ, ਮੰਜੀ ਤਾਂ ਬਿਸਤਰਾ ਤਾਂ ਪਲੰਘ ਤਾਂ ਇੱਕੋ ਸੀ, ਧਨ ਸੂਤੀ ਫਿਰ ਸਦ ਜਾਗੰਤਾ। ਪਤੀ ਤਾਂ ਘਰ 'ਚ ਜਾਗਦਾ ਸੀ, ਇਹ ਜੀਵ ਹੀ ਸੌਂ ਗਿਆ, ਕਿਉਂ ਪੀਓ ਮਦਰੋ ਧਨ ਮਤਵੰਤਾ, ਨਸ਼ੇ ਹੀ ਇੰਨਾ ਕੁ ਪੀ ਗਿਆ ਪਤਾ ਹੀ ਨਹੀਂ ਲੱਗ ਗਿਆ, ਸੰਯੋਗ ਦੀ ਰਾਤ ਵੀ ਸੁੱਤਿਆ ਲੰਘ ਗਈ ਹੈ। ਮਹਾਰਾਜ ਕਹਿੰਦੇ ਨਸ਼ਾ ਹੰਕਾਰ ਦਾ ਵਾਸ਼ਨਾ ਦਾ, ਸਤਿਗੁਰੂ ਦੇ ਸ਼ਬਦ ਧਨ ਦੇਖੇ ਹਰ ਦੁਆਰ, ਜੀਵ ਇਸਤਰੀ ਪੁਕਾਰ ਕਰਦੀ ਹੈ ਪਿਆਰੇ ਵਾਹਿਗੁਰੂ,
ਦਰਵਾਜ਼ੇ 'ਤੇ ਖਲੋਤੀ ਉਡੀਕ ਨਹੀਂ ਖਾਂ। ਇਸੇ ਨੂੰ ਬਾਬਾ ਫਰੀਦ ਸਾਹਿਬ ਨੇ ਕਿਹਾ ਕਿ ਤਨ ਸੁੱਕਾ ਪਿੰਜਰ ਥੀਆ ਤਲੀਆਂ ਖੁੰਡੈ ਕਾਗ ਅਜੇ ਸੋ ਰੱਬ ਨਾ ਬੌੜਿਓ ਦੋਇਕ ਬੰਦੇ ਕੇ ਭਾਗ। ਪਰ ਫਿਰ ਵੀ ਉਹਨਾਂ ਕਿਹਾ ਨਹੀਂ, ਮੈਂ ਤੇਰੀ ਇੰਤਜ਼ਾਰ ਕਰਾਂਗਾ, ਤੇਰੀ ਉਡੀਕ ਵਿੱਚ ਖਾਂ। ਅਤੇ ਉਡੀਕ ਵਿੱਚ ਹੀ ਸ਼ਬਦ ਕਹੇ ਕਿ ਕਾਗਾ ਕਰੰਗ ਟੰਡੋਲਿਆ ਸਗਲਾਂ ਖਾਇਆ ਮਾਸ, ਇਹ ਦੋਇ ਨੈਨਾ ਮਤ ਛੂਹੋ ਕਿਉਂਕਿ ਧਨ ਦੇਖੈ ਹਰਦੁਆਰ, ਇਹ ਦੋ ਨੈਨਾ ਮਤ ਛੂਹੋ ਫਿਰ ਦੇਖਣ ਕੀ ਆਸ। ਪਿਆਰਿਓ ਫਿਰ ਅਗਲੀ ਬੇਨਤੀ ਕਰਾਂ, ਜਦੋਂ ਜੀਵ ਇਸਤਰੀ ਇਹ ਪੁੱਛਦੀ ਫਿਰ ਉਹ ਉਡੀਕ ਨਾਲ ਪੁੱਛਣਾ ਸ਼ੁਰੂ ਕਰਦੀ ਕਿਵੇਂ ਆਵੇਗਾ। ਜਿਵੇਂ ਮੈਂ ਕੱਲ੍ਹ ਵੀ ਕਿਹਾ ਕਿ ਹੁਣ ਸੱਤ ਸੰਗਤ ਤਾਂ ਬਹੁਤ ਘੱਟ, ਇਕੱਠ ਬੜੇ ਨੇ ਪਰ ਸੱਤ ਸੰਗਤ ਨਹੀਂ ਗੁਰਮੁਖੋ, ਇਕੱਠ ਬੜੇ ਨੇ। ਗੁਰਦੁਆਰੇ ਭਰੇ ਪਏ ਜੀ ਇਕੱਠ ਨਾਲ, ਇਕੱਲੇ ਗੁਰਦੁਆਰੇ ਨੇ ਧਰਮ ਸਥਾਨ ਭਰੇ ਪਏ ਇਕੱਠ ਨਾਲ, ਪਰ ਸੱਤ ਦਾ ਸੰਗ ਨਹੀਂ, ਇਕੱਠ ਹੈ। ਅਤੇ ਕਈ ਕਈ ਸਾਲਾਂ ਤੋਂ ਆ ਰਿਹਾ, ਅੰਦਰ ਤਬਦੀਲੀ ਕੋਈ ਨਹੀਂ ਆ ਰਹੀ, ਅੰਦਰ ਕੋਈ ਚੇਂਜ ਨਹੀਂ। ਮੈਂ ਇਹ ਨਿਰਾਸ਼ਤਾ 'ਚ ਨਹੀਂ ਕਹਿ ਰਿਹਾ, ਮੈਂ ਉਹ ਪਿਛਲੇ ਵੀ ਕਿਹਾ 20 ਸਾਲ ਹੋ ਗਏ ਮੈਨੂੰ ਇੱਥੇ ਆਉਂਦਿਆਂ, ਇਹ ਨਹੀਂ ਕਿ ਬੀਜ ਨਾਸੇ ਰੱਬ ਦੀ ਕਿਰਪਾ ਵਾਲੇ ਕਹਿਣ, ਪਰ ਬਿਲਕੁਲ ਥੋੜ੍ਹੇ। ਅਕਸਰ ਜਿਨ੍ਹਾਂ ਲੋਕਾਂ ਦੀ ਸੁਰਤ ਅੱਜ ਤੋਂ 20 ਸਾਲ ਪਹਿਲਾਂ ਵੀ ਮਾਲੀ ਸੀ, 20 ਸਾਲ ਨਿਕਲਣ ਤੋਂ ਬਾਅਦ ਵੀ ਮੈਲੀ ਦੀ ਮੈਲੀ, ਕੋਈ ਚੇਂਜ ਨਹੀਂ ਆਈ। ਹਜੂਮ ਨੇ ਇਕੱਠ ਨੇ ਸੱਤ ਸੰਗਤ ਨਹੀਂ, ਸੱਤ ਸੰਗਤ ਇੱਕ ਖਿੰਨ ਵਿੱਚ ਜੀਵਨ ਪਲਟ ਦਿੰਦੀ, ਸੱਤ ਸੰਗਤ ਵਿੱਚ ਇੰਨੀ ਬਖਸ਼ਿਸ਼ ਵਰਦੀ ਕਿ ਜਿਹੜਾ ਬੰਦਾ ਤਿੱਖੀਆਂ ਛੁਰੀਆਂ ਕਟਾਰ ਤਿੱਖੀ ਕੁਹਾੜੀ ਤਿੱਖੀ ਕਰ ਰਿਹਾ ਕਿ ਗੁਰੂ ਨਾਨਕ ਸਾਹਿਬ ਜੀ ਨੂੰ ਵਪਾਰੀ ਜਾਣ ਕੇ ਰਾਤ ਸੁੱਤੇ ਦਾ ਕਤਲ ਕਰਨਾ, ਅੱਧੀ ਰਾਤ ਤੋਂ ਬਾਅਦ ਉਹ ਸਭ ਕੁਝ ਛੱਡ ਕੇ ਗੁਰੂ ਨਾਨਕ ਦੇ ਚਰਨਾਂ 'ਚ ਮੱਥਾ ਟੇਕ ਕੇ ਰੋਈ ਜਾਂਦਾ, ਉਹ ਸੱਜਣ ਠੱਗ ਤੋਂ ਸਵੇਰੇ ਸੰਤ ਸੱਜਣ ਬਣ ਗਿਆ, ਉਹ ਸੱਤ ਸੰਗਤ ਸੀ। ਭਾਈ ਬਿਧੀ ਚੰਦ, ਉਹਨੂੰ ਪਤਾ ਸੀ ਅੱਜ ਰਾਤ ਮੇਰੀ ਜ਼ਿੰਦਗੀ ਪਲਟਣ ਵਾਲੀ, ਉਹ ਤਾਂ ਸੱਚੀ ਮੁੱਚੀ ਇਸ ਕਰਕੇ ਨਹੀਂ ਸੀ ਆਇਆ ਮੈਂ ਗੁਰੂ ਨਾਨਕ ਸਾਹਿਬ ਦੇ ਘਰ ਨਾਲ ਜੁੜ ਜਾਣਾ, ਮੱਝਾਂ ਚੋਰੀ ਕੀਤੀਆਂ ਢਾਂ ਵਿੱਚ ਵਾੜੀਆਂ, ਗੁਰੂ ਰਾਮਦਾਸ ਦੇ ਸਿੱਖ ਬਾਬੇ ਅਦਲੀ ਦੀ ਸੰਗਤ ਇੱਕ ਖਿੰਨ ਕੀਤੀ। ਸੱਚਮੁੱਚ ਜਿਹੜਾ ਡਾਕੂ ਅਤੇ ਚੋਰ ਸੀ ਸਵੇਰ ਤੱਕ ਕਹਿੰਦਾ ਮੈਨੂੰ ਗੁਰੂ ਨਾਨਕ ਦੇ ਘਰ ਵਿੱਚ ਲੈ ਜਾ, ਇਹ ਸੱਤ ਸੰਗਤ ਹੈ। ਭਾਈ ਭਗਤੂ, ਮੈਂ ਕਿੰਨੀਆਂ ਕੁ ਉਦਾਹਰਨਾਂ ਦੇਵਾਂ, ਭਾਈ ਭਗਤੂ ਖੇਤਾਂ 'ਚ ਕੰਮ ਕਰਾ ਰਹੇ ਨੇ ਅਤੇ ਫੇਰੀ ਲਾਉਣ ਵਾਲਾ, ਘਿਓ ਦੀ ਫੇਰੀ ਲਾਉਣ ਵਾਲਾ ਭਾਈ ਸੰਗਤ ਸਾਹਿਬ ਜਿਹਨੂੰ ਅਸੀਂ ਭਾਈ ਫੇਰੂ ਕਹਿੰਦੇ ਹਾਂ, ਸੱਚੀ ਦਾੜੀ, ਉਹਨੂੰ ਪਤਾ ਸੀ ਅੱਜ ਮੈਂ ਕੁੱਪੇ 'ਚ ਘਿਓ ਪਾ ਕੇ ਫੇਰੀ ਲਾਉਣ ਚੱਲਿਆ, ਅੱਜ ਮੈਨੂੰ ਕਿਸੇ ਮਿਲਣਾ, ਕੱਲ੍ਹ ਤੱਕ ਮੈਂ ਪਲਟ ਜਾਣਾ ਹੈ, ਇਹ ਖਿੰਨ ਦੀ ਸੰਗਤ ਹੈ। ਪਿਆਰਿਓ ਸੱਤ ਸੰਗਤ ਤਾਂ ਇੱਕ ਕਨੈਕਸ਼ਨ ਕਹਿ ਜਿਹੜਾ ਅੰਦਰ ਨੂੰ ਜਗਾ ਦਿੰਦਾ ਹੈ। ਇਸੇ ਨੂੰ ਗੁਰਬਾਣੀ ਨੇ ਬਾਣੀ 'ਚ ਕਿਹਾ, ਪਿੰਗਲ ਪਰਬਤ ਪਾਰ ਪਰੇ ਖਲ ਚਤੁਰ ਬਕੀਤਾ, ਅੰਦਲੇ ਤ੍ਰਿ ਭਵਨ ਸੂਝਿਆ ਗੁਰ ਭੇਟ ਪੁਨੀਤਾ, ਪਿੰਗਲਿਆਂ ਦੀਆਂ ਲੱਤਾਂ 'ਚ ਬਲ ਆ ਗਿਆ, ਅੰਨੀਆਂ ਦੀਆਂ ਅੱਖਾਂ 'ਚ ਜੋਤ ਆ ਗਈ, ਛੇਤੀ ਕਮਲੇ ਸ਼ਦਾਈਆਂ ਨੂੰ ਤਿੰਨਾਂ ਭਵਨਾਂ ਦੀ ਸੋਝੀ ਹੋ ਗਈ, ਮਹਿਮਾ ਸਾਧੂ ਸੰਗ ਕੀ ਸੁਣੋ ਮੇਰੇ ਮੀਤਾ, ਮਹਿਲ ਖੋਈ ਕੋਟ ਅੱਗ ਹਰੇ ਨਿਰਮਲ ਪਏ ਚੀਤਾ। ਫਿਰ ਬੇਨਤੀ ਹੈ, ਜਦੋਂ ਜੀਵ ਇਸਤਰੀ ਕਹਿੰਦੀ ਮੇਰਾ ਕੋਈ ਸਹਾਰਾ ਨਹੀਂ, ਉਹ ਦੇਖਦੀ ਫਿਰ ਉਹ ਪੁੱਛਣਾ ਸ਼ੁਰੂ ਕਰਦੀ ਵੀ ਤੁਸੀਂ ਕਿਵੇਂ ਪਾਇਆ। ਮੈਂ ਦੋ ਸ਼ਬਦ ਇਹ ਵੀ ਬਾਣੀ 'ਚੋਂ ਆਪ ਨੂੰ ਸੁਣਾ ਦੇਣਾ, ਇੱਕ ਤਾਂ ਸ਼ਬਦ ਹੈ ਲਾਲਣ ਰਾਵਿਆ ਕਵਨ ਗਤੀ ਰੀ, ਤਨ ਦੇਖਿਆ ਹਰਦੁਆਰ। ਹੇ ਜੀਵ
ਇਸਤਰੀ ਕੇ ਭੈਣੇ, ਤੈਨੂੰ ਕਿਵੇਂ ਪਰਮਾਤਮਾ ਮਿਲਿਆ, ਕਿਸ ਤਰ੍ਹਾਂ ਤੂੰ ਉਹਦੇ ਤੱਕ ਪਹੁੰਚੀ? ਅਤੇ ਮੈਂ ਫਿਰ ਬੇਨਤੀ ਕਰਾਂਗਾ, ਗੁਰਮੁਖੋ ਪਰਮਾਤਮਾ ਬਾਰੇ ਕੋਈ ਨਹੀਂ ਜੇ ਪੁੱਛਦਾ। ਸੱਚੀ ਗੱਲ ਇਹ ਹਜ਼ੂਰ ਕਹਿੰਦੇ ਨੇ, ਪੁੱਛਦੇ ਨੇ ਭੈਣੇ ਮੈਨੂੰ ਦੱਸ, ਲਾਲਨ ਰਾਵਿਆ ਕਵਨ ਗਤੀਰੀ ਸਖੀ ਬਿਤਾਵੋ ਮੁਝੇ ਮਤੀਰੀ ਸੁਅਬ ਸੁਅਬ ਸੁਹਬੀ ਆਪਣੇ ਪ੍ਰੀਤਮ ਕਹਿ ਰੰਗ ਰਤੀ। ਤੂੰ ਆਪਣੇ ਪਿਆਰੇ ਦੇ ਰੰਗ 'ਚ ਰਤੜੀਏ ਰੰਗੀਏ ਹੋਈਏ, ਮੈਨੂੰ ਦੱਸ ਕਿਸ ਤਰੀਕੇ ਨਾਲ ਤੂੰ ਪਾਇਆ। ਪਾਂ ਮਲੋਮੂ ਸੰਗਨੈਨ ਪਤੀਰੀ ਜਾਂ ਪਠਾਵੂ ਜਾਂ ਤਤੀਰੀ, ਤੂੰ ਬੋਲਦੀ ਨਹੀਂ ਮੈਨੂੰ ਦੱਸ, ਮੈਂ ਆਪਣੀਆਂ ਅੱਖਾਂ ਦੀਆਂ ਪਲਕਾਂ ਨਾਲ ਤੇਰੇ ਪੈਰ ਧੋਦਿਆਂ। ਮੈਨੂੰ ਇੱਕ ਵਾਰੀ ਹੁਕਮ ਕਰ, ਜਿੱਥੇ ਕਹੇਗੀ ਜੋ ਹੁਕਮ ਕਰੇਗੀ ਮੈਂ ਸਤ ਬਚਨ ਕਰਕੇ ਮਨਾਂਗੀ। ਮੈਨੂੰ ਘੱਟੋ ਘੱਟ ਇੱਕ ਨਿਮਕ ਮਾਤਰ ਮਿਲਾ ਦੇ ਜਿਹਨੂੰ ਤੂੰ ਰੋਜ਼ ਮਾਨਣੀ ਪਈ ਹੈ। ਹੁਣ ਇਹ ਕਵਿਤਾ ਤਾਂ ਹੈ ਨਹੀਂ ਪਿਆਰਿਓ, ਇਹ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਹੈ, ਇਹ ਪਰਮਾਰਥ ਹੈ, ਇਹ ਜਗਿਆਸਾ ਹੈ, ਇਹ ਧੰਨ ਦੇਖ ਹੈ, ਹਰ ਦੁਆਰ ਹੈ। ਲਾਲਨ ਰਾਵਿਆ ਕਵਨ ਗਤੀਰੀ ਸਿੱਖੀ ਬਤਾਵੋ ਮੁਝੇ ਮਤੀਰੀ ਸੋਭ ਸੋਭ ਸੋਭੀ ਆਪਣੇ ਪ੍ਰੀਤਮ ਕੈ ਰੰਗ ਰਤੀ। ਪਾਉਂ ਮਲੋਮੂ ਸੰਗ ਨੈਣ ਪਤੀਰੀ ਜਾਂ ਪਠਾਵੂ ਜਾਂ ਤਤੀਰੀ, ਜਪ ਤਪ ਸੰਯਮ ਦਿਓ ਜਤੀਰੀ ਇੱਕ ਨਿਮਖ ਮਿਲਾਓ ਮੇ ਪ੍ਰਾਣ ਪਤੀਰੀ। ਕਹਿੰਦੇ ਇੱਕ ਨਿਮਖ ਜਿਤਨਾ ਸਮਾਂ ਜੋ ਮੈਂ ਜਪ ਤਪ ਜਿੰਨੇ ਧਰਮ ਕਰਮ ਕੀਤੇ ਨੇ ਸਭ ਚੀਜ਼ ਦਾ ਮੱਥਾ ਟੇਕਿਆ, ਇਮਕ ਨਿਮਖ ਮਾਤਰ ਮਿਲਾ ਲੈ। ਫਿਰ ਅੱਗੋ ਪਿਆਰਿਓ ਆਵਾਜ਼ ਕੀ ਆਈ, ਮਾਣ ਤਾਣ ਅੰਗ ਬੁੱਧ ਹਤੀਰੀ। ਕਹਿੰਦੇ ਨੇ ਆਪਣੇ ਹੰਕਾਰ ਨੂੰ ਛੱਡ ਦੇ, ਆਪਣੀ ਤਾਕਤ ਦੇ ਮਾਨ ਨੂੰ ਛੱਡ ਦੇ। ਦੇਖੋ ਇਹਦੇ ਵਿੱਚ ਜਗਿਆਸੂ ਪੁੱਛ ਰਿਹਾ, ਅੱਗੋ ਉੱਤਰ ਮਿਲ ਰਿਹਾ। ਇਸੇ ਨੂੰ ਗੁਰੂ ਸਾਹਿਬ ਨੇ ਅੰਮ੍ਰਿਤ ਬਾਣੀ ਵਿੱਚ ਕਿਹਾ, ਲਾਲ ਚੋਲਨਾ ਤੈਤਨ ਸੋਇਆ ਸੁਰਜਨ ਭਾਨੀ ਤਾਮਨ ਮੋਹਿਆ, ਕਵਨ ਬਣੀ ਰਹੀ ਤੇਰੀ ਲਾਲੀ ਕਵਨ ਰੰਗ ਤੂੰ ਭਈ ਗੁਲਾਲੀ, ਤੁਮੀ ਸੁੰਦਰ ਤੁਮੈ ਸੁਹਾਗ ਤੁਮ ਕਰ ਲਾਲਨ ਤੁਮ ਕਰ ਭਾਗ, ਤੂੰ ਸਤਵੰਤੀ ਤੂੰ ਪ੍ਰਧਾਨ ਤੂੰ ਪ੍ਰੀਤਮ ਭਾਨੀ ਤੂੰ ਹੀ ਸੁਰ ਗਿਆਨ। ਮੈਨੂੰ ਦੱਸ ਪ੍ਰੀਤਮ ਭਾਨੀ ਤਾਂ ਰੰਗ ਗੁਲਾਲ, ਕਹੋ ਨਾਨਕ ਸੁਭਦ੍ਰਿਸ਼ਟ ਸੁਣ ਰਹੀ ਸਖੀ ਇਹ ਖਮਰੀ ਕਾਲ ਪ੍ਰਭ ਆਪ ਸ਼ਿੰਗਾਰ ਸਵਾਰਨ ਹਾਰ। ਕਹਿੰਦੇ ਨੇ ਤੂੰ ਪੁੱਛ ਨਹੀਂ ਹੈ, ਮੇਰੀ ਕੋਈ ਪਤਾ ਨਹੀਂ, ਤਾਂ ਉਹਨੇ ਤਰਸ ਕੀਤਾ ਪਿਆਰਿਓ। ਮੈਂ ਇੱਥੇ ਚਲੋ ਸਤਿਗੁਰੂ ਚੋਜੀ ਪ੍ਰੀਤਮ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਉਹਨਾਂ ਦੇ ਜੀਵਨ ਦੀ ਘਟਨਾ ਕਹਿ ਕੇ, ਕਿਉਂਕਿ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਚਾਰ ਚੁਫੇਰੇ ਮਹਾਂਪੁਰਖ ਬੰਦਗੀ ਕਰਨ ਵਾਲੇ। ਚਲੋ ਮੇਰਾ ਖਿਆਲ ਮੈਂ ਮਹਾਂਪੁਰਖ ਲਫਜ਼ ਕਿਹਾ, ਕਈਆਂ ਨੂੰ ਵੀ ਫਿੱਟ ਨਹੀਂ ਬਹਿਣਾ, ਸੰਤ ਲਫਜ਼ ਵੀ ਫਿੱਟ ਨਹੀਂ ਬਹਿਣਾ, ਗੁਰਮੁਖ ਵੀ ਨਹੀਂ ਬਹਿਣਾ, ਪਤਾ ਨਹੀਂ ਕਿਹੜਾ ਕੋਸ਼ ਅਤੇ ਕਿਹੜੀ ਵਕਾਬਲਰੀ ਬਣਨੀ ਹੈ ਜਿਹਨੂੰ ਸਾਨੂੰ ਪਰੋਸ ਕੇ ਦਿੱਤੀ ਜਾਣੀ। ਮੈਂ ਇੱਕ ਦਿਨ ਬਾਬਾ ਅਤਰ ਸਿੰਘ ਉਹਨਾਂ ਦੀ ਸਿਮਰਤੀ 'ਚ ਪ੍ਰੋਗਰਾਮ ਸੀ ਅਤੇ ਮੈਨੂੰ ਉੱਥੇ ਬੋਲਣ ਵਾਸਤੇ ਬੁਲਾਇਆ ਗਿਆ ਅਤੇ ਮੈਂ ਭਾਈ ਕਾਹਨ ਸਿੰਘ ਨਾਭਾ ਦੀ ਇੱਕ ਰਚਨਾ ਸੁਣਾਈ ਸੀ। ਭਾਈ ਕਾਹਨ ਸਿੰਘ ਨਾਭਾ ਦਾ ਜ਼ਿਕਰ ਬੜੇ ਅੱਜ ਕੱਲ੍ਹ ਵਿਦਵਾਨ ਕਰਦੇ ਹਨ ਜੀ। ਉਹਨਾਂ ਨੇ ਬਾਬਾ ਅਤਰ ਸਿੰਘ ਜੀ ਦੇ ਭੋਗ 'ਤੇ ਸ਼ਬਦ ਲਿਖੇ ਸਨ। ਅਤਰ ਦਾ ਅਰਥ ਕੀ ਹੁੰਦਾ ਹੈ? ਉਹ ਕਹਿੰਦੇ ਨੇ ਗੁਰੂ ਨੇ ਕਿਰਪਾ ਕੀਤੀ, ਉਹ ਕਹਿੰਦੇ ਨੇ ਮੈਂ ਆਪਣੀਆਂ ਅੱਖਾਂ ਨਾਲ ਜਦੋਂ ਦੇਖਣਾ ਸੰਗਤ ਵਿੱਚ ਬੈਠੇ ਕੀਰਤਨ ਕਰਦੇ ਨੇ, ਮਾਲਵੇ ਦੇ ਟਿੱਬੇ ਨੇ, ਹਜ਼ਾਰਾਂ ਗਿਣਤੀ ਵਿੱਚ ਜੋਟੀਆਂ 'ਚ ਸੰਗਤਾਂ ਸ਼ਬਦ ਗਾਉਂਦੀਆਂ ਨੇ, ਮੈਨੂੰ ਇੰਝ ਲੱਗਦਾ ਗੁਰੂ ਨਾਨਕ ਦੇ ਘਰ ਦਾ ਉਦੁੱਤੀ ਦਰਗਾਹੀ ਕੀਰਤਨੀਆਂ ਕੀਰਤਨ ਕਰ ਰਿਹਾ ਹੈ। ਕਹਿੰਦੇ ਜਦੋਂ ਉਹੀ ਮਹਾਂਪੁਰਖ ਸਿਰ ਦੇ ਉੱਤੇ ਟੋਕਰੀ ਢੋਂਦਾ ਹੈ,
ਇੱਟਾਂ ਢੋਂਦਾ ਹੈ। ਇੰਝ ਲੱਗਦਾ ਗੁਰੂ ਨਾਨਕ ਸਾਹਿਬ ਦੇ ਘਰ ਦਾ ਪਰਮ ਸੇਵਾਦਾਰ ਲੱਗਾ ਹੈ। ਜਦੋਂ ਉਹਦੇ ਕੋਲ ਬੈਠੇ ਜਗਿਆਸੂ ਫੁਰਨੇ ਖਿਆਲ ਮਨ ਇਹਦੇ ਬਾਰੇ ਪੁੱਛਦੇ ਨੇ, ਇੰਝ ਲੱਗਦਾ ਗੁਰੂ ਨਾਨਕ ਦੇ ਘਰ ਦਾ ਸੁਜਾਨ ਵੈਦ ਹੈ, ਰੋਗੀਆਂ ਦਾ ਇਲਾਜ ਕਰਦਾ। ਉਹਨਾਂ ਨੇ ਜਿਹੜਾ ਸ਼ਬਦ ਕਿਹਾ ਉਹ ਸ਼ਬਦ ਸਨ ਦੋਹਰਾ ਜੀ, ਉਹ ਲਿਖਦੇ ਨੇ ਸਦਾ ਪ੍ਰਫੁੱਲ ਸੁਵਾਸਨਾ ਦਾਇਕ ਆਠੋ ਜਾਮ, ਇਹਦੇ ਅਰਥ ਕਰ ਦੇਣਾ ਅਤਰ ਦੇ ਅਰਥ ਕੀ, ਸਦਾ ਪ੍ਰਫੁੱਲ ਸੁਵਾਸਨਾ, ਜਿਹੜਾ ਸੁਵਾਸਨਾ ਦਾ ਅਰਥ ਹੈ ਨਾਮ ਦੀ ਸੁਗੰਧੀ, ਅੰਦਰ ਮੁਸ਼ਕ ਚ ਘੋਲਿਆ ਜਿਹਨੂੰ ਬਾਣੀ ਨੇ ਕਿਹਾ, ਸਦਾ ਪ੍ਰਫੁੱਲ ਸੁਵਾਸਨਾ ਦਾਇਕ ਆਥੋ ਜਾਮ, ਜਿਹੜਾ ਅੱਠੇ ਪੈਰ ਪਰਮਾਤਮਾ ਦੀ ਨਾਮ ਦੀ ਸੁਗੰਧੀ 'ਚ ਰਹਿੰਦਾ ਹੈ, ਮੰਦ ਵਾਸ਼ਨਾ ਪਰ ਹਰੀ ਅਤਰ ਸਿੰਘ ਇਮਨਾਮ, ਜਿਹਨੇ ਗੰਦੀ ਵਾਸ਼ਨਾ ਨੂੰ ਸਦਾ ਲਈ ਤਿਆਗ ਦਿੱਤਾ ਉਹਦਾ ਨਾਮ ਹੀ ਅਤਰ ਸਿੰਘ ਹੈ। ਭਾਈ ਕਾਹਨ ਸਿੰਘ ਨਾਭਾ ਨੇ ਸ਼ਬਦ ਲਿਖੇ ਸਨ ਉਹਨਾਂ ਬਾਰੇ। ਮੈਂ ਖੈਰ ਬੇਨਤੀ ਕਰਾਂਗਾ ਕਿ ਦੇਖੋ ਇੱਕ ਜਗਿਆਸੂ ਪੁਕਾਰਦਾ ਹੈ, ਉਹ ਪੁੱਛਦਾ ਫਿਰ ਮੈਨੂੰ ਦੱਸੋ ਕੋਈ ਰਾਹ ਕਿਵੇਂ ਮਿਲ ਸਕਣਾ ਖਾਂ, ਅਤੇ ਗੁਰੂ ਗ੍ਰੰਥ ਸਾਹਿਬ ਉਹਦਾ ਉੱਤਰ ਦਿੰਦੇ ਆ। ਸਤਿਗੁਰੂ ਕਹਿੰਦੇ ਨੇ ਵੈਸਾਖ ਭਲਾ ਸ਼ਾਖਾਂ ਵੇਸ਼ ਕਰੇ, ਧਨ ਦੇਖੇ ਹਰ ਦੁਆਰ ਆਵੋ ਦਇਆ ਕਰੇ। ਕਿ ਪਿਆਰੇ ਤੂੰ ਘਰ ਵਿੱਚ ਆ, ਮੇਰੀ ਸੁਰਤ ਵਿੱਚ ਆ ਜਾ, ਤੂੰ ਦਇਆ ਕਰ ਤਰਸ ਕਰ। ਸੱਚ ਇਹ ਵੀ ਜਿਹੜਾ ਗੁਰਦੁਆਰਾ ਲਫਜ਼ ਮੈਂ ਇਹ ਵੀ ਜ਼ਰੂਰ ਅਰਜ਼ ਕਰਨੀ ਚਾਹੁੰਦਾ ਸਾਂ, ਕਿਉਂਕਿ ਆਪ ਜੀ ਪੰਜਵੀਂ ਵਰੇ ਗੰਢ ਇਸ ਅਸਥਾਨ ਦੀ ਮਨਾ ਰਹੇ। ਗੁਰਦੁਆਰਾ ਸੱਚੀ ਮੁੱਚੀ ਪਰਮਾਰਥ ਪਾਉਣ ਵਾਲਾ ਹੈ। ਗੁਰਦੁਆਰਾ ਮਨ ਦੀਆਂ ਮੈਲਾਂ ਧੋਣ ਵਾਸਤੇ ਸੀ, ਗੁਰਦੁਆਰਾ ਮੈਲਾਂ ਚੜ੍ਹਨ ਵਾਸਤੇ ਨਹੀਂ। ਗੁਰਦੁਆਰਾ ਵੈਰ ਵਿਰੋਧ ਗਵਾਉਣ ਵਾਸਤੇ ਸੀ, ਗੁਰਦੁਆਰਾ ਵੈਰ ਕਮਾਉਣ ਵਾਸਤੇ ਨਹੀਂ ਸੀ। ਮੇਰੀ ਗੱਲ ਪਤਾ ਨਹੀਂ ਕਈਆਂ ਨੂੰ ਨਹੀਂ ਚੰਗੀ ਲੱਗਣੀ, ਗੁਰਦੁਆਰਾ ਬੰਧਨ 'ਚ ਬੰਨਣ ਵਾਲਾ ਨਹੀਂ, ਗੁਰਦੁਆਰਾ ਬੰਧਨ ਮੁਕਤ ਕਰਨ ਵਾਲਾ ਸੀ। ਗੁਰਦੁਆਰੇ ਦਾ ਸੰਬੰਧ ਇਮਾਰਤ ਨਾਲ ਨਹੀਂ ਹੁੰਦਾ। ਵਾਹਿਗੁਰੂ ਜੀ ਜੋ ਮੈਂ ਬੇਨਤੀ ਕਰਾਂਗਾ ਬਾਣੀ ਦੀ ਰੋਸ਼ਨੀ 'ਚ, ਜੇ ਅਸੀਂ ਕਿਸੇ ਇਮਾਰਤ ਨੂੰ ਦੇਖ ਕੇ ਕਹੀਏ ਇਸ ਇਮਾਰਤ 'ਚ ਇੰਨਾ ਲੋਹਾ ਲੱਗਾ, ਇੰਨੀ ਲੱਕੜ ਲੱਗੀ, ਇੰਨਾ ਪੱਥਰ ਲੱਗਿਆ, ਇੰਨਾ ਗ੍ਰੇਨਾਈਟ ਲੱਗਿਆ, ਇੰਨਾ ਸੋਨਾ ਲੱਗਿਆ, ਇੰਨੀ ਚਾਂਦੀ ਲੱਗੀ, ਜੇ ਇਸ ਕਰਕੇ ਗੁਰਦੁਆਰੇ ਦੀ ਵਿਸ਼ੇਸ਼ਤਾ ਬਣਾਉਣੀ ਹੈ ਪਿਆਰਿਓ, ਇਹ ਗੁਰਮਤ ਅਨੁਸਾਰ ਠੀਕ ਨਹੀਂ। ਕਲੱਬਾਂ ਪੱਬਾਂ ਵਿੱਚ ਜਿਹੜਾ ਗ੍ਰੇਨਾਈਟ ਲੱਗਾ ਹੁੰਦਾ ਮੇਰਾ ਖਿਆਲ ਉਹ ਗੁਰਦੁਆਰਿਆਂ ਵਿੱਚ ਵੀ ਨਹੀਂ ਕਈ ਵਾਰੀ ਮਿਲਦਾ। ਹੋਟਲਾਂ ਦੀਆਂ ਇਮਾਰਤਾਂ ਇੰਨੀਆਂ ਉੱਚੀਆਂ ਨੇ ਜਿੱਥੇ ਲੋਕ ਨੱਚਦੇ ਨੇ, ਗਾਉਂਦੇ ਨੇ, ਵਾਸ਼ਨਾਵਾਂ ਭੋਗਦੇ ਨੇ। ਜੇ ਸਿਰਫ ਇਸ ਪੈਮਾਨੇ ਨੂੰ ਲੈ ਕੇ ਚੱਲੋਗੇ ਕਿ ਇਮਾਰਤ ਹੈ, ਇਹ ਬਹੁਤ ਸਮਾਂ ਲੱਗਾ, ਬਹੁਤ ਪੈਸਾ ਲੱਗਾ, ਜੇ ਕੇਵਲ ਤਾਂ ਕੇਵਲ ਇਮਾਰਤ ਨੂੰ ਲੈ ਕੇ ਚੱਲੋਗੇ ਗੁਰਮਤ ਅਨੁਸਾਰ ਠੀਕ ਨਹੀਂ। ਇਮਾਰਤਾਂ ਤਾਂ ਵਿਸ਼ੇ ਭੋਗਣ ਵਾਲਿਆਂ ਵੀ ਲੋਕਾਂ ਅਰਬਾਂ ਡਾਲਰਾਂ ਦੀਆਂ ਖੜੀਆਂ ਕਰ ਦਿੱਤੀਆਂ ਨੇ, ਇਸ ਇਮਾਰਤ ਦੇ ਅਰਥ ਕੁਝ ਵੱਖਰੇ ਨੇ। ਗੁਰਦੁਆਰਾ ਕੀ ਹੈ? ਹਾਲਾਂ ਮੈਂ ਵਿੱਚੋਂ ਪ੍ਰਕਰਨ ਆਪਣਾ ਛੱਡਿਆ, ਮੈਂ ਇਹ ਅੱਗੇ ਆਉਣ ਵਾਲੇ ਦਿਨਾਂ 'ਚ ਬੇਨਤੀ ਕਰਾਂਗਾ, ਕਿਉਂਕਿ ਅੱਜ ਗੁਰਦੁਆਰਾ ਸਾਹਿਬ ਦੀ ਇਸ ਅਸਥਾਨ ਦੀ ਪਹਿਲੀ ਗੱਲ, ਗੁਰੂ ਗ੍ਰੰਥ ਸਾਹਿਬ ਵਿੱਚ ਗੁਰਦੁਆਰਾ ਲਫ਼ਜ਼ ਜਿਹੜਾ ਹੈ, ਸਾਡੀ ਅਰਦਾਸ ਹੈ ਕਿ ਦਾਤਾ ਕਦੀ ਗੁਰਦੁਆਰੇ ਬੰਦ ਨਾ ਹੋਣ। ਦੁੱਖ ਇਹਨਾਂ ਮੁਲਕਾਂ 'ਚ ਕਹਿ, ਕਿਉਂਕਿ ਅਸੀਂ ਸੱਚ ਦਾ ਢੰਡੋਰਾ ਬੜੇ ਦਿੰਦੇ ਹਾਂ ਇੱਥੇ, ਤੂੰ ਬੜਾ ਝੂਠਾ, ਤੂੰ ਗਦਾਰ ਹੈ, ਤੂੰ ਫਲਾਣ ਹੈ, ਅਤੇ ਚੇਤੇ ਰੱਖਿਓ ਇੱਥੇ ਆਜ਼ਾਦ ਹੋਣ ਦੇ ਬਾਵਜੂਦ ਵੀ ਗੁਰਦੁਆਰਿਆਂ ਨੂੰ ਤਾਲੇ ਅਸੀਂ ਖੁਦ ਮਰਵਾਉਂਦੇ ਹਾਂ, ਸਰਕਾਰ ਨਹੀਂ ਆ ਕੇ ਮਾਰਦੀ, ਸਾਡੀਆਂ ਕਰਮ ਕਰਤੂਤਾਂ ਕਰਕੇ ਵੱਜਦੇ ਆ, ਇਹ ਅਸੀਂ ਸੱਚ ਨਹੀਂ ਕਦੀ ਸੁਣਨ ਨੂੰ ਤਿਆਰ। ਸੱਚ ਹੈ ਗੁਰੂ ਗ੍ਰੰਥ ਸਾਹਿਬ ਵਿੱਚ
ਧਰਮਸ਼ਾਲਾ ਲਫ਼ਜ਼ ਸਭ ਤੋਂ ਪਹਿਲਾਂ ਵਰਤਿਆ ਜਾਂਦਾ ਰਿਹਾ। ਉਂਝ ਕਈ ਸੱਜਣ ਕਹਿੰਦੇ ਆ ਗੁਰਦੁਆਰਾ ਸ਼ਬਦ ਗੁਰੂ ਹਰਗੋਬਿੰਦ ਸਾਹਿਬ ਵੇਰੇ ਪ੍ਰਫੁੱਲਤ ਹੋਇਆ, ਪਰ ਜੇ ਗੁਰੂ ਗ੍ਰੰਥ ਸਾਹਿਬ ਦਾ ਪਾਠ ਕਰੋ ਤਾਂ ਗੁਰਦੁਆਰਾ ਗੁਰੂ ਨਾਨਕ ਸਾਹਿਬ ਦੇ ਵੇਲੇ ਹੀ ਸ਼ੁਰੂ ਹੋ ਗਿਆ। ਲਫ਼ਜ਼ ਧਰਮਸ਼ਾਲਾ ਲਫ਼ਜ਼ ਹਜ਼ੂਰ ਨੇ ਵਰਤੇ। ਧਰਮਸ਼ਾਲਾ ਤਾਂ ਪੂਰੀ ਜ਼ਮੀਨ ਨੂੰ ਕਹਿ ਦਿੱਤਾ, ਰਾਤੀ ਰੁੱਤੀ ਥਿੱਤੀ ਵਾਰ ਪਵਨ ਪਾਣੀ ਅਗਨੀ ਪਾਤਾਲ ਤਿਸ ਵਿੱਚ ਧਰਤੀ ਥਾਪ ਰੱਖੀ ਧਰਮਸ਼ਾਲ। ਉੱਥੇ ਧਰਮਸ਼ਾਲ ਲਫ਼ਜ਼ ਵਰਤਿਆ। ਭਾਈ ਗੁਰਦਾਸ ਸਾਹਿਬ ਨੇ ਸ਼ਬਦ ਵਰਤੇ, ਜਿੱਥੇ ਬਾਬਾ ਪੈਰ ਧਰੇ ਪੂਜਾ ਆਸਣ ਥਾਪਣ ਸੋਵਾ, ਘਰ ਘਰ ਅੰਦਰ ਧਰਮਸ਼ਾਲ ਹੋਵੇ ਕੀਰਤਨ ਸਦਾ ਵਸੋਵਾ। ਉੱਥੇ ਘਰ ਘਰ ਗੁਰਦੁਆਰੇ ਦਾ ਜ਼ਿਕਰ ਕੀਤਾ ਪਿਆਰਿਓ। ਮੈਂ ਇਹ ਹੀ ਬੇਨਤੀ ਕਰਨੀ ਹੈ ਕਿ ਇਮਾਰਤ ਵਿੱਚ ਕੀਤਾ ਹੋਇਆ ਪ੍ਰਕਾਸ਼ ਗੁਰਦੁਆਰਾ ਹੈ, ਪਰ ਇਸ ਗੁਰਦੁਆਰੇ ਤੋਂ ਬੈਠ ਕੇ ਜਿਹੜਾ ਬੈਠ ਕੇ ਨਿਕਲੇ ਉਹ ਖੁਦ ਗੁਰਦੁਆਰਾ ਬਣ ਜਾਏ। ਮੈਂ ਤਾਂ ਥੋੜ੍ਹਾ ਜਿਹਾ ਤੁਹਾਡਾ ਵਕਤ ਲਿਆ ਗੁਰਦੁਆਰੇ ਸੰਬੰਧੀ। ਗੁਰੂ ਨਾਨਕ ਸਾਹਿਬ ਨੂੰ ਪੁੱਛੋ ਗੁਰਦੁਆਰਾ ਕੀ ਹੈ, ਉਹ ਕਹਿੰਦੇ ਨੇ ਗੁਰਦੁਆਰਾ ਲੜਾਈ ਦਾ ਅਖਾੜਾ ਨਹੀਂ, ਗੁਰਦੁਆਰਾ ਅੰਦਰ ਦੀ ਮਹਿਲ ਧੋਣ ਦਾ ਥਾਂ ਹੈ। ਤੁਸੀਂ ਗੁਰੂ ਗ੍ਰੰਥ ਸਾਹਿਬ 'ਚ ਸ਼ਬਦ ਡਿਟੇਲ ਨਾਲ ਚੰਗੀ ਤਰ੍ਹਾਂ ਪੜ੍ਹਿਓ ਕਿ ਮਹਾਰਾਜ ਜੀ ਦਾ ਸ਼ਬਦ ਹੈ, ਭਾਂਡਾ ਹੱਛਾ ਸੋਏ ਜੋ ਤਿਸ ਭਾਵ ਸੀ, ਭਾਂਡਾ ਅਤ ਮਲੀਨ ਧੋਤਾ ਹੱਛਾ ਨਾ ਹੋਏ ਸੀ। ਭਾਂਡਾ ਦਾ ਅਰਥ ਸਾਡਾ ਸਰੀਰ। ਕਹਿੰਦੇ ਨੇ ਉਹ ਹੀ ਭਾਂਡਾ ਚੰਗਾ ਜਿਹੜਾ ਗੁਰੂ ਨੂੰ ਪਾ ਗਿਆ, ਉਹ ਹੀ ਭਾਂਡਾ ਚੰਗਾ ਹੈ ਜਿਹੜਾ ਸਾਹਿਬ ਨੂੰ ਪਾ ਗਿਆ। ਭਾਂਡਾ ਖੱਛਾ ਸੋਏ ਜੋ ਤਿਸ ਭਾਵ ਸੀ, ਭਾਂਡਾ ਅਤ ਮਲੀਨ ਧੋਤਾ ਅੱਛਾ ਨਾ ਹੋਏ ਸੀ। ਕਿੱਥੋਂ ਧੋਈਏ? ਕਹਿੰਦੇ ਨੇ ਗੁਰੂ ਦੁਆਰਾ ਹੋਏ ਸੋਝੀ ਪਾਏ ਸੀ, ਏਤ ਦੁਆਰਾ ਧੋਏ ਅੱਛਾ ਹੋਏ ਸੀ। ਗੁਰਦੁਆਰਾ ਭਾਂਡੇ ਨੂੰ ਧੋਣ ਵਾਸਤੇ ਹੈ, ਗੁਰਦੁਆਰਾ ਖਿੰਡਾ ਦਾ ਨਾਂ ਨਹੀਂ, ਗੁਰਦੁਆਰਾ ਖਿੰਡਿਆ ਹੋਇਆ ਨੂੰ ਟਿਕਾ ਦਾ ਨਾਮ ਹੈ। ਗੁਰਦੁਆਰਾ ਅੰਦਰ ਦੀ ਕਰੋੜਾਂ ਜਨਮਾਂ ਦੀ ਮਹਿਲ ਦੇ ਛੋੜ ਲਾਉਣ ਵਾਸਤੇ ਹੈ। ਇਸੇ ਨੂੰ ਗੁਰਦੇਵ ਨੇ ਕਿਹਾ ਕਿ ਗੁਰੂ ਦੁਆਰਾ ਹੋਏ ਸੋਝੀ ਪਾਏ ਸੀ, ਏਤ ਦੁਆਰਾ ਧੋਏ ਖੱਛਾ ਹੋਏ ਸੀ। ਗੁਰਦੁਆਰਾ ਵਿਆਹ ਦੀ ਥਾਂ ਹੈ। ਵਿਆਹ ਦਾ ਅਰਥ ਮੈਂ ਅੱਗੇ ਕੀਤੇ ਬਾਰਮੁਖੀ ਕੇਵਲ ਆਨੰਦ ਕਾਰਜ ਨਹੀਂ, ਗੁਰਦੁਆਰੇ ਖਮਰਾ ਵਿਆਹ ਜੇ ਹੋਵਾ, ਇੱਥੇ ਆਤਮਾ ਅਤੇ ਪਰਮਾਤਮਾ ਦਾ ਸੁਮੇਲ ਹੈ। ਗੁਰਦੁਆਰੇ ਦੀ ਆਪਣੀ ਮਹਾਨਤਾ, ਗੁਰਦੁਆਰੇ ਦੀਆਂ ਕੁਝ ਨਿਸ਼ਾਨੀਆਂ ਨੇ। ਇੱਕ ਤਾਂ ਚਲੋ ਇਮਾਰਤ, ਜਿਨ੍ਹਾਂ ਕੋਲ ਪੈਸੇ ਨਹੀਂ ਸਨ, ਬੜੇ ਐਸੇ ਪਿੰਡ ਨੇ ਅੱਜ ਵੀ ਪੰਜਾਬ ਦੀ ਧਰਤੀ 'ਤੇ ਜਿਨ੍ਹਾਂ ਗੁਰਦੁਆਰਿਆਂ ਦੀਆਂ ਇਮਾਰਤਾਂ ਕੱਚੀਆਂ ਮਿਲਣਗੀਆਂ, ਪਰ ਇਹਦਾ ਮਤਲਬ ਇਹ ਨਹੀਂ ਆਪਾਂ ਉਹਨੂੰ ਗੁਰਦੁਆਰਾ ਨਹੀਂ ਕਹਾਂਗੇ। ਗੁਰਦੁਆਰੇ ਦੀ ਪਹਿਲੀ ਨਿਸ਼ਾਨੀ ਇਹ ਵੇ ਕਿ ਪਿਆਰਿਓ ਉਸ ਇਮਾਰਤ ਵਿੱਚ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੁੰਦਾ ਹੋਵੇ। ਪ੍ਰਕਾਸ਼ ਨਹੀਂ ਕੇਵਲ, ਉੱਥੇ ਰੋਜ਼ਾਨਾ ਗੁਰਬਾਣੀ ਦਾ ਕੀਰਤਨ ਪਾਠ ਵਿਚਾਰ ਹੋਵੇ, ਉੱਥੇ ਸਤ ਸੰਗਤ ਹੋਵੇ ਰੋਜ਼। ਫਿਰ ਬੇਨਤੀ ਹੈ ਪ੍ਰਕਾਸ਼ ਹੋਵੇ, ਸਤ ਸੰਗਤ ਹੋਵੇ। ਦੂਸਰੀ ਗੁਰਦੁਆਰੇ ਦੀ ਨਿਸ਼ਾਨੀ ਇਹ ਵੇ ਕਿ ਉੱਥੇ ਰੋਜ਼ ਗੁਰੂ ਕੇ ਲੰਗਰ ਦੀ ਪੰਗਤ ਸੱਜਦੀ ਹੋਵੇ, ਲੰਗਰ ਲੱਗਦਾ ਹੋਵੇ। ਤੀਸਰਾ ਗੁਰਦੁਆਰੇ ਦੀ ਨਿਸ਼ਾਨੀ ਕਿ ਦੂਰੋਂ ਦੇਖੇ ਕੋਈ ਕੇਸਰੀ ਨਿਸ਼ਾਨ ਝੁਲਦਾ ਹੋਵੇ, ਅਤੇ ਜਿਹੜਾ ਨਿਸ਼ਾਨ ਇਸ ਗੱਲ ਦੀ ਗਵਾਹੀ ਦਿੰਦਾ ਕਿ ਲੋਕ ਜਿਹਨੂੰ ਕਿਤੇ ਰਾਤ ਨੂੰ ਰਹਿਣ ਨੂੰ ਥਾਂ ਨਾ ਮਿਲੇ ਇਹਦੇ ਥੱਲੇ ਥਾਂ ਮਿਲੇਗੀ, ਜਿਹਨੂੰ ਪੇਟ ਭਰ ਕੇ ਪ੍ਰਸ਼ਾਦਾ ਨਾ ਮਿਲੇ ਉਹਨੂੰ ਰੋਟੀ ਮਿਲੇਗੀ। ਸੱਚ ਇਵੇਂ ਕਿ ਜਿਸ ਦੁਖਿਆਰੇ ਦੀ ਕੋਈ ਬਾਂਹ ਨਾ ਪਕੜੇ, ਇਸ ਝੂਲ ਦੇ ਨਿਸ਼ਾਨ ਵਾਲੇ ਪਾਸੇ ਚਲਾ ਜਾਈਂ, ਸੱਚ ਇਵੇਂ ਇੱਥੇ ਉਹਨਾਂ ਦੀ ਬਾਂਹ ਪਕੜੀ ਜਾਂਦੀ ਜਿਹਦੀ ਕੋਈ ਵੀ ਬਾਂਹ ਨਹੀਂ ਪਕੜਦਾ। ਮੈਂ ਬੇਨਤੀ ਕਰਾਂਗਾ, ਇਹ ਗੁਰਦੁਆਰਾ ਹੈ ਸਾਡਾ। ਉਸ ਤੋਂ ਅਗਲੀ ਨਿਸ਼ਾਨੀ ਹੈ, ਗੁਰਦੁਆਰੇ ਵਿੱਚ ਨਗਾਰਾ ਹੁੰਦਾ ਹੈ ਜਿਹੜਾ ਸਵੇਰੇ ਸ਼ਾਮ ਵੱਜਦਾ ਹੈ।
ਨਗਾਰਾ ਵੀ ਗੁਰਦੁਆਰਿਆਂ ਵਿੱਚ ਵੱਜਦਾ ਹੈ। ਪੰਗਤ ਹੈ ਸੰਗਤ ਕਹਿ, ਤੁਸੀਂ ਇੱਕ ਪਾਂਠ ਰੋਜ਼ ਅਰਦਾਸ ਕਰਦੇ ਹੋ, ਮੈਂ ਥੋੜ੍ਹੀ ਜਿਹੀ ਉਹਦੇ ਬਾਰੇ ਬੇਨਤੀ ਕਰਦੇ ਹਾਂ, ਮਿੰਟ ਸਿਰਫ 10 ਰਹਿ ਗਏ ਆ। ਅਸੀਂ ਇੱਕ ਬਚਨ ਕਰ ਪੜ੍ਹਦੇ ਹਾਂ ਰੋਜ਼ਾਨਾ ਅਰਦਾਸ ਵਿੱਚ, ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਟਲ, ਇਹ ਗੁਰਦੁਆਰਿਆਂ ਦੀ ਆਬਾਦੀ ਵਾਸਤੇ ਅਰਦਾਸ ਹੈ। ਥੋੜ੍ਹੀ ਜਿਹੀ ਮੈਂ ਆਪ ਜੀ ਨੂੰ ਜੀ ਦੱਸ ਦੇਣਾ, ਆਪ ਵਿੱਚ ਸੂਝਵਾਨ ਬੈਠੇ ਜਾਣਦੇ ਹੋ ਕਿ ਚੌਂਕੀਆਂ ਕਈ ਵਾਰੀ ਅਰਥੇ ਦੇ ਕੀਤੇ, ਚੌਂਕੀਆਂ ਤਿੰਨ ਤਰ੍ਹਾਂ ਦੀਆਂ, ਇੱਕ ਨਿਤਨੇਮ ਦੀ ਚੌਂਕੀ ਹੈ, ਦੂਜੀਆਂ ਇਤਿਹਾਸਿਕ ਚੌਂਕੀਆਂ ਨੇ, ਤੀਸਰੀ ਯਾਤਰੂ ਚੌਂਕੀ। ਤਿੰਨ ਚੌਂਕੀਆਂ ਨੇ ਜੀ ਸਿੱਖਾਂ 'ਚ। ਉਂਝ ਚੌਕੀ ਦਾ ਆਖਰੀ ਅਰਥ ਹੁੰਦਾ ਹੈ ਪਹਿਰਾ, ਚੌਕੀ ਦਾ ਅਰਥ ਹੈ ਬਹਿਣ ਦੀ ਥਾਂ। ਸੱਚ ਇਹ ਵੇ ਕਿ ਸਿੱਖ ਨੂੰ ਚੌਕੀ ਤੋਂ ਬਿਨਾਂ ਬਚਾ ਵੀ ਕੋਈ ਨਹੀਂ ਸਕਦਾ। ਇਹਦੇ ਸਰੀਰ 'ਤੇ ਜਦੋਂ ਸ਼ਬਦ ਦੀ ਚੌਂਕੀ ਲੱਗਦੀ ਹੈ, ਸ਼ਬਦ ਦੀ ਚੌਕੀ ਇਹਨੂੰ ਅੰਦਰੋਂ ਵੀ ਬਚਾਉਂਦੀ, ਇਹਨੂੰ ਬਾਹਰੋਂ ਵੀ ਬਚਾਉਂਦੀ ਹੈ। ਜਦੋਂ ਸ਼ਬਦ ਦੀ ਚੌਂਕੀ ਲੱਗਦੀ ਤਾਂ ਉਹ ਕਹਿੰਦਾ, ਤਾਤੀ ਵਾਓ ਨਾ ਲੱਗਈ ਪਾਰ ਬ੍ਰਹਮ ਸ਼ਰਨਾਈ, ਚੌ ਗਿਰਦ ਹਮਾਰੇ ਰਾਮ ਕਾਰ ਦੁੱਖ ਲੱਗੇ ਨਾ ਭਾਈ। ਜਦੋਂ ਅੰਤਲਾ ਸਮਾਂ ਆਉਂਦਾ ਹੈ, ਉਦੋਂ ਵੀ ਉਹ ਸ਼ਬਦ ਕਹਿੰਦਾ, ਗੁਰ ਕਾ ਸ਼ਬਦ ਰਖਵਾਰੇ ਚੌਕੀ, ਚੌ ਗਿਰਦ ਹਮਾਰੇ ਰਾਮ ਨਾਮ ਮਨ ਲਾਗਾ, ਜਮ ਲੱਜਾਏ ਕਿਰਪਾ ਕਰ। ਪਹਿਲੀਆਂ ਚੌਕੀਆਂ ਨੇ ਨਿਤਨੇਮ ਦੀਆਂ, ਚਲੋ ਗੁਰੂ ਘਰਾਂ ਵਿੱਚ ਇਹ ਤਕਰੀਬਨ ਚੱਲਦੀਆਂ ਨੇ। ਹਰਿਮੰਦਰ ਸਾਹਿਬ ਵਿੱਚ ਨਿਤਨੇਮ ਦੀਆਂ ਚੌਂਕੀਆਂ ਦਾ ਅਰਥ, ਮੈਂ ਇਹ ਪੰਜ ਬਾਣੀਆਂ ਤੱਕ ਨਹੀਂ ਕੇਵਲ, ਹਰਿਮੰਦਰ ਸਾਹਿਬ ਵਿੱਚ ਜਿਹੜੀਆਂ ਚੌਂਕੀਆਂ ਨੇ, ਸਭ ਤੋਂ ਪਹਿਲੀ ਚੌਕੀ ਹੈ ਦੁਪਹਿਰੇ ਦੀ, ਯਾਦ ਰੱਖਿਓ। ਉਹ ਵੈਸੇ ਚੌਕੀਆਂ 'ਚ ਆਉਂਦੀ ਨੇ, ਉਹ ਬਹੁਤ ਸਮਾਂ ਬਾਅਦ 'ਚ ਬਾਬਾ ਸ਼ਾਮ ਸਿੰਘ ਜੀ ਨੇ ਸ਼ੁਰੂ ਕੀਤਾ। ਪਹਿਲੀ ਚੌਕੀ ਆਸਾਂ ਕੀ ਵਾਰ ਦੀ, ਭਾਵੇਂ ਆਨੰਦ ਸਾਹਿਬ ਦੀ ਚੌਕੀ ਵਿੱਚ ਅਰਦਾਸ ਕਹਿੰਦੇ ਨੇ, ਉਹ ਚੌਕੀ ਆਸਾਂ ਕੀ ਵਾਰ ਹੈ, ਆਸਾਂ ਦੀ ਵਾਰ ਦੀ ਚੌਂਕੀ, ਬਿਲਾਵਲ ਦੀ ਚੌਂਕੀ, ਚਰਨ ਕਮਲ ਦੀ ਚੌਕੀ, ਸੋਦਰ ਦੀ ਚੌਂਕੀ ਅਤੇ ਕਲਿਆਣ ਦੀ ਚੌਕੀ, ਇਹ ਸਾਡੀਆਂ ਚੌਕੀਆਂ ਨੇ। ਭਾਵਾਂ ਕਿ ਦੇਖੋ ਗੁਰਦੁਆਰਿਆਂ ਵਿੱਚ ਦੋ ਚੌਕੀਆਂ ਤਾਂ ਤਕਰੀਬਨ ਹਰ ਗੁਰੂ ਘਰ ਲੱਗਦੀਆਂ ਨੇ ਨਾ, ਅੰਮ੍ਰਿਤ ਵੇਲੇ ਆਸਾਂ ਕੀ ਵਾਰ ਦੀ ਚੌਂਕੀ ਅਤੇ ਸ਼ਾਮ ਨੂੰ ਗੁਰੂ ਘਰਾਂ 'ਚ ਸੋਦਰ ਦੀ ਚੌਕੀ। ਅਰਦਾਸ ਵਿੱਚ ਕਿਹਾ ਗਿਆ, ਹੇ ਅਕਾਲ ਪੁਰਖ ਵਾਹਿਗੁਰੂ ਕਿਰਪਾ ਕਰਿਓ, ਤੇਰੇ ਦਰ 'ਤੇ ਜਿਹੜੀਆਂ ਨਿਤਨੇਮ ਦੀਆਂ ਚੌਂਕੀਆਂ ਲੱਗਦੀਆਂ ਨੇ, ਇਹ ਚੌਕੀਆਂ ਕਦੀ ਵੀ ਬੰਦ ਨਾ ਹੋਣ, ਗੁਰਦੁਆਰਾ ਆਬਾਦ ਰਹੇ। ਮੈਂ ਅਰਜ਼ ਕੀਤੀ, ਇੱਕ ਚੌਂਕੀਆਂ ਨੇ ਕੀਰਤਨ ਦੀਆਂ, ਦੂਜੀਆਂ ਚੌਂਕੀਆਂ ਨੇ ਇਤਿਹਾਸਿਕ। ਪਹਿਲੀ ਚੌਕੀ ਸੀ ਬਾਬਾ ਬੁੱਢਾ ਸਾਹਿਬ ਨੇ ਕੱਢੀ, ਜਦੋਂ ਗੁਰੂ ਹਰਗੋਬਿੰਦ ਸਾਹਿਬ ਡਰੌਲੀ ਗਏ ਮਾਲ ਵਿੱਚ, ਅੰਮ੍ਰਿਤਸਰ ਕੱਢੀ। ਦੂਜੀ ਚੌਕੀ ਜਦੋਂ ਹਜ਼ੂਰ ਗਵਾਲੀਅਰ ਦੇ ਕਿਲੇ ਵਿੱਚ ਕੈਦ ਸਨ, ਉਦੋਂ ਬਾਬਾ ਬੁੱਢਾ ਸਾਹਿਬ ਨੇ ਅੰਮ੍ਰਿਤਸਰ ਕੱਢੀ। ਤੀਸਰੀ ਚੌਕੀ ਹੈ ਯਾਤਰੂ ਚੌਂਕੀ, ਇਹ ਚੌਕੀਆਂ ਪਿੰਡਾਂ 'ਚ ਨੇ, ਜੇ ਪੰਜਾਬ ਦੇ ਪਿੰਡਾਂ 'ਚ ਨੇ। ਮੈਂ ਇੱਕ ਵਾਰ ਕਿਹਾ ਸੀ ਪ੍ਰਭਾਤ ਫੇਰੀ ਲਫ਼ਜ਼ ਬਹੁਤ ਪੁਰਾਣਾ ਪਹਿਲਾਂ ਹੁਣ ਆਇਆ, ਨਗਰ ਕੀਰਤਨ ਲਫ਼ਜ਼ ਵੀ ਇੱਕ ਵਾਰੀ, ਚਲੋ ਇੱਥੇ ਅਸੀਂ ਵਾਚਿਆ ਸੀ ਕਿ ਨਗਰ ਕੀਰਤਨ ਇੰਨਾ ਸ਼ਬਦ ਮਸ਼ਹੂਰ ਹੋ ਚੁੱਕਾ ਹੈ, ਜੇ ਅੱਜ ਕੋਈ ਪਲਟੇਗਾ ਉਹਦੀ ਖੈਰ ਕੋਈ ਨਹੀਂ। ਜੇ ਲਫ਼ਜ਼ ਤਾਂ ਜਲੂਸ ਹੀ ਸੀ, ਨਗਰ ਕੀਰਤਨ ਲਫ਼ਜ਼ ਕਿੱਥੋਂ ਆਇਆ ਤੁਸੀਂ ਦੇਖ ਲਓ, ਭਜਨ ਮੰਡਲੀ ਨਾਲ ਜੁੜਿਆ। ਜਦੋਂ ਜਲੂਸ ਕਹੋਗੇ ਤਾਂ ਮੀਰੀ ਪੀਰੀ ਝਲਕੇਗੀ, ਨਗਰ ਕੀਰਤਨ ਕਹੋਗੇ ਕੇਵਲ ਭਜਨ ਬੰਦਗੀ ਦੀ ਗੱਲ ਝਲਕੇਗੀ। ਜਿਹੜਾ ਜਲੂਸ ਹੈ ਇਹ ਲਫ਼ਜ਼ ਅਸਲ 'ਚ ਸਾਡੇ ਪੰਜਾਬੀਆਂ ਦਾ ਦੁਖਾਂਤ ਇਹ ਵੇ, ਅਸੀਂ ਚੰਗੇ ਸ਼ਬਦਾਂ ਨੂੰ ਗੰਦੇ ਕਿਰਦਾਰ ਨਾਲ ਜੋੜ ਜੋੜ ਕੇ ਸ਼ਬਦ ਵੀ ਗੰਦਾ ਬਣਾ ਦਿੰਦੇ। ਸ਼ਬਦ ਬੜਾ ਪਵਿੱਤਰ ਹੁੰਦਾ। ਮੈਂ ਅਰਜ਼ ਕੀਤੀ ਮਸੰਦ ਲਫ਼ਜ਼ ਮਾੜਾ ਨਹੀਂ ਸੀ, ਮਸੰਦ ਦਾ ਅਰਥ ਇਹ ਸੀ ਜਿਹੜਾ ਗੱਦੀ ਉੱਤੇ ਬਹਿੰਦਾ, ਮਸਨਦ ਲਫ਼ਜ਼ ਤੋਂ ਮਸੰਦ ਬਣਿਆ, ਮਸਨਦ 'ਤੇ ਬਹਿਣ ਵਾਲਾ, ਗੱਦੀ 'ਤੇ ਬਹਿਣ ਵਾਲਾ,
ਉੱਚਾ ਬੈਠ ਕੇ ਗੁਰਬਾਣੀ ਦੀ ਗੱਲ ਕਰਨ ਵਾਲਾ ਉਹ ਮਸੰਦ ਸੀ, ਪਰ ਇੰਨੇ ਕੁ ਨਿਗਰ ਗਏ। ਅੱਜ ਜਿਹੜਾ ਬੰਦਾ ਥਿੜਕਦਾ ਦੇਖ ਕਹਿੰਦੇ ਮਸੰਦ ਬਣ ਗਿਆ। ਮਸੰਦ ਲਫ਼ਜ਼ ਮਾੜਾ ਨਹੀਂ, ਜਲੂਸ ਲਫ਼ਜ਼, ਇਹਦਾ ਅਰਥ ਇਹ ਸੀ। ਭਾਈ ਕਾਹਨ ਸਿੰਘ ਨਾਭਾ ਨੇ ਤਾਂ ਬੜੇ ਵਿਸਤਾਰ ਨਾਲ ਦਿੱਤਾ ਕਿ ਜਦੋਂ ਪਾਤਸ਼ਾਹ ਆਪਣੇ ਪੂਰੇ ਸ਼ਾਨੋ ਸ਼ੌਕਤ ਸ਼ਾਹੀ ਜਲਾਲ ਨਾਲ ਠਾਂਠ ਪਾਠ ਨਾਲ ਜਦੋਂ ਪਾਤਸ਼ਾਹ ਦੀ ਪਾਲਕੀ ਸ਼ਹਿਰ 'ਚ ਨਿਕਲਦੀ ਹੈ ਤਾਂ ਲੋਕ ਕਹਿੰਦੇ ਨੇ ਪਾਤਸ਼ਾਹ ਦਾ ਜਲੂਸ ਅੱਜ ਨਿਕਲਿਆ। ਮੇਰਾ ਖਿਆਲ ਸਾਡੇ 'ਚ ਕਈਆਂ ਨੂੰ ਪਤਾ ਹੈ ਇਸ ਦਾ ਕਿ ਗੁਰਪੁਰਬ ਨੂੰ ਕਹਿੰਦੇ ਸਾਂ ਅੱਜ ਗੁਰਪੁਰਬ ਨੂੰ ਮਹਾਰਾਜ ਦਾ ਜਲੂਸ ਨਿਕਲਣਾ। ਪਰ ਉਹ ਸ਼ਬਦ, ਚਲੋ ਹੁਣ ਮੈਂ ਕਿਹਾ ਜੇ ਮੈਂ ਸ਼ਬਦ ਦੁਹਰਾਵਾਂਗਾ ਲੋਕਾਂ ਪਸੰਦ ਨਹੀਂ ਕਰਨਾ। ਜਦੋਂ ਬਹੁ ਗਿਣਤੀ ਅਗਿਆਨਤਾ ਵੱਲ ਵੀ ਹੋ ਜਾਏ ਫਿਰ ਕੋਈ ਨਹੀਂ ਸਮਝਦੀ ਗੁਰ ਲੋਕ। ਜਲੂਸ ਲਫ਼ਜ਼ ਮਾੜਾ ਨਹੀਂ ਸੀ। ਇਸੇ ਤਰ੍ਹਾਂ ਜਿਹੜਾ ਸ਼ਬਦ ਚੌਂਕੀਆਂ ਹੈ, ਯਾਤਰੂ ਚੌਂਕੀਆਂ, ਨਿਤਨਿਮ ਦੀਆਂ ਚੌਂਕੀਆਂ, ਦਰਬਾਰ ਸਾਹਿਬ, ਇਹ ਇਤਿਹਾਸਿਕ ਚੌਂਕੀਆਂ ਵੀ ਰੋਜ਼ ਨੇ, ਯਾਤਰੂ ਚੌਂਕੀਆਂ। ਮੱਸਿਆ ਦੀ ਪੂਰਬ ਰਾਤ ਕਦੀ ਤਰਨ ਤਾਰਨ ਸਾਹਿਬ ਦੇ ਨੇੜੇ ਤੁਸੀਂ ਘੁੰਮ ਕੇ ਦੇਖਿਓ, ਰਾਤ ਨੂੰ ਪਿੰਡਾਂ 'ਚ ਸੰਗਤਾਂ ਸ਼ਬਦ ਗਾਉਂਦੀਆਂ ਹੋਈਆਂ ਤਰਨ ਤਾਰਨ ਸਾਹਿਬ ਪਹੁੰਚਦੀਆਂ। ਤਰਨ ਤਾਰਨ ਸਾਹਿਬ ਤੋਂ ਇੱਕ ਰਾਤ ਗੋਇੰਦਵਾਲ ਸਾਹਿਬ ਵੀ ਜਾਂਦੇ। ਇਹ ਕਿਹਾ ਗਿਆ ਮਾਲਕ ਕਿਰਪਾ ਕਰੀ ਗੁਰਦੁਆਰਿਆਂ ਦੀਆਂ ਇਹ ਚੌਂਕੀਆਂ ਕਦੀ ਬੰਦ ਨਾ ਹੋਣ। ਉਸ ਤੋਂ ਬਾਅਦ ਝੰਡੇ ਸੀ, ਇਹ ਵੀ ਗੁਰਦੁਆਰੇ ਦਾ ਪ੍ਰਤੀਕ, ਝੰਡੇ ਝੂਲਦੇ ਰਹਿਣ। ਅਤੇ ਤੀਸਰਾ ਲਫ਼ਜ਼ ਸੀ ਬੁੰਗੇ। ਅਸਲ 'ਚ ਬੁੰਗਾ ਸਾਡੇ ਕਿਸੇ ਬੰਦੇ ਨੂੰ ਪੁੱਛੋ ਕਹੇਗਾ ਕਿ ਜਿਹੜੀ ਹਰਿਮੰਦਰ ਸਾਹਿਬ 'ਤੇ ਦੋ ਇਮਾਰਤਾਂ ਗੁੰਬਦ ਵਾਲੀਆਂ ਉਹ ਬੁੰਗੇ। ਸਾਧ ਸੰਗਤ ਜੀ, ਅੰਮ੍ਰਿਤਸਰ ਵਿੱਚ 69 ਬੁੰਗੇ ਸਨ। ਬੁੰਗਾ ਅਸੀਂ ਸ਼ਬਦ ਵਰਤਨੇ ਆ, ਪੰਜਾਬੀ 'ਚ ਬਣ ਗਿਆ। ਲਫ਼ਜ਼ ਤਾਂ ਫਾਰਸੀ ਦਾ ਬੁੰਗਾ, ਬੁੰਗਾ ਦਾ ਅਰਥ ਹੁੰਦਾ ਤੰਬੂ, ਬੁੰਗਾ ਦਾ ਅਰਥ ਹੁੰਦਾ ਰਿਹਾਇਸ਼। ਇਹ ਜਿਹੜੇ ਉੱਪਰ ਵਾਲੇ ਗੁੰਬਦ ਨੇ, ਇਹਦਾ ਅਰਥ ਨਹੀਂ ਕੇਵਲ ਬੁੰਗਾ। ਇੱਥੇ ਸਭ ਤੋਂ ਪਹਿਲਾਂ ਇੱਕ ਬੁੰਗਾ ਹੁੰਦਾ ਸੀ, ਇਹ ਗਿਆਨੀਆਂ ਦਾ ਬੁੰਗਾ, ਰਾਗੀਆਂ ਦਾ ਬੁੰਗਾ, ਅਕਾਲੀਆਂ ਦਾ ਬੁੰਗਾ, ਨਿਰਮਲਿਆਂ ਦੇ ਬੁੰਗੇ, ਉਦਾਸੀਆਂ ਦੇ ਬੁੰਗੇ। ਅਤੇ ਮੈਂ ਬੇਨਤੀ ਕਰਾਂ ਇੱਥੋਂ ਤੱਕ ਕਿ ਸਰਦਾਰਾਂ ਦੇ ਵੀ ਬੁੰਗੇ ਹੁੰਦੇ ਸਨ। ਇਉਂ ਕਹਿ ਲਓ ਜਦੋਂ ਸਰਦਾਰ ਆਪਣੇ ਦਲ ਲੈ ਕੇ ਫੌਜਾਂ ਲੈ ਕੇ ਆਉਂਦੇ ਸਨ, ਫੌਜਾਂ ਅੰਮ੍ਰਿਤਸਰ ਤੋਂ ਬਾਹਰ ਹੁੰਦੀਆਂ ਸਨ, ਉਹਨਾਂ ਦੀ ਰਾਇਸ਼ ਜਿੱਥੇ ਬੁੰਗੇ ਵਿੱਚ ਹੁੰਦੀ ਸੀ ਉਹ ਆਪਣਾ ਟਿਕਾਣਾ ਬੁੰਗੇ ਵਿੱਚ ਕਰਦੇ ਸਨ। ਇਹ ਗੁਰਦੁਆਰੇ ਨਾਲ ਜੁੜੀਆਂ ਚੀਜ਼ਾਂ ਸਨ ਜੀ ਬੁੰਗੇ, ਜਿਹਨੂੰ ਅੱਜ ਤੁਸੀਂ ਕੌਲੀ ਯੂਨੀਵਰਸਿਟੀ ਕਹਿੰਦੇ ਹੋ। ਗਿਆਨੀਆਂ ਦਾ ਬੁੰਗਾ ਹੁੰਦਾ ਸੀ ਜਿੱਥੇ ਗੁਰਬਾਣੀ ਦੀ ਸੰਤਿਆ, ਕਥਾ ਅਤੇ ਪਾਠ ਸਿਖਾਇਆ ਜਾਂਦਾ ਸੀ, ਜਿੱਥੇ ਸਿੱਖੀ ਦਾ ਸਿਧਾਂਤ ਦ੍ਰਿੜ ਕਰਾਇਆ ਜਾਂਦਾ ਸੀ। ਰਾਗੀਆਂ ਦਾ ਬੁੰਗਾ ਹੁੰਦਾ ਸੀ ਜਿੱਥੇ ਕੀਰਤਨ ਸਿਖਾਇਆ ਜਾਂਦਾ ਸੀ। ਅਕਾਲੀਆਂ ਦਾ ਬੁੰਗਾ ਹੁੰਦਾ ਸੀ ਜਿੱਥੇ ਸ਼ਸਤਰ ਵਿੱਦਿਆ ਸਿਖਾਈ ਜਾਂਦੀ ਸੀ। ਇਹ ਸਾਰੇ ਬੁੰਗੇ ਸਨ। ਇੱਥੇ ਉਦੋਂ ਸਰਾਂ ਲਫ਼ਜ਼ ਨਹੀਂ ਸੀ ਵਰਤਿਆ ਜਾਂਦਾ, ਕੇਵਲ ਬੁੰਗਾ ਸੀ। ਇਹ ਸਾਡੇ ਗੁਰਦੁਆਰੇ ਦੀ ਥਾਂ ਇੱਕ ਅਟੁੱਟ ਅੰਗ ਹੈ। ਮੈਂ ਬੇਨਤੀ ਕਰਾਂਗਾ ਗੁਰਦੁਆਰੇ ਵਿੱਚ ਆ ਕੇ ਸਿੱਖ ਨੇ ਸ਼ਬਦ ਨੂੰ ਕਮਾਉਣਾ ਹੈ। ਅਤੇ ਗੁਰੂ ਸਾਹਿਬ ਕਹਿੰਦੇ ਨੇ ਹਰ ਸਿੱਖ ਦਾ ਸਰੀਰ ਗੁਰਦੁਆਰਾ ਬਣ ਜਾਏਗਾ ਜਿਹਦੇ ਵਿੱਚ ਸ਼ਬਦ ਵਰਤਣ ਲੱਗ ਪਏਗਾ। ਮੈਂ ਆਰੰਭ ਕੀਤਾ ਸੀ ਅਸੀਂ ਇਕੱਲੀ ਇਮਾਰਤ ਨੂੰ ਗੁਰਦੁਆਰਾ ਨਹੀਂ ਕਹਿੰਦੇ ਪਿਆਰਿਓ। ਜਦੋਂ ਇਹ ਇਮਾਰਤ ਬਣੀ ਉਦੋਂ ਪਹਿਲਾਂ ਜ਼ਮੀਨ ਸੀ। ਚਲੋ ਆਪਾਂ ਸਾਰਿਆਂ ਨੇ ਦੇਖਿਆ ਅੱਖਾਂ ਨਾਲ, ਤੁਸਾਂ ਹੱਥੀਂ ਸੇਵਾ ਕੀਤੀ, ਇਸ ਵਿੱਚ ਕਿੰਨੇ ਮਜ਼ਦੂਰ ਆਏ, ਕਿੰਨੇ ਪਿੱਲਰ ਖੜ੍ਹੇ ਹੋਏ, ਅਸੀਂ ਸਾਰੇ ਆਉਂਦੇ ਰਹੇ, ਆਪਾਂ ਕਿਸੇ ਨੇ ਇਸ ਥਾਂ 'ਤੇ ਮੱਥਾ ਨਹੀਂ ਸੀ ਟੇਕਿਆ। ਇਮਾਰਤ ਸੀ ਉਦੋਂ, ਕਿਸੇ ਨੇ ਮੱਥਾ ਟੇਕਿਆ। ਅੱਜ ਜਿੰਨੇ ਆਉਂਦੇ ਹਾਂ ਇੱਥੇ ਆ ਕੇ ਸਭ ਤੋਂ ਪਹਿਲਾਂ ਉੱਥੋਂ ਕਿਵਾੜ ਤੋਂ ਹੱਥ ਜੋੜਨੇ ਹਾਂ, ਅੰਦਰ ਆਉਂਦਿਆਂ ਤੱਕ ਐਂ ਚੁਫਾਲ ਡੇਕ ਕੇ ਮੱਥਾ ਟੇਕਣੇ ਹਾਂ। ਪਿਆਰਿਓ ਜਦੋਂ ਗੁਰੂ ਆ ਕੇ ਬਹਿ ਜਾਏ ਉਹ ਥਾਂ ਗੁਰੂ ਦੁਆਰਾ ਬਣ ਜਾਂਦੀ ਏ।
ਜਦੋਂ ਸਿੱਖ ਦੇ ਸਰੀਰ ਵਿੱਚ ਗੁਰੂ ਦਾ ਸ਼ਬਦ ਵਰਤ ਜਾਏ, ਸਿੱਖ ਦਾ ਸਰੀਰ ਵੀ ਗੁਰਦੁਆਰਾ ਬਣ ਜਾਂਦਾ। ਦਰਬਾਰਾ ਦਾ ਅਰਥ ਹੁੰਦਾ ਦਰਵਾਜ਼ਾ, ਦੁਆਰਾ ਦਾ ਅਰਥ ਹੁੰਦਾ ਰਾਹੀ, ਗੁਰਦੁਆਰੇ ਦਾ ਅਰਥ ਇਹ ਵੇ ਕਿ ਜਿਹੜਾ ਸਤਿਗੁਰੂ ਦੇ ਦਰ 'ਤੇ ਆਇਆ ਇਹ ਪਰਮਾਤਮਾ ਦੇ ਦਰ 'ਤੇ ਜਾ ਸਕੇ, ਪਹੁੰਚ ਸਕੇ। ਇਸੇ ਕਰਕੇ ਸਾਡੇ ਅਤਿ ਸਨਮਾਨਯੋਗ ਵਿਦਵਾਨ ਭਾਈ ਗੁਰਦਾਸ ਸਾਹਿਬ, ਮੈਂ ਸਿਰਫ ਉਹਨਾਂ ਦੀ ਇੱਕ ਕਵਿਤ ਕਹਿ ਕੇ ਸਮਾਪਤੀ ਕਰਾਂਗਾ। ਗੁਰਦੁਆਰਾ ਕੀਰਤਨ ਦੀ ਥਾਂ ਹੈ, ਗੁਰਦੁਆਰਾ ਭਜਨ ਬੰਦਗੀ ਦੀ ਥਾਂ ਹੈ, ਗੁਰਦੁਆਰਾ ਪੰਥਕ ਫੈਸਲਾ ਕਰਨ ਦੀ ਸੁਣ ਦੀ, ਪੰਥਕ ਆਈ ਕੋਈ ਭੀੜਾਂ ਨੂੰ ਵਿਚਾਰਨ ਦੀ ਥਾਂ ਵੀ ਹੈ। ਆਹ ਤੁਹਾਡਾ ਬੁੰਗਾ ਹੀ ਹੈ ਜੀ, ਵਾਹਿਗੁਰੂ ਜੀ ਇਹ ਨਾ ਸਮਝੋ ਕਿ ਭਾਈ ਸਾਹਿਬ ਇੰਨੀ ਸਿਫਤ ਕਰ ਗਏ ਬੁੰਗਾ ਕਹਿ ਗਏ, ਇੱਧਰ ਤੁਹਾਡਾ ਸਕੂਲ ਹੈ, ਇੱਧਰ ਤੁਹਾਡਾ ਲੰਗਰ ਹੈ, ਇਹੀ ਬੁੰਗਿਆਂ ਦੀ ਨਿਸ਼ਾਨੀ ਹੁੰਦੀ ਸੀ, ਤਲੀਮ ਦਿੱਤੀ ਜਾਂਦੀ ਸੀ, ਉੱਤੇ ਤੁਹਾਡੀ ਰਹਿਸ਼ ਹੈ, ਬੁੰਗਾ ਕਿਹਾ ਹੀ ਉਹਨੂੰ ਜਾਂਦਾ ਹੁੰਦਾ ਸੀ। ਇਸੇ ਕਰਕੇ ਵਿਦਵਾਨਾਂ ਨੇ ਕਿਹਾ ਕਿ ਵਾਹਨ ਸ਼ਿੰਗਾਰੇ ਰਹੇ, ਦੁਰਜਨ ਡਰਾਰੇ ਰਹੇ, ਇੱਥੇ ਸ਼ਬਦ ਵਰਤੇ ਸਨ, ਲਾਗ 'ਤੇ ਦੀਵਾਨ ਰਹੇ, ਗਾਬ 'ਤੇ ਸੁਜਾਨ ਰਹੇ, ਜੂਲ 'ਤੇ ਨਿਸ਼ਾਨ ਰਹੇ, ਗੁਰੂ ਪੰਥ ਮਹਾਰਾਜ ਕੀ। ਪਰ ਇੱਕ ਗੱਲ ਸਿਰਫ ਕਹਿ ਕੇ ਮੈਂ ਉਹ ਸਮਾਪਤੀ ਕਰਾਂਗਾ, ਇਕੱਲੀ ਤੁਹਾਡੇ ਲਈ ਮੇਰੇ ਲਈ ਨਹੀਂ, ਹਰ ਇੱਕ ਲਈ। ਭਾਈ ਸਾਹਿਬ ਸਦੀਆਂ ਪਹਿਲਾਂ ਗੱਲ ਕਹਿ ਗਏ, ਕਹਿੰਦੇ ਨੇ ਜੇ ਗੁਰਦੁਆਰੇ ਵਿੱਚ ਅਸ਼ਾਂਤੀ ਫੈਲ ਜਾਏਗੀ ਤਾਂ ਬੰਦੇ ਨੇ ਕਿੱਥੋਂ ਜਾ ਕੇ ਟਿਕਾ ਲੱਭਣਾ। ਉਹ ਸ਼ਬਦ ਸੁਣਨ ਵਾਲੇ ਆ, ਕਹਿੰਦੇ ਨੇ ਮੰਨ ਲਓ ਕਿਸੇ ਬੰਦੇ ਨੂੰ ਅੱਗ ਲੱਗ ਜਾਏ, ਬਾਹਰ ਅੱਗ ਲੱਗ ਜਾਏ, ਉਹ ਕਹੇਗਾ ਇੱਕੋ ਦਮ ਦੌੜ ਕੇ ਪਾਣੀ ਦਾ ਪ੍ਰਬੰਧ ਕਰੋ। ਬਾਹਰੋਂ ਅੱਗ ਲੱਗੇ ਬੰਦਾ ਪਾਣੀ 'ਚ ਛਾਲ ਮਾਰੇਗਾ, ਅਤੇ ਜਿਸ ਪਾਣੀ ਵਿੱਚ ਵੀ ਅੱਗ ਲੱਗ ਜਾਏ ਬੰਦਾ ਜਾਏਗਾ ਕਿੱਥੇ? ਬਾਹਰ ਦੀ ਅੱਗ ਪਾਣੀ ਨਾਲ ਬੁੱਝੇਗੀ, ਦਰਿਆ ਦੀ ਅੱਗ ਨੂੰ ਕੌਣ ਬੁਝਾਏਗਾ? ਚੋਰਾਂ ਦਾ ਡਰ ਡਰਿਆ ਹੋਇਆ ਬੰਦਾ ਜੇ ਕਿਤੇ ਪੁਲਿਸ ਕੋਲ ਜਾਏ ਅਤੇ ਜੇ ਪੁਲਿਸ ਉਹਦੀਆਂ ਜੇਬਾਂ ਕੱਟ ਲਏ, ਉਹ ਜਾਏਗਾ ਕਿੱਥੇ? ਹੰਸਿਆਰੇ ਬੰਦਿਆਂ ਤੋਂ ਡਰ ਕੇ ਜੇ ਰਾਜੇ ਦੀ ਸ਼ਰਨ 'ਚ ਜਾਏ ਕਿ ਮੈਨੂੰ ਮਾਰਨ ਲੱਗੇ ਨੇ ਬਚਾ, ਅਤੇ ਆਉਂਦਿਆਂ ਸਰ ਰਾਜਾ ਹੀ ਸਿਰ ਵੱਢਦਾ, ਬੰਦਾ ਜਾਏਗਾ ਕਿੱਥੇ? ਕਹਿੰਦੇ ਕਿ ਦੁੱਖ ਅਸ਼ਾਂਤੀ ਕਲੇਸ਼ ਤੋਂ ਬਚਣ ਲਈ ਬੰਦਾ ਗੁਰਦੁਆਰੇ ਆਉਂਦਾ ਹੈ, ਅਤੇ ਜੇ ਗੁਰਦੁਆਰੇ ਵੀ ਉਹ ਕੁਝ ਪੱਲੇ ਪੈ ਗਿਆ ਤਾਂ ਬੰਦਾ ਜਾਏਗਾ ਕਿੱਥੇ? ਭਾਈ ਸਾਹਿਬ ਨੇ ਕਵਿਤ ਲਿਖਿਆ ਜੀ, ਬਾਹਰ ਕੀ ਅਗਨ ਬੂਝਤ ਜਲ ਸਰਤਾ ਕਹਿ, ਨਾਉ ਮੈਂ ਜੋ ਲੱਗੇ ਅੱਗ ਕੈਸੈ ਕਹਿ ਬੁਝਾਈਏ। ਸ਼ਬਦ ਵਰਤੇ ਨੇ, ਕਹਿਣ ਲੱਗੇ ਬਾਹਰ 'ਤੇ ਭਾਗ ਕੇ ਉਹ ਓਟ ਲੀਜੀਏ ਕੋਟਗੜ੍ਹ, ਗੜ੍ਹ ਮੈਂ ਜੋ ਲੂਟ ਲੀਜੇ ਕਹੁ ਕਤ ਜਾਈਏ, ਚੋਰਨ ਕੋ ਤਰਾਸ ਪਾਏ ਸ਼ਰਨ ਗਏ ਨਰਿੰਦ, ਮਾਰੇ ਮਕੀਪਤ ਜੀਓ ਕੈਸੈ ਕਹਿ ਬਚਾਈਏ। ਅੱਗੇ ਕਹਿੰਦੇ ਨੇ ਮਾਇਆ ਡਰ ਡਰਪਤ ਹਾਰ ਗੁਰਦੁਆਰਾ ਜਾਵੇ, ਤਾਂ ਜੋ ਵਿਆਪੈ ਮਾਏ ਕਹਾਂ ਠਹਿਰਾਈਏ। ਸਤਿਗੁਰੂ ਕਿਰਪਾ ਕਰੇ ਕਿ ਇਸ ਗੁਰਦੁਆਰੇ ਵਿੱਚ ਭਜਨ ਬੰਦਗੀ ਸਿਮਰਨ ਦੀਆਂ ਦਾਤਾਂ ਆਉਂਦੀਆਂ ਰਹਿਣ, ਆਪਾਂ ਵੱਧ ਤੋਂ ਵੱਧ ਬਾਣੀ ਨਾਲ ਜੁੜ ਸਕੀਏ, ਸ਼ਬਦ ਨੂੰ ਕਮਾ ਸਕੀਏ। ਆਉਣ ਵਾਲਾ ਜਿਹੜਾ ਹਫ਼ਤਾ ਹੈ, ਜਿਹੜੀ ਵਿਚਾਰ ਅਸੀਂ ਸ਼ੁਰੂ ਕੀਤੀ, ਮੈਂ 2-3 ਦਿਨਾਂ 'ਚ ਇਸ ਸ਼ਬਦ ਨੂੰ ਸੰਪੂਰਨ ਕਰ ਦਿਆਂਗਾ। ਉਸ ਤੋਂ ਬਾਅਦ ਖਾਲਸਾ ਜੀ ਦਾ ਸਿਰਜਣਾ, ਰਹਿਤ ਸਿੱਖ ਸਿੰਘ ਖਾਲਸਾ, ਕੀ ਬਖਸ਼ਾਂ ਗੁਰੂ ਗੋਬਿੰਦ ਸਿੰਘ ਜੀ ਨੇ ਕੀਤੀਆਂ। ਪਰ ਲੜੀ ਨੂੰ ਭੁਲਾਇਓ ਨਾ, ਤਨ ਦੇਖੇ ਹਰ ਦੁਆਰ ਆਵੋ ਦਇਆ ਕਰੇ, ਦਰਵਾਜ਼ੇ 'ਤੇ ਇੰਤਜ਼ਾਰ ਕਰ ਰਹੀ ਜੀਵ ਇਸਤਰੀ, ਪ੍ਰਭੂ ਆਪ ਦਇਆ ਕਰੋ। ਸਮਾਂ ਦਿੱਤਾ ਹੋਇਆ ਸਮਾਪਤ ਹੈ ਜੀ, ਮੇਰੇ ਤੋਂ ਲਫ਼ਜ਼ ਬੋਲਦਿਆਂ ਬੇਅੰਤ ਭੁੱਲਾਂ ਹੋਈਆਂ ਨੇ, ਸਾਧ ਸੰਗਤ ਬਖਸ਼ ਦੇਣਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।